ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮਹਾਨ ਯੋਧੇ ਦੀ ਯਾਦ ਦੇ ਵਿੱਚ ਅਸੀਂ ਜੁੜੇ ਬੈਠੇ ਹਾਂ, ਉਸਦੇ ਬਾਰੇ, ਉਸਦੇ ਮੈਦਾਨੇ ਜੰਗ ਦੇ ਵਿੱਚ ਆਮਦ ਦੇ ਬਾਰੇ ਇੱਕ ਇਸਲਾਮੀ ਸ਼ਾਇਰ ਨੇ ਇੱਕ ਲਾਈਨ ਦੇ ਵਿੱਚ ਬਹੁਤ ਕੁਛ ਬਿਆਨ ਕਰ ਦਿੱਤਾ ਹੈ। ਉਹ ਲਿਖਦਾ ਹੈ ਕਿ ਕਿਸ ਸ਼ੇਰ ਕੀ ਆਮਦ ਹੈ, ਰਣ ਕਾਂਪ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਜੇਕਰ ਅਸੀਂ ਇਤਿਹਾਸ ਦੇ ਵਕਤ ਨੂੰ, ਕਾਲ ਚੱਕਰ ਨੂੰ ਵੇਖੀਏ ਤਾਂ ਸਮਾਂ ਬਹੁਤ ਥੋੜ੍ਹਾ ਹੈ, ਪਰ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ ਨੂੰ ਵੇਖਿਆ ਜਾਵੇ ਤਾਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਕੋਈ ਐਸਾ ਜਰਨੈਲ, ਕੋਈ ਐਸਾ ਯੋਧਾ ਨਜ਼ਰ ਨਹੀਂ ਆਵੇਗਾ ਜਿਹੜਾ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੱਕ ਲਹਿਰ ਨੂੰ ਖੜ੍ਹਾ ਕਰਦਾ, ਉਸ ਲਹਿਰ ਨੂੰ ਇੱਕ ਪੂਰੇ ਉੱਚ ਸਿਖਰ 'ਤੇ ਲੈ ਕੇ ਜਾਂਦਾ, ਫਿਰ ਉਸ ਲਹਿਰ ਦੇ ਸਦਕਾ ਇੱਕ ਰਾਜ ਦੀ ਸਿਰਜਣਾ ਕਰਦਾ, ਅਤੇ ਉਸ ਰਾਜ ਦੇ ਵਿੱਚ ਜਿਹੜੇ ਉਹ ਮਾਪਦੰਡ ਨਿਰਧਾਰਿਤ ਕਰਦਾ ਰਾਜਸੀ ਸੱਤਾ ਦੇ, ਉਹ ਨੇ ਜਿਹੜੇ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਸੋ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਉਸ ਸਮੇਂ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਦੀਆਂ ਜੜ੍ਹਾਂ ਪੁੱਟ ਦੇਣੀਆਂ, ਇੱਕ ਅੰਪੀਰੀਅਲਿਜ਼ਮ ਦੀ ਅਸਟੈਬਲਿਸ਼ਮੈਂਟ, ਇੱਕ ਰਾਜਸੀ ਸੱਤਾ ਨੂੰ ਸਥਾਪਿਤ ਕਰ ਦੇਣਾ, ਔਰ ਉਸ ਰਾਜਸੀ ਸੱਤਾ ਦੇ ਵਿੱਚ ਸਹੀ ਰੂਪ ਦੇ ਵਿੱਚ ਲੋਕਾਂ ਦੇ ਵਾਸਤੇ ਸਮਾਜਿਕ, ਰੂਹਾਨੀਅਤ, ਰਾਜਨੀਤਿਕ ਅਤੇ ਆਰਥਿਕ ਤੌਰ ਦੇ ਉੱਪਰ ਜਿਹੜੇ ਮਾਪਦੰਡ ਬਾਬਾ ਬੰਦਾ ਸਿੰਘ ਬਹਾਦਰ ਨੇ ਪੈਦਾ ਕੀਤੇ ਨੇ, ਸਾਨੂੰ ਬਹੁਤ ਘੱਟ ਐਸੇ ਯੋਧੇ ਜਰਨੈਲ ਇਤਿਹਾਸ ਦੇ ਵਿੱਚ ਮਿਲਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਬਾਰੇ ਜੇਕਰ ਅਸੀਂ ਸਿੱਕੇਬੰਦ ਸਰੋਤ, ਜਿਸ ਨੂੰ ਅਸੀਂ ਕਹਾਂਗੇ ਕਿ ਅਥੈਂਟਿਕ ਮੈਨੂਸਕ੍ਰਿਪਟ ਜਿਹੜੀਆਂ ਨੇ, ਉਹ ਸਾਡੇ ਕੋਲ ਸਾਰੀਆਂ ਹੀ ਫਾਰਸੀ ਭਾਸ਼ਾ ਦੇ ਵਿੱਚ ਨੇ। ਬੇਸ਼ੱਕ ਫਾਰਸੀ ਭਾਸ਼ਾ ਦੇ ਵਿੱਚ ਲਿਖੀਆਂ ਹੋਈਆਂ ਲਿਖਤਾਂ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੁੱਤਾ, ਲਾਂਤੀ, ਜਿੰਨੇ ਵੀ ਬੁਰੇ ਸ਼ਬਦ ਵਰਤੇ ਜਾ ਸਕਦੇ ਨੇ ਇੱਕ ਦੁਸ਼ਮਣ ਦੇ ਬਾਰੇ, ਉਹ ਸਾਰੇ ਸ਼ਬਦ ਵਰਤੇ ਗਏ ਨੇ। ਪਰ ਜੇਕਰ ਸਾਡੇ ਕੋਲ ਇਹ ਫਾਰਸੀ ਦੀਆਂ ਲਿਖਤਾਂ ਨਾ ਹੋਣ ਤਾਂ ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵੀ ਨਹੀਂ। ਜੇਕਰ ਸਾਨੂੰ ਇਤਿਹਾਸ ਦਾ ਕ੍ਰੋਨੋਗ੍ਰਾਫਿਕ ਫੇਸ, ਇਤਿਹਾਸ ਦੀ ਤਾਰੀਖਾਂ ਵਾਲੀ, ਬੰਦਾ ਸਿੰਘ ਬਹਾਦਰ ਨੇ ਕਿਹੜੇ ਦਿਨ ਕਿਸ ਇਲਾਕੇ ਨੂੰ ਫਤਿਹ ਕੀਤਾ, ਜੇਕਰ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਤਾਂ ਕੇਵਲ ਅਤੇ ਕੇਵਲ ਫਾਰਸੀ ਸਰੋਤਾਂ ਦੇ ਵਿੱਚ ਮਿਲਦੀ ਹੈ। ਸਿੱਖ ਇਤਿਹਾਸਕਾਰੀ ਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਇਹਨਾਂ ਫਾਰਸੀ ਸਰੋਤਾਂ ਦੇ ਵਿੱਚੋਂ ਛਾਣ ਕੇ ਜੇ ਕੌਮ ਦੇ ਸਾਹਮਣੇ ਪੇਸ਼ ਕੀਤਾ ਹੈ ਤਾਂ ਇਸ ਦਾ ਮਾਣ ਡਾਕਟਰ ਗੰਡਾ ਸਿੰਘ ਹੋਰਾਂ ਨੂੰ ਜਾਂਦਾ ਹੈ। ਡਾਕਟਰ ਗੰਡਾ ਸਿੰਘ ਹੋਣਾ ਦੀ ਲਿਖਤ ਉਹਨਾਂ ਸਮਿਆਂ ਦੇ ਵਿੱਚ ਨਾ ਹੁੰਦੀ ਤਾਂ ਸ਼ਾਇਦ ਸਾਡੇ ਕੋਲ ਇਤਿਹਾਸ ਦੇ ਬਹੁਤ ਸਾਰੇ ਸਰੋਤ ਨੇ ਅੱਜ ਅਸੀਂ ਕੂੜੇ ਦੇ ਵਿੱਚ ਗਵਾ ਚੁੱਕੇ ਹੁੰਦੇ, ਪਰ ਡਾਕਟਰ ਗੰਡਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਜਿਹੜੇ ਫਾਰਸੀ ਸਰੋਤ ਸੀ ਉਹਨਾਂ ਦੇ ਵਿੱਚੋਂ ਉਹਨਾਂ ਦੇ ਜੀਵਨ ਨੂੰ ਸਾਡੇ ਸਾਹਮਣੇ ਰੱਖਿਆ। ਡਾਕਟਰ ਗੰਡਾ ਸਿੰਘ ਆਪਣੀ ਲਿਖਤਾਂ ਦੇ ਵਿੱਚ ਇੱਕ ਗੱਲ ਕਰਦੇ ਨੇ ਕਿ ਮਨੋ ਕਲਪਨਾ ਇਤਿਹਾਸ ਦੇ ਵਿੱਚ ਪਾਪ ਹੈ। ਕੁਛ ਵੀ ਤੁਸੀਂ ਮਨੋਕਲਪਿਤ ਨਹੀਂ ਕਹਿ ਸਕਦੇ, ਇਤਿਹਾਸਕਾਰੀ ਦੇ ਵਿੱਚ ਅਸੀਂ ਕੁਛ ਵੀ ਆਪਣੇ ਕੋਲੋਂ ਬਣਾ ਕੇ ਨਹੀਂ ਕਹਿ ਸਕਦੇ, ਜਿਹੜੀ ਗੱਲ ਵੀ ਅਸੀਂ ਸੰਗਤ ਦੇ ਨਾਲ ਸਟੇਜ ਦੇ ਉੱਪਰੋਂ ਸਾਂਝੀ ਕਰਨੀ ਹੁੰਦੀ ਹੈ ਉਹਦੇ ਵਾਸਤੇ ਸਾਨੂੰ ਉਹਦੀ ਗੱਲ ਦੀ ਪ੍ਰੋੜਤਾ ਦੇ ਵਾਸਤੇ ਇਤਿਹਾਸਕ ਸਰੋਤਾਂ ਦੀ ਲੋੜ ਹੁੰਦੀ ਹੈ। ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ, ਉਹਨਾਂ ਦਾ ਜਨਮ, ਜਨਮ ਅਤੇ ਸ਼ਹਾਦਤ, ਅਤੇ ਸ਼ਹਾਦਤ ਦੇ ਵਿਚਕਾਰ ਇੱਕ ਉਹ ਸਮਾਂ ਜਿਸ ਸਮੇਂ ਦੇ ਵਿੱਚ ਉਹਨਾਂ ਨੇ ਰਾਜ ਨੂੰ ਸਥਾਪਿਤ ਕੀਤਾ, ਅਤੇ ਅੱਜ ਦਾ ਦਿਨ 12 ਮਈ 1710 ਜਿਸ ਦੀ ਯਾਦ ਦੇ ਵਿੱਚ ਅਸੀਂ ਜੁੜੇ ਬੈਠੇ ਹਾਂ। ਮੈਂ ਉਹਨਾਂ ਦੇ ਜੀਵਨ ਨੂੰ ਉਹਨਾਂ ਦੇ ਪਿੰਡ ਤੋਂ ਇਸ ਕਰਕੇ ਸ਼ੁਰੂ ਕਰਨਾ ਚਾਹੁੰਦਾ ਕਿਉਂਕਿ ਦਫ਼ਤਰ ਦੇ ਵਿੱਚ ਬੈਠਿਆਂ ਵੀ ਗੱਲ ਹੋ ਰਹੀ ਸੀ, ਇੱਕ ਟ੍ਰੈਜਡੀ ਕਹਿ ਲਈਏ, ਇਤਿਹਾਸ ਦੀ ਤਰਾਸਦੀ ਕਹਿ ਲਈਏ ਕਿ ਸਹੀ ਰੂਪ ਦੇ ਵਿੱਚ ਅਜੇ ਤੱਕ ਸਿੱਖਾਂ ਦਾ ਕੋਈ ਵੀ ਇਤਿਹਾਸ ਰਿਸਰਚ ਬੋਰਡ ਨਹੀਂ ਹੈ ਕਿ ਅਸੀਂ ਮਿਲ ਬੈਠ ਕੇ ਆਪਣੇ ਇਤਿਹਾਸ ਦੀਆਂ ਤਰੀਕਾਂ ਨੂੰ ਅਤੇ ਆਪਣੇ ਨਾਇਕਾਂ ਦੇ ਜੀਵਨ ਅਤੇ ਜਨਮ ਅਸਥਾਨ ਨੂੰ ਨਿਰਧਾਰਿਤ ਕਰ ਸਕਦੇ, ਸਾਡੇ ਕੋਲ ਕੁਝ ਵੀ ਨਹੀਂ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 26 ਅਕਤੂਬਰ 1670 ਅਸੀਂ ਮੰਨਿਆ ਹੋਇਆ ਹੈ,
ਸਾਡੇ ਕੋਲ ਇੱਕ ਵੀ ਲਿਖਤੀ ਸਬੂਤ ਨਹੀਂ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 26 ਅਕਤੂਬਰ 1670 ਨੂੰ ਹੋਇਆ। ਇਹ ਅਸੀਂ ਮੰਨਿਆ ਹੋਇਆ, ਮੰਨ ਕੇ ਚੱਲਦੇ ਹਾਂ। ਮੰਨਣ ਦੇ ਪਿੱਛੇ ਵੀ ਦੋ ਧਾਰਨਾਵਾਂ ਨੇ, ਕਿਉਂਕਿ 26 ਅਕਤੂਬਰ ਨੂੰ ਵਿਜੇ ਦਸ਼ਮੀ ਦੁਸ਼ਹਿਰੇ ਦਾ ਦਿਨ ਸੀ, ਅਤੇ ਇਹ ਮੰਨਿਆ ਜਾਂਦਾ ਹੈ ਕਿ ਉਸ ਦਿਨ ਬਾਬਾ ਬੰਦਾ ਬੈਰਾਗੀ, ਜਿਹੜੇ ਕਿ ਕਿਸੇ ਸਮੇਂ ਰਾਮ ਦੇ ਭਾਰਦਵਾਜ ਦੇ ਘਰ ਪੈਦਾ ਹੋਏ ਲਛਮਣ ਦਾਸ ਸੀ, ਉਹਨਾਂ ਨੇ ਇਸ ਦਿਨ ਲਛਮਣ ਦੇਵ ਤੋਂ ਮਾਧੋ ਦਾਸ ਬਣਨ ਦਾ ਜਿਹੜਾ ਸਫ਼ਰ ਆਰੰਭ ਕੀਤਾ ਸੀ। ਅਤੇ ਇਹ ਬੈਰਾਗੀਆਂ ਦੀ ਪਰੰਪਰਾ ਹੈ ਕਿ ਜਿਸ ਦਿਨ ਕੋਈ ਉਹਨਾਂ ਦੇ ਧਰਮ ਦੇ ਵਿੱਚ ਆਉਂਦਾ ਹੈ ਉਸ ਦਿਨ ਉਸਦਾ ਜਨਮ ਕਿਹਾ ਜਾਂਦਾ ਹੈ, ਉਸ ਦਿਨ ਤੋਂ ਉਸਦਾ ਜਨਮ ਮੰਨਿਆ ਜਾਂਦਾ ਹੈ। ਸੋ ਇਹ ਉਹਨਾਂ ਦਾ ਜਨਮ ਨਹੀਂ ਬਲਕਿ ਉਸ ਮੱਤ ਦੇ ਵਿੱਚ ਆਉਣ ਦੀ ਤਾਰੀਖ ਹੈ ਜਿਸ ਨੂੰ ਅਸੀਂ ਜਨਮ ਦੇ ਤੌਰ 'ਤੇ ਉੱਪਰ ਸਥਾਪਿਤ ਕੀਤਾ ਹੋਇਆ, ਨਹੀਂ ਤਾਂ ਸਾਡੇ ਕੋਲ ਸਰੋਤ ਕੋਈ ਨਹੀਂ ਇਸ ਚੀਜ਼ ਦਾ। ਉਹਨਾਂ ਦੇ ਜਨਮ ਅਸਥਾਨ ਦੇ ਬਾਰੇ ਸਾਡੇ ਜ਼ਿਆਦਾ ਸਰੋਤਾਂ ਨੇ ਜ਼ਿਲ੍ਹਾ ਪੁੰਛ ਦੇ ਪਿੰਡ ਰਜੌਰੀ ਨੂੰ ਮਾਨਤਾ ਦਿੱਤੀ ਹੋਈ ਹੈ, ਭਾਵੇਂ ਕਿ ਨਵੀਨਤਮ ਇਤਿਹਾਸਕਾਰਾਂ ਨੇ ਇਸ ਦੇ ਉੱਪਰ ਵੀ ਕਾਫ਼ੀ ਕਿੰਤੂ ਕੀਤਾ ਹੈ, ਪਰ ਰਜੌਰੀ ਜਨਮ ਜ਼ਿਆਦਾ ਸਰੋਤਾਂ ਦੇ ਆਧਾਰ ਦੇ ਉੱਪਰ ਮੰਨਿਆ ਜਾ ਸਕਦਾ ਇਸ ਕਰਕੇ ਕਿਉਂਕਿ ਰਜੌਰੀ ਦਾ ਪਹਿਲਾ ਨਾਮ ਰਾਜਾਵਾੜੀ ਸੀ, ਔਰ ਰਾਜਾਵਾੜੀ ਨਾਮ ਜਿਹੜਾ ਹੈ ਉਹ ਤੁਸਕੇ ਜਹਾਂਗੀਰੀ, ਜਿਹੜੀ ਜਹਾਂਗੀਰ ਦੀ ਲਿਖਤ ਹੈ ਉਹਦੇ ਵਿੱਚ ਆਉਂਦਾ ਹੈ। ਅਤੇ ਰਾਜਾਵਾੜੀ ਦਾ ਜ਼ਿਕਰ ਕਰਦਾ ਜਹਾਂਗੀਰ ਕਹਿੰਦਾ ਹੈ ਕਿ ਇੱਥੇ ਹਿੰਦੂ ਰਾਜਪੂਤਾਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਸੰਬੰਧ ਚੰਗੇ ਸੀ, ਜਿਹੜੇ ਮੈਂ ਤੋੜੇ ਨੇ ਕਿ ਆਪਸ ਦੇ 'ਚ ਰਿਸ਼ਤੇ ਨਾ ਕਰੋ। ਸੋ ਇੱਕ ਕਾਰਨ ਬਣਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਪਰਿਵਾਰ ਦੇ ਨਾਲ ਉਸ ਇਲਾਕੇ ਦੇ 'ਚ ਵਧੀਕੀਆਂ ਹੋਈਆਂ ਹੋਣਗੀਆਂ, ਔਰ ਦੂਸਰੀ ਗੱਲ ਕਿ ਜਦੋਂ 17 ਅਪ੍ਰੈਲ 1715 ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪੈਂਦਾ, ਉਸ ਘੇਰੇ ਦੇ ਵਿੱਚ ਵੀ ਰਜੌਰੀ ਦਾ ਹਾਕਮ ਸ਼ਾਮਲ ਹੈ। ਇਹ ਦੋ ਪਰੂਫ ਸਾਨੂੰ ਉਸ ਰਸਤੇ ਤੱਕ ਲੈ ਕੇ ਆਉਂਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਅਸਥਾਨ ਰਜੌਰੀ ਮੰਨ ਲਿਆ ਜਾਵੇ। ਇਹ ਦੋ ਸਬੂਤ ਨੇ। ਬਾਕੀ ਸਾਡੇ ਕੋਲ ਜਿਹੜੇ ਅਸਥਾਨ ਮੰਨੇ ਜਾਂਦੇ ਨੇ, ਤਸ਼ਲ ਜਾਂ ਪੰਜਾਬ ਦਾ ਇਲਾਕਾ, ਇਹਦੇ ਬਾਰੇ ਸਾਡੇ ਕੋਲ ਸਬੂਤ ਕੋਈ ਨਹੀਂ। ਉਹਨਾਂ ਦੀ ਜੀਵਨ ਦੀ ਘਟਨਾ, ਉਸ ਘਟਨਾ ਦਾ ਜ਼ਿਕਰ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਵਿੱਚ ਡਾਕਟਰ ਗੰਡਾ ਸਿੰਘ ਹੋਣਾ ਨੇ ਕੀਤਾ। ਉਸ ਘਟਨਾ ਨੂੰ ਅਸੀਂ ਸਾਰੀ ਇਤਿਹਾਸਕਾਰੀ ਦੇ ਵਿੱਚ ਜਾਂ ਸਾਡੀ ਜਿਹੜੀ ਕਥਾ ਦੀ ਸ਼ੈਲੀ ਉਸ ਪਰੰਪਰਾ ਦੇ ਵਿੱਚ ਅਸੀਂ ਇਸ ਗੱਲ ਦੇ ਨਾਲ ਜੋੜਦੇ ਹਾਂ ਕਿ ਆਪਣੇ ਪਰਿਵਾਰਕ ਕਿੱਤੇ ਦੇ ਅਨੁਸਾਰ ਇਹ ਖੇਤੀਬਾੜੀ ਕਰਦਾ ਪਰਿਵਾਰ ਸੀ, ਸ਼ਿਕਾਰ ਕਰਨਾ ਇਹਨਾਂ ਦਾ ਪੇਸ਼ਾ ਸੀ। ਇਸ ਨੌਜਵਾਨ ਨੇ ਸ਼ਿਕਾਰ ਕੀਤਾ। ਹੁਣ ਸਾਡੇ ਸਾਹਮਣੇ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ, ਕਿਉਂਕਿ ਮੇਰਾ ਕੰਮ ਇਤਿਹਾਸਕਾਰੀ ਹੈ ਤਾਂ ਛੋਟੇ ਛੋਟੇ ਨੁਕਤਾ ਨਿਗਾਹ ਐਸੇ ਨੇ ਜਿਨ੍ਹਾਂ ਦੇ ਉੱਪਰ ਸਾਨੂੰ ਕੰਸਨਟਰੇਟ ਕਰਨਾ ਪਵੇਗਾ। ਉਹ ਕੰਸਨਟਰੇਟ ਇਸ ਕਰਕੇ ਕਰਨਾ ਪਵੇਗਾ ਕਿ ਜੇਕਰ ਉਹਨਾਂ ਦਾ ਜਨਮ 1670 ਦਾ ਮੰਨ ਲਈਏ ਤਾਂ 3 ਸਾਲ ਦਾ ਬੱਚਾ ਜਿਹੜਾ ਉਹ ਸ਼ਿਕਾਰ ਨਹੀਂ ਕਰ ਸਕਦਾ, ਕਿਉਂਕਿ 1673 ਦੇ ਵਿੱਚ ਜਾਨਕੀ ਪ੍ਰਸਾਦ ਦੀ ਮੌਤ ਹੋ ਗਈ ਹੈ। ਜਿਹੜਾ ਉਹਨਾਂ ਨੇ ਸ਼ਿਕਾਰ ਕੀਤਾ ਹਿਰਨੀ ਦਾ ਸ਼ਿਕਾਰ, ਉਸਨੂੰ ਅਸੀਂ ਲਾਰਜ ਗੇਮ ਕਹਿੰਦੇ। ਅੱਜ ਵੀ ਤੁਸੀਂ ਕਿਤੇ ਵਿਦੇਸ਼ਾਂ ਦੇ ਵਿੱਚ ਜਾਓ ਅਤੇ ਹਿਰਨੀ ਦਾ ਸ਼ਿਕਾਰ ਲਾਰਜ ਗੇਮ ਹੁੰਦਾ ਹੈ, ਕਿਉਂਕਿ ਹਿਰਨ ਦੀ ਆਪਣੀ ਦੌੜ ਬੜੀ ਹੁੰਦੀ ਹੈ ਅਤੇ ਹਿਰਨ ਦਾ ਸ਼ਿਕਾਰ ਕਰਨ ਦੇ ਵਾਸਤੇ ਬੰਦਾ ਤੀਰ ਅੰਦਾਜ਼ ਵੀ ਚੰਗਾ ਚਾਹੀਦਾ ਅਤੇ ਘੋੜ ਸਵਾਰ ਵੀ ਚੰਗਾ ਚਾਹੀਦਾ। 3 ਸਾਲ ਦੇ ਬੱਚੇ ਦੇ ਇਹ ਵੱਸ ਦੀ ਗੱਲ ਨਹੀਂ। ਸੋ ਹੁਣ ਸਾਨੂੰ ਥੋੜ੍ਹਾ ਪਿੱਛੇ ਆਉਣਾ ਪਵੇਗਾ। ਡਾਕਟਰ ਸੋਹਣ ਸਿੰਘ ਹੁਣਾਂ ਦੀ ਲਿਖੀ ਅੰਗਰੇਜ਼ੀ ਦੀ ਕਿਤਾਬ ਬੰਦਾ ਦਾ ਬਰੇਵ, ਜਿਹੜੇ ਕਹਿੰਦੇ ਨੇ ਕਿ ਬੰਦਾ ਸਿੰਘ ਬਹਾਦਰ ਦਾ ਜਨਮ ਪਹਿਲਾਂ ਹੋ ਚੁੱਕਿਆ ਸੀ ਅਤੇ ਜਿਸ ਵੇਲੇ ਉਹਨਾਂ ਨੇ ਸ਼ਿਕਾਰ ਕੀਤਾ ਉਸ ਸਮੇਂ ਉਹਨਾਂ ਦੀ ਉਮਰ 11 ਸਾਲ ਦੇ ਕਰੀਬ ਸੀ। ਬੰਦਾ ਸਿੰਘ ਬਹਾਦਰ, ਅਸੀਂ ਗੱਲ ਲਛਮਣ ਦੇਵ ਤੋਂ ਸ਼ੁਰੂ ਕਰਾਂਗੇ ਬਚਪਨ ਦੇ ਨਾਮ ਤੋਂ। 11 ਸਾਲ ਦੀ ਉਮਰ ਦੇ ਵਿੱਚ ਸ਼ਿਕਾਰ ਕੀਤਾ, ਹਿਰਨੀ ਦਾ ਸ਼ਿਕਾਰ ਮਾਸ ਵਾਸਤੇ ਕੀਤਾ। ਹਿਰਨ ਦਾ ਸ਼ਿਕਾਰ ਵੀ 2 ਤਰੀਕਾਂ ਵਾਸਤੇ ਕੀਤਾ ਜਾਂਦਾ ਹੈ। ਇੱਕ ਸ਼ਿਕਾਰ ਕੀਤਾ ਜਾਂਦਾ ਹੈ ਮਿਰਗ ਦੇ ਵਿੱਚੋਂ ਜਿਹੜੀ ਕਸਤੂਰੀ ਹੈ ਉਸਨੂੰ ਕੱਢਣ ਦੇ ਵਾਸਤੇ। ਜਿਹੜਾ ਮਿਰਗ ਦੇ ਵਿੱਚੋਂ ਕਸਤੂਰੀ ਕੱਢਣ ਦੇ ਵਾਸਤੇ ਸ਼ਿਕਾਰ ਕੀਤਾ ਜਾਂਦਾ ਉਸ ਦੇ ਵਿੱਚ ਮਿਰਗ ਨੂੰ ਮਾਰਿਆ ਨਹੀਂ ਜਾਂਦਾ, ਮਿਰਗ ਨੂੰ ਘੰਡੇ ਹੇੜੇ ਦੇ ਰਾਗ ਦੇ ਸਦਕਾ ਉਸਦੇ ਕੋਲ ਬੁਲਾਇਆ ਜਾਂਦਾ, ਜਿਸ ਦੇ ਅਨੇਕਾਂ ਪ੍ਰਮਾਣ ਸਾਨੂੰ ਗੁਰਬਾਣੀ ਦੇ ਵਿੱਚ ਵੀ ਮਿਲ ਜਾਣਗੇ ਕਿ ਮਿਰਗ ਜਿਹੜਾ ਉਹ ਰਾਗ ਦੇ ਉੱਪਰ ਮੋਹਿਤ ਹੋ ਕੇ ਕਿਸ ਤਰ੍ਹਾਂ ਆ ਜਾਂਦਾ। ਦੂਸਰਾ ਸ਼ਿਕਾਰ ਕੀਤਾ ਜਾਂਦਾ ਉਸਦੇ ਮਾਸ ਦੇ ਵਾਸਤੇ,
ਜਿਹੜਾ ਸ਼ਿਕਾਰ ਲਛਮਣ ਦੇਵ ਨੇ ਕੀਤਾ ਕਸਤੂਰੀ ਵਾਸਤੇ ਨਹੀਂ ਕੀਤਾ, ਉਹ ਮਾਸ ਦੇ ਵਾਸਤੇ ਕੀਤਾ, ਉਸਦਾ ਪੇਟ ਚਾਕ ਕੀਤਾ। ਇਤਿਹਾਸਕ ਸਰੋਤ ਦੱਸਦੇ ਨੇ ਕਿ ਉਹ ਮਾਦਾ ਹਿਰਨ ਸੀ, ਗਰਭਵਤੀ ਸੀ, ਇਸ 11 ਸਾਲ ਦੇ ਬੱਚੇ ਦੇ ਸਾਹਮਣੇ ਉਸਦੇ ਪੇਟ ਦੇ ਵਿੱਚੋਂ ਦੋ ਛੋਟੇ ਛੋਟੇ ਬੱਚੇ ਨਿਕਲੇ ਅਤੇ ਉਹਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ। ਹੁਣ ਤਿੰਨ ਮੌਤਾਂ ਉਹ ਬੱਚਾ ਆਪਣੇ ਸਾਹਮਣੇ ਵੇਖ ਰਿਹਾ। ਇੱਕ ਤਾਂ ਉਸਨੇ ਹਿਰਨੀ ਨੂੰ ਤੀਰ ਮਾਰਿਆ, ਹਿਰਨੀ ਜ਼ਖਮੀ ਹੋ ਕੇ ਡਿੱਗੀ ਹੈ, ਉਸ ਤੋਂ ਬਾਅਦ ਉਹ ਹਿਰਨੀ ਦਾ ਪੇਟ ਚਾਕ ਕਰਦਾ, ਮਾਂ ਦੀ ਮੌਤ ਹੁੰਦੀ ਹੈ, ਅਤੇ ਫਿਰ ਉਸ ਮਾਂ ਦੀ ਗੋਦ ਦੇ ਵਿੱਚ ਉਸਦੇ ਦੋ ਬੱਚਿਆਂ ਦੀ ਮੌਤ ਹੁੰਦੀ ਹੈ। ਮਨ ਉਚਾਟ ਹੋ ਗਿਆ, ਤੀਰ ਤੋੜ ਦਿੱਤੇ, ਖੰਜਰ ਸੁੱਟ ਦਿੱਤਾ। ਜਿਹੜੀ ਉੱਥੇ ਨੇੜੇ ਨਦੀ ਵਗਦੀ, ਅੱਜ ਵੀ ਉਸਨੂੰ ਹਿਰਨੀ ਨਦੀ ਕਿਹਾ ਜਾਂਦਾ, ਉਸੇ ਨਾਮ ਦੇ ਉੱਪਰ, ਕਿਤੇ ਤੁਹਾਨੂੰ ਉਸ ਇਲਾਕੇ 'ਚ ਜਾਣ ਦਾ ਮੌਕਾ ਮਿਲੇ ਤਾਂ ਤੀਰ ਤੋੜ ਦਿੱਤੇ, ਕਮਾਨ ਤੋੜ ਦਿੱਤਾ, ਖੰਜਰ ਸੁੱਟ ਦਿੱਤਾ। ਕਹਿ ਸਕਦੇ ਹਾਂ ਕਿ ਬੱਚਾ ਸ਼ਿਕਾਰ ਵਾਸਤੇ ਗਿਆ ਸੀ ਪਰ ਮਨੋਰੋਗੀ ਹੋ ਕੇ ਘਰ ਆ ਗਿਆ। ਅੱਜ ਵੀ ਜਿਹੜੇ ਮਨੋਰੋਗੀ ਨੇ, ਹੁਣ ਤਾਂ ਥੋੜ੍ਹੀ ਥੋੜ੍ਹੀ ਸਾਡੇ 'ਚ ਚੇਤਨਤਾ ਆ ਰਹੀ ਹੈ, ਪਰ ਅਕਸਰ ਮਨੋਰੋਗੀ ਦਾ ਇਲਾਜ, ਜੇ ਅਸੀਂ 10-15 ਸਾਲ ਪਿੱਛੇ ਚਲੇ ਜਾਈਏ ਨਾ, ਅਸੀਂ ਦਵਾਈਆਂ ਨਹੀਂ ਸੀ ਦਿੰਦੇ ਕਿਉਂਕਿ ਜ਼ਿਆਦਾਤਰ ਸਾਨੂੰ ਸਾਈਕੋਲੋਜਿਸਟ ਜਾਂ ਸਾਈਕੈਟ੍ਰਿਕ ਦਾ ਪਤਾ ਨਹੀਂ ਸੀ ਹੁੰਦਾ। ਅਸੀਂ ਅਕਸਰ ਉਹਨੂੰ ਬਾਬਿਆਂ ਦੇ ਕੋਲ ਲੈ ਕੇ ਤੁਰ ਪੈਂਦੇ ਸੀ ਕਿ ਮਨੋਰੋਗੀ ਹੈ, ਕਿਸੇ ਜੰਤਰ ਮੰਤਰ ਵਾਲੇ ਦੇ ਕੋਲ, ਕਿਸੇ ਟੂਣੇ ਟਾਮਾਣੇ ਵਾਲੇ ਦੇ ਕੋਲ, ਕਿਸੇ ਵਹਿਮਾਂ ਭਰਮਾਂ ਵਾਲੇ ਬਾਬੇ ਦੇ ਕੋਲ ਲੈ ਕੇ ਚਲੇ ਜਾਣਾ। ਮਾਂ ਨੇ ਵੀ ਆਪਣੇ ਬੱਚੇ ਦੀ ਇਸ ਮਨੋਰੋਗ ਦੀ ਦਸ਼ਾ ਨੂੰ ਤੱਕ ਕੇ ਬੜੇ ਬਾਬਿਆਂ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਬੱਚੇ ਦੀ ਇਸ ਮਨੋਰੋਗ ਦੀ ਦਸ਼ਾ ਦੇ ਵਿੱਚ ਕੋਈ ਸੁਧਾਰ ਨਾ ਹੋਇਆ। ਅਖੀਰ ਉਸ ਇਲਾਕੇ ਦੇ ਵਿੱਚ ਵੈਰਾਗੀਆਂ ਦਾ ਬੜਾ ਪ੍ਰਚਾਰ ਸੀ। ਹੁਣ ਜਿਹੜਾ ਵੈਰਾਗੀਆਂ ਦਾ ਪ੍ਰਚਾਰ ਹੈ, ਇਹਦੇ ਵਾਸਤੇ ਜੇਕਰ ਤੁਸੀਂ 1620-22 'ਚ ਚਲੇ ਜਾਓ, ਅਤੇ ਜਿਹੜਾ ਸ਼੍ਰੀ ਚੰਦ ਹੈ, ਗੁਰੂ ਨਾਨਕ ਸਾਹਿਬ ਦਾ ਬੇਟਾ, ਉਹਨੇ ਵੀ ਉਸ ਇਲਾਕੇ ਦੇ ਵਿੱਚ ਕਾਫੀ ਭ੍ਰਮਣ ਕੀਤਾ, ਇਸਦਾ ਸਾਨੂੰ ਪ੍ਰਮਾਣ ਇਤਿਹਾਸ 'ਚ ਮਿਲਦੇ ਨੇ। ਇਹਦਾ ਮਤਲਬ ਕਿ ਉਹਨਾਂ ਇਲਾਕਿਆਂ ਦੇ ਵਿੱਚ ਵੈਰਾਗੀ ਅਤੇ ਉਦਾਸੀ ਪ੍ਰਚਾਰ ਵਾਸਤੇ ਨਿਕਲਦੇ ਸੀ, ਅਤੇ ਵੈਰਾਗੀਆਂ ਦੀਆਂ ਅਖਾੜਿਆਂ ਦੇ ਵਿੱਚ ਆਪਣੀਆਂ ਬਹੁਤ ਲੜਾਈਆਂ ਹੁੰਦੀਆਂ ਸੀ ਅਖਾੜਿਆਂ ਦੇ ਉੱਪਰ, ਕਬਜ਼ੇ ਦੇ ਉੱਪਰ, ਔਰ ਉਹ ਜਿਹੜੀਆਂ ਲੜਾਈਆਂ ਹੁੰਦੀਆਂ ਸੀ ਆਪਣੇ ਆਪਣੇ ਅਖਾੜੇ ਦੇ ਉੱਪਰ ਕਬਜ਼ਾ ਕਰਨ ਦੇ ਵਾਸਤੇ, ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜੇ ਵੈਰਾਗੀ ਸੀ, ਇਹ ਵੀ ਤੀਰ ਅੰਦਾਜ਼ੀ ਦੇ ਮਾਹਰ ਹੋਇਆ ਕਰਦੇ ਸੀ। ਖੈਰ, ਜਾਨਕੀ ਪ੍ਰਸਾਦ ਇਸ ਪਿੰਡ ਦੇ ਵਿੱਚ ਆਇਆ, ਮਾਂ ਆਪਣੇ ਬੱਚੇ ਨੂੰ ਲੈ ਕੇ ਕੋਲ ਗਈ ਕਿ ਤੁਸੀਂ ਪਹੁੰਚੇ ਹੋਏ ਸਾਧੂ ਲੱਗਦੇ ਹੋ, ਤੁਹਾਡੇ ਕੋਲ ਗਿਆਨ ਹੈ, ਮੇਰਾ ਬੱਚਾ ਇਸ ਅਵਸਥਾ ਦੇ ਵਿੱਚ ਹੈ ਕਿ ਸਾਰਾ ਦਿਨ ਚੁੱਪ ਰਹਿੰਦਾ ਹੈ, ਮਨੋਰੋਗ ਦੀ ਅਵਸਥਾ। ਜਾਨਕੀ ਪ੍ਰਸਾਦ ਨੇ ਕਿਹਾ ਕਿ ਬੱਚਾ ਸਾਨੂੰ ਦੇ ਦਿਓ। ਜਾਨਕੀ ਪ੍ਰਸਾਦ ਉਸ ਬੱਚੇ ਨੂੰ ਨਾਲ ਲੈ ਕੇ ਆਪਣੇ ਮੂਲ ਡੇਰੇ ਰਾਮ ਥੰਮਣ ਲੈ ਗਿਆ। ਹੁਣ ਖਿਆਲ ਕਰੋ, ਇੱਥੋਂ ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਦੇ ਨਾਲ ਜੁੜਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਉਦੋਂ ਉਹ ਲਛਮਣ ਦੇਵ ਹੈ, ਵੈਰਾਗੀਆਂ ਦੀ ਪ੍ਰਥਾ ਦੇ ਮੁਤਾਬਕ ਉਸਦਾ ਨਾਮਕਰਣ ਕੀਤਾ ਜਾਂਦਾ ਹੈ, ਮਾਧੋ ਦਾਸ ਉਸਨੂੰ ਵੈਰਾਗੀ ਬਣਾ ਲਿਆ ਜਾਂਦਾ ਹੈ, ਅਤੇ ਉਹਨੂੰ ਲਿਜਾਇਆ ਜਾਂਦਾ ਹੈ ਰਾਮ ਥੰਮਣ, ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਵਿੱਚ। ਅਤੇ ਜਿਹੜਾ ਰਾਮ ਥੰਮਣ ਹੈ, ਉਹ ਗੁਰੂ ਨਾਨਕ ਸਾਹਿਬ ਦੀ ਮਾਸੀ ਲੱਖੋ ਦਾ ਸਪੁੱਤਰ ਸੀ, ਜਿਹਦੀ ਯਾਦ ਦੇ ਵਿੱਚ ਉੱਥੇ ਅੱਜ ਵੀ ਡੇਰਾ ਬਣਿਆ ਹੋਇਆ ਹੈ, ਅਤੇ ਉਹਦੇ ਡੇਰੇ ਦਾ ਮੁਖੀ ਸੀ ਜਾਨਕੀ ਪ੍ਰਸਾਦ। ਇਸਦਾ ਮਤਲਬ ਕਿ ਕਿਤੇ ਨਾ ਕਿਤੇ ਉੱਥੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਚਾਨਣ ਸੀ, ਅਤੇ ਇਹ 11-12 ਸਾਲ ਦਾ ਨੌਜਵਾਨ ਜਾਨਕੀ ਪ੍ਰਸਾਦ ਦੇ ਡੇਰੇ ਦੇ ਵਿੱਚ ਰਿਹਾ। ਉਹ ਤੋਂ ਅਗਲੇ ਸਾਲ ਵਿਸਾਖੀ ਦਾ ਮੇਲਾ ਲੱਗਦਾ ਸੀ, ਅਤੇ ਮੇਲਿਆਂ ਦੇ ਉੱਪਰ ਅੱਜ ਵਰਗਾ ਮਾਹੌਲ ਨਹੀਂ ਸੀ ਹੁੰਦਾ। ਵੱਖ ਵੱਖ ਥਾਵਾਂ ਤੋਂ ਵੈਰਾਗੀਆਂ ਅਤੇ ਉਦਾਸੀਆਂ ਦੀਆਂ ਮੰਡਲੀਆਂ ਆਉਂਦੀਆਂ ਸੀ ਅਤੇ ਧਰਮ ਦੀ ਚਰਚਾ ਕਰਦੀਆਂ ਸੀ। ਤੁਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਜਿੰਨੀਆਂ ਵੀ ਗੋਸ਼ਟਾਂ ਵੇਖੋਗੇ, ਚਾਹੇ ਅਚਲ ਬਟਾਲੇ ਦੀ ਗੋਸ਼ਟ ਹੈ, ਉਹ ਕਿਸੇ ਨਾ ਕਿਸੇ ਮੇਲੇ ਦੇ ਉੱਪਰ ਹੁੰਦੀ ਸੀ, ਕਿਸੇ ਨਾ ਕਿਸੇ ਦਿਨ ਨੂੰ ਮਿੱਥ ਕੇ ਉਸ ਜਗ੍ਹਾ 'ਤੇ ਪਹੁੰਚਿਆ ਜਾਂਦਾ ਸੀ। ਇੱਥੇ ਇੱਕ ਉਦਾਸੀਆਂ ਦਾ ਗੁਰੂ ਆਇਆ, ਉਹਦੀ ਔਰ ਜਾਨਕੀ ਪ੍ਰਸਾਦ ਦੀ ਆਪਸ ਦੇ ਵਿੱਚ ਚਰਚਾ ਹੋਈ ਹੈ। ਹੁਣ ਇਹ ਜਿਹੜਾ ਗੁਰੂ ਹੈ, ਉਸਦੇ ਕੋਲ ਗਿਆਨ ਬਹੁਤ ਹੈ। ਇਹਦਾ ਨਾਂ ਹੈ ਸਮਰੱਥ ਰਾਮਦਾਸ। ਸਮਰੱਥ ਰਾਮਦਾਸ ਦੀ ਅਤੇ ਜਾਨਕੀ ਪ੍ਰਸਾਦ ਦੀ ਆਪਸ ਦੇ ਵਿੱਚ ਚਰਚਾ ਹੋਈ। ਇਹ ਜਿਹੜਾ ਮਾਧੋ ਦਾਸ ਹੈ, ਇਹ 12 ਸਾਲ ਦੀ ਉਮਰ ਦੇ ਵਿੱਚ ਬੈਠਾ ਉਸ ਚਰਚਾ ਨੂੰ ਸੁਣ ਰਿਹਾ ਹੈ। ਉਸ ਚਰਚਾ ਦੇ ਵਿੱਚ ਇਹਦਾ ਗੁਰੂ ਜਾਨਕੀ ਪ੍ਰਸਾਦ ਹਾਰ ਗਿਆ, ਸਮਰੱਥ ਰਾਮਦਾਸ ਜਿੱਤ ਗਿਆ। ਹੁਣ ਕੁਦਰਤੀ ਬੱਚੇ ਦੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਜੇਕਰ ਮੈਂ ਘਰ ਦਾ ਤਿਆਗ ਹੀ ਕਰਨਾ ਹੈ, ਤਾਂ ਕਿਉਂ ਨਾ ਫਿਰ ਮੈਂ ਉਸ ਗੁਰੂ ਦਾ ਚੇਲਾ ਬਣਾਂ ਜਿਸ ਦੇ ਕੋਲ ਗਿਆਨ ਜ਼ਿਆਦਾ ਹੈ। ਹੁਣ ਅਗਲੀ ਗੱਲ ਫਿਰ ਆ ਜਾਂਦੀ ਹੈ
ਕਿ ਰਾਮਦਾਸ ਸਮਰੱਥ ਦੇ ਕੋਲ ਇੰਨਾ ਗਿਆਨ ਕਿਵੇਂ ਆਇਆ। ਹੁਣ ਸਮਰੱਥ ਰਾਮਦਾਸ ਜਿਹੜਾ ਉਹਦੇ ਜੀਵਨ ਦੀ ਇੱਕ ਮਰਾਠੀ ਭਾਸ਼ਾ ਦੀ ਕਿਤਾਬ ਹੈ, ਹੇਮੰਤ ਸਵਾਮੀ ਦੀ ਲਿਖੀ ਹੋਈ ਕਿਤਾਬ ਦਾ ਨਾਮ ਹੈ ਭੱਖਰ ਸਵਾਮੀ ਰਾਮਦਾਸ। ਮਰਾਠੀ ਭਾਸ਼ਾ ਦੇ ਵਿੱਚ ਖਬਰਾਂ ਦੇ ਸੰਗ੍ਰਹਿ ਨੂੰ ਭੱਖਰ ਕਿਹਾ ਜਾਂਦਾ। ਉਸ ਦੇ ਵਿੱਚ ਉਹਨਾਂ ਦੇ ਜੀਵਨ ਦੀਆਂ ਖਬਰਾਂ ਨੇ ਅਤੇ ਉਹ ਸਾਡੇ ਕੋਲ ਇਤਿਹਾਸ ਦਾ ਪਹਿਲਾ ਸਰੋਤ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਮਰੱਥ ਰਾਮਦਾਸ ਦੇ ਕੋਲ ਇੰਨਾ ਗਿਆਨ ਕਿੱਥੋਂ ਆਇਆ। ਆਪ ਨੂੰ ਯਾਦ ਹੋਵੇਗਾ ਯੂਪੀ ਦੇ ਵਿੱਚ ਨਾਨਕ ਮੱਤਾ ਸਾਹਿਬ ਅਸਥਾਨ, ਅਤੇ ਨਾਨਕ ਮੱਤਾ ਸਾਹਿਬ ਤੋਂ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵਾਪਸ ਪੰਜਾਬ ਨੂੰ ਆ ਰਹੇ ਨੇ ਅਤੇ ਜਿਹੜਾ ਗੜਵਾਲ ਵਾਲਾ ਸ਼੍ਰੀਨਗਰ ਹੈ ਇੱਥੇ ਮੁਲਾਕਾਤ ਹੋਈ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਔਰ ਸਵਾਮੀ ਰਾਮਦਾਸ ਦੀ 1631 ਦੇ ਵਿੱਚ। ਅਤੇ ਉੱਥੇ ਉਸਨੇ ਸਵਾਲ ਕੀਤਾ ਸੀ ਕਿ ਇਹ ਕੌਣ ਨੇ, ਆਪਣੇ ਚੇਲੇ ਨੂੰ ਪੁੱਛਦਾ ਇਹ ਕੌਣ ਨੇ। ਉਸਨੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਚੱਲੇ ਆ ਰਹੇ ਸਿੱਖਾਂ ਨੂੰ ਪੁੱਛ ਕੇ ਜਵਾਬ ਦਿੱਤਾ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ। ਕਹਿੰਦਾ ਮੈਂ ਮਿਲਣਾ ਚਾਹੁੰਦਾ। ਛੇਵੇਂ ਪਾਤਸ਼ਾਹ ਨੂੰ ਆ ਕੇ ਮਿਲਿਆ ਅਤੇ ਇਹ ਕਿਸਨੇ ਸਵਾਲ ਕੀਤਾ ਛੇਵੇਂ ਪਾਤਸ਼ਾਹ ਨੂੰ। ਹੁਣ ਉਸ ਸਵਾਲ ਦੇ ਵਿੱਚ ਇੱਕ ਬਹੁਤ ਗੂੜੀ ਗੱਲ ਹੈ, ਬੜੀ ਡੂੰਘੀ ਗੱਲ ਹੈ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸਨੇ ਸਵਾਲ ਕੀਤਾ ਛੇਵੇਂ ਪਾਤਸ਼ਾਹ ਨੂੰ ਸਮਰੱਥ ਰਾਮਦਾਸ ਨੇ, ਕਹਿੰਦਾ ਕਿ ਗੁਰੂ ਨਾਨਕ ਨੇ ਤਾਂ ਸੰਸਾਰ ਦਾ ਤਿਆਗ ਕੀਤਾ ਸੀ, ਤੁਸੀਂ ਸ਼ਸਤਰਧਾਰੀ ਸੂਰਮੇ ਹੋ, ਤੁਸੀਂ ਆਪਣੇ ਨਾਲ ਕਿਰਪਾਨਧਾਰੀ ਤੇਗਬੰਦ ਸੂਰਮੇ ਲੈ ਕੇ ਫਿਰ ਰਹੇ ਹੋ, ਗੁਰੂ ਨਾਨਕ ਸਾਹਿਬ ਨੇ ਤਾਂ ਸੰਸਾਰ ਦਾ ਤਿਆਗ ਕੀਤਾ ਸੀ। ਹੁਣ ਇਹ ਸਵਾਲ ਕੋਈ ਸਾਡੇ ਸਾਹਮਣੇ ਵੀ ਕਵੇ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਸ਼ਬਦਾਂ ਦੀ ਜਿਹੜੀ ਡੂੰਘਾਈ ਅਸੀਂ ਸਮਝ ਨਹੀਂ ਸਕਾਂਗੇ। ਪਰ ਛੇਵੇਂ ਪਾਤਸ਼ਾਹ ਦੇ ਜਵਾਬ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਿਓ। ਛੇਵੇਂ ਪਾਤਸ਼ਾਹ ਕਹਿੰਦੇ ਨੇ ਸਮਰੱਥ ਰਾਮਦਾਸ ਤੈਨੂੰ ਇਲਮ ਨਹੀਂ, ਤੈਨੂੰ ਸੱਚਾਈ ਦਾ ਪਤਾ ਨਹੀਂ, ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਨਹੀਂ ਬਲਕਿ ਸੰਸਾਰ ਦੇ ਵਿੱਚ ਰਹਿੰਦਿਆਂ ਮਾਇਆ ਦਾ ਤਿਆਗ ਕੀਤਾ ਸੀ। ਇਹ ਗੱਲ ਸਮਝਣ ਵਾਲੀ ਹੈ। ਉਹਦਾ ਸਵਾਲ ਹੈ ਕਿ ਗੁਰੂ ਨਾਨਕ ਨੇ ਸੰਸਾਰ ਦਾ ਤਿਆਗ ਕੀਤਾ ਸੀ, ਤੁਸੀਂ ਸ਼ਸਤਰ ਪਹਿਨੇ ਨੇ, ਅਤੇ ਛੇਵੇਂ ਪਾਤਸ਼ਾਹ ਕਹਿੰਦੇ ਨੇ ਸਮਰੱਥ ਰਾਮਦਾਸ ਤੇਰੇ ਕੋਲ ਗਿਆਨ ਦੀ ਘਾਟ ਹੈ, ਤੂੰ ਗੱਲ ਨੂੰ ਸਮਝ ਨਹੀਂ ਸਕਿਆ, ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਨਹੀਂ ਬਲਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਮਾਇਆ ਦਾ ਤਿਆਗ ਕੀਤਾ ਹੀ। ਇਹੀ ਸਾਡਾ ਸਿੱਖੀ ਦਾ ਅਸੂਲ ਹੈ, ਅੰਜਨ ਮਹਿ ਨਿਰੰਜਨ ਰਹੀਏ। ਅੰਜਨ ਮਾਇਆ ਹੈ, ਨਿਰੰਜਨ ਮਾਇਆ ਤੋਂ ਰਹਿਤ, ਕਿ ਮਾਇਆ ਵੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਰੂਹਾਨੀਅਤ ਦੇ ਨਾਲ ਜੁੜੇ ਰਹਿਣਾ ਅਤੇ ਮਾਇਆਤ ਨੂੰ ਛੱਡ ਦੇਣਾ, ਰਬਾਨੀਅਤ ਅਤੇ ਰੂਹਾਨੀਅਤ ਨੂੰ ਅਪਣਾ ਲੈਣਾ, ਇਹ ਤਾਂ ਗੁਰੂ ਸਾਹਿਬ ਦਾ ਉਪਦੇਸ਼ ਹੈ। ਫਿਰ ਉਸਦਾ ਅਗਲਾ ਸਵਾਲ ਹੈ ਤੁਸੀਂ ਸ਼ਸਤਰ ਕਿਉਂ ਪਹਿਨੇ ਨੇ, ਅਤੇ ਗੁਰਦੇਵ ਪਾਤਸ਼ਾਹ ਦਾ ਜਵਾਬ ਤੁਸੀਂ ਸਾਰੇ ਤਕਰੀਬਨ ਸਿੱਖ ਸਰੋਤਾਂ ਦੇ ਵਿੱਚ ਪੜ੍ਹਿਆ ਹੋਵੇਗਾ, ਸ਼ਸਤਰਨ ਗਰੀਬ ਕੀ ਰੱਖਿਆ ਜਰਵਾਣੀ ਕੀ ਪੱਖਿਆ। ਇਹ ਸ਼ਸਤਰ ਨਾ ਤਾਂ ਵਿਖਾਵੇ ਵਾਸਤੇ ਨੇ, ਨਾ ਕਿਸੇ ਨੂੰ ਡਰਾਉਣ ਦੇ ਵਾਸਤੇ ਨੇ, ਨਾ ਕਿਸੇ ਨੂੰ ਧਮਕਾਉਣ ਦੇ ਵਾਸਤੇ ਨੇ। ਇਹਨਾਂ ਸ਼ਸਤਰਾਂ ਨੂੰ ਪਹਿਨਣ ਦਾ ਪ੍ਰਯੋਜਨ ਤਾਂ ਇੰਨਾ ਹੈ ਕਿ ਗਰੀਬ ਦੀ ਰੱਖਿਆ ਕਰਨੀ ਅਤੇ ਜ਼ਲਮ ਜਿਹੜਾ ਜ਼ਲਮ ਹੈ ਜ਼ੁਲਮ ਕਰਨ ਵਾਲਾ ਉਸਨੂੰ ਦੰਡ ਦੇਣਾ। ਇਹੀ ਸਾਡੀ ਸਿੱਖ ਮਰਿਆਦਾ ਦੇ ਵਿੱਚ ਸ਼ਸਤਰ ਦੀ ਪਰੰਪਰਾ ਹੈ। ਇਹ ਨਾ ਕਿਸੇ ਨੂੰ ਡਰਾਉਣ ਦੇ ਵਾਸਤੇ ਨੇ, ਨਾ ਕਿਸੇ ਨੂੰ ਧਮਕਾਉਣ ਦੇ ਵਾਸਤੇ। ਉਸ ਸਮੇਂ ਮਰਾਠੀ ਭਾਸ਼ਾ ਦੇ ਵਿੱਚ ਇਹਦਾ ਜਵਾਬ ਦਿੱਤਾ ਹੈ ਸਵਾਮੀ ਰਾਮਦਾਸ ਨੇ, ਕਹਿੰਦਾ ਇਹਾਂ ਬਾਤ ਮੇਰੇ ਮਨ ਭਾਵਤੀ ਹੈ, ਕਿ ਤੁਹਾਡੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ ਕਿ ਕਿਤੇ ਵੀ ਜ਼ੁਲਮ ਨੂੰ ਬਚਾਉਣ ਦੇ ਵਾਸਤੇ ਅਤੇ ਜ਼ਾਲਮ ਨੂੰ ਦਬਾਉਣ ਦੇ ਵਾਸਤੇ ਸ਼ਸਤਰ ਦੀ ਲੋੜ ਹੁੰਦੀ ਹੈ। ਔਰ ਇਹੀ ਪਰਿਭਾਸ਼ਾ ਉਸਨੇ ਜਾ ਕੇ ਸ਼ਿਵਾਜੀ ਮਰਾਠੇ ਨੂੰ ਦੱਸੀ ਹੈ। ਇਹ ਜਿਹੜਾ ਸਵਾਮੀ ਰਾਮਦਾਸ ਹੈ ਸ਼ਿਵਾਜੀ ਮਰਾਠੇ ਦਾ ਧਾਰਮਿਕ ਗੁਰੂ ਸੀ। ਹੁਣ ਤੁਸੀਂ ਵੇਖੋ ਇਹਦਾ ਮਤਲਬ ਇਹ ਕਿ ਬੰਦਾ ਬਹਾਦਰ ਦਾ ਜਨਮ ਦੇ ਵੇਲੇ ਲਛਮਣ ਦੇਵ ਤੋਂ ਮਾਧੋ ਦਾਸ ਬਣਾਉਣ ਵਾਲਾ ਗੁਰੂ ਜਾਨਕੀ ਪ੍ਰਸਾਦ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਜਾਣਦਾ ਹੈ, ਅਤੇ ਜਿਹੜਾ ਉਸਦਾ ਬਾਅਦ ਦੇ ਵਿੱਚ ਗੁਰੂ ਬਣਿਆ ਸਮਰੱਥ ਰਾਮਦਾਸ, ਜਿਸ ਦੇ ਨਾਲ ਇਹ ਜਿਹੜਾ ਮਾਧੋ ਦਾਸ ਹੈ ਇਹ ਚਲਾ ਗਿਆ ਪੰਚਵਟੀ ਦੇ ਸਥਾਨ 'ਤੇ ਨੰਦੇੜ, ਉਹ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਹੈ। ਤੀਸਰੀ ਗੱਲ, ਇਹ ਘਟਨਾ 1674 ਦੀ ਹੈ। ਜਦੋਂ ਸਵਾਮੀ ਰਾਮਦਾਸ ਦੇ ਨਾਲ ਜਾਣ ਤੋਂ ਬਾਅਦ ਇਹ ਵਾਪਸ ਪੰਜਾਬ ਦੇ ਇਲਾਕੇ ਦੇ ਵਿੱਚ ਆਇਆ ਅਤੇ ਤੁਹਾਨੂੰ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਦੀ ਲਿਖੀ ਹੋਈ ਉਹਦਾ ਜੇਕਰ ਤੁਹਾਨੂੰ ਸਭ ਤੋਂ ਪਹਿਲਾ ਖਰੜਾ ਜਾਂ ਉਸ ਤੋਂ ਬਾਅਦ ਜਿਹੜਾ 1882 ਤੋਂ 87 ਦੇ ਵਿੱਚ ਛਪਿਆ ਹੈ ਉਹਨੂੰ ਪੜ੍ਹਨ ਦਾ ਮੌਕਾ ਮਿਲੇ ਅਤੇ ਤੁਹਾਨੂੰ ਇੱਕ ਸਬੂਤ ਉਹਦੇ ਵਿੱਚੋਂ ਹੋਰ ਮਿਲੇਗਾ, ਉਹ ਇਹ ਹੈ ਕਿ ਅਨੰਦਪੁਰ ਸਾਹਿਬ ਵੈਰਾਗੀਆਂ ਦਾ ਇੱਕ ਟੋਲਾ ਆਇਆ। ਇਹ ਜਿਹੜੀ ਘਟਨਾ ਹੈ ਇਹ ਘਟਨਾ 1690 ਦੀ। ਅਨੰਦਪੁਰ ਸਾਹਿਬ ਵੈਰਾਗੀਆਂ ਦਾ ਇੱਕ ਟੋਲਾ ਆਇਆ
ਅਤੇ ਉਹਨਾਂ ਵੈਰਾਗੀਆਂ ਦਾ ਮੁਖੀ ਮਾਧੋ ਦਾਸ ਤੀਰ ਅੰਦਾਜ਼ੀ ਦੇ ਵਿੱਚ ਬੜਾ ਮਾਹਰ ਸੀ। ਇਸ ਦਾ ਮਤਲਬ ਕਿ ਮਾਧੋ ਦਾਸ ਜਿਸ ਵੇਲੇ ਉਦਾਸੀ ਬਣਿਆ ਸੀ ਉਸ ਵੇਲੇ ਵੀ ਗੋਬਿੰਦ ਰਾਏ ਜਿਹੜੇ ਉਦੋਂ ਗੋਬਿੰਦ ਰਾਏ ਨੇ ਗੁਰੂ ਗੋਬਿੰਦ ਸਿੰਘ ਨਹੀਂ ਬਣੇ 1690 ਦੇ ਵਿੱਚ ਉਦੋਂ ਇੱਕ ਮੁਲਾਕਾਤ ਹੋ ਚੁੱਕੀ ਹੈ। ਅਗਲੀ ਗੱਲ ਅਗਲੇਰੀ ਮੁਲਾਕਾਤ ਦੀ ਗੱਲ ਇਸ ਦਾ ਜ਼ਿਕਰ ਆਉਂਦਾ ਹੈ ਸਰੂਪ ਸਿੰਘ ਕੌਸ਼ਿਸ਼ ਦੀਆਂ ਪੱਟਵਈਆਂ ਦੇ ਵਿੱਚ ਜਿਨ੍ਹਾਂ ਦਾ ਆਧਾਰ ਜਿਹੜਾ ਭੱਟਖਰੀ ਹੈ ਉਹਦੇ ਵਿੱਚ ਅਗਲੀ ਮੁਲਾਕਾਤ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਰੈਣੇ ਦੇ ਸਥਾਨ ਦੇ ਉੱਪਰ ਦਾਦੂ ਰਾਮ ਦੀ ਕਬਰ ਦੇ ਉੱਪਰ ਜਿਹੜੀ ਘਟਨਾ ਵਾਪਰਦੀ ਹੈ ਅਤੇ ਉਦੋਂ ਜੈਤ ਰਾਮ ਨੂੰ ਮਿਲਦੇ ਨੇ ਅਤੇ ਜੈਤ ਰਾਮ ਜਦੋਂ ਗੁਰੂ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਪੰਚਵਟੀ ਦੇ ਸਥਾਨ ਦੇ ਅੱਗੇ ਨਾ ਜਾਇਓ ਕਿਉਂਕਿ ਉੱਥੇ ਇੱਕ ਮਾਧੋ ਦਾਸ ਨਾਮ ਦਾ ਜੋਗੀ ਰਹਿੰਦਾ ਜਿਹੜਾ ਆਏ ਗਏ ਅਭਿਆਗਤ ਦੀ ਬੇਇੱਜ਼ਤੀ ਕਰਦਾ ਅਤੇ ਉੱਥੇ ਗੁਰੂ ਸਾਹਿਬ ਦਾ ਜਵਾਬ ਹੈ ਅਸੀਂ ਮਾਧੋ ਦਾਸ ਨੂੰ ਕਨਖਲ ਵਿਖੇ ਪਹਿਲਾਂ ਵੀ ਮਿਲ ਚੁੱਕੇ ਹਾਂ। ਇਹਦਾ ਮਤਲਬ ਮੁਲਾਕਾਤ ਕਨਖਲ ਵੀ ਹੋ ਚੁੱਕੀ ਹੈ ਅਤੇ ਕਨਖਲ ਗੁਰੂ ਸਾਹਿਬ ਕਦੋਂ ਆਏ ਸੀ ਹਰਿਦੁਆਰ ਦੇ ਕੋਲ ਜਦੋਂ ਗੁਰੂ ਸਾਹਿਬ ਡੇਰਾਦੂਨ ਮਸੰਦਾਂ ਨੂੰ ਸੋਧਣ ਤੋਂ ਬਾਅਦ ਵਾਪਸ ਆ ਰਹੇ ਸੀ। ਉਹਨਾਂ ਸਰੋਤਾਂ ਦੇ 'ਚ ਜ਼ਿਕਰ ਮਿਲਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਨਖਲ ਰੁਕੇ ਅਤੇ ਉਸ ਅਸਥਾਨ ਦੇ ਉੱਪਰ ਇੱਕ ਵੈਰਾਗੀਆਂ ਦੇ ਮੁਖੀ ਦੇ ਨਾਲ ਗੁਰੂ ਸਾਹਿਬ ਦੀ ਵਾਰਤਾਲਾਪ ਹੋਈ। ਸੋ ਇਹ ਚਾਰ ਇਤਿਹਾਸ ਦੇ ਸਾਡੇ ਕੋਲ ਅਹਿਮ ਸਬੂਤ ਨੇ ਕਿ 11 ਸਾਲ ਦੀ ਉਮਰ ਦੇ ਵਿੱਚ ਘਰ ਛੱਡਣ ਤੋਂ ਬਾਅਦ ਇਹ ਮਾਧੋ ਦਾਸ ਵੈਰਾਗੀ ਜਿੱਥੇ ਜਿੱਥੇ ਵੀ ਰਿਹਾ ਕਿਤੇ ਨਾ ਕਿਤੇ ਸਿੱਖ ਵਿਚਾਰਧਾਰਾ ਦੇ ਨਾਲ ਜੁੜਿਆ ਰਿਹਾ। ਇਹ ਮੈਂ ਗੱਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਲੋਕ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਕਰਦੇ ਨੇ ਕਿ ਉਹਨੇ ਇੱਕ ਹਿੰਦੂ ਵੈਰਾਗੀ ਹੋਣ ਦੇ ਰੂਪ ਦੇ ਵਿੱਚ ਸਿੱਖਾਂ ਦੇ ਗੁਰੂ ਦੇ ਬੱਚਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਇਹ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਉਹ ਪਹਿਲਾਂ ਹੀ ਗੁਰੂ ਦੀ ਵਿਚਾਰਧਾਰਾ ਤੋਂ ਜਾਣੂ ਸੀ। ਦੂਸਰੀ ਗੱਲ ਜਦੋਂ ਗੁਰੂ ਸਾਹਿਬ ਦਮਦਮਾ ਸਾਹਿਬ ਤਲਵੰਡੀ ਤੋਂ ਤੁਰਦੇ ਨੇ ਦੱਖਣ ਦੇ ਵਾਸਤੇ ਤਾਂ ਉਸ ਵੇਲੇ ਇੱਕ ਸਿੱਖਾਂ ਨੇ ਸਵਾਲ ਕੀਤਾ ਕਿ ਦੱਖਣ ਅਸੀਂ ਕਿਉਂ ਜਾ ਰਹੇ ਹਾਂ ਅਤੇ ਪਾਤਸ਼ਾਹ ਦਾ ਜਿਹੜਾ ਜਵਾਬ ਹੈ ਉਹਨੂੰ ਸਮਝਣ ਦੀ ਲੋੜ ਹੈ। ਪਾਤਸ਼ਾਹ ਕਹਿੰਦੇ ਨੇ ਦੱਖਣ ਵੀ ਸਾਨੂੰ ਪਿਆਰਾ ਹੈ ਉੱਥੇ ਕਈ ਕੰਮ ਸਵਰਨਗੇ। ਇਹਦਾ ਮਤਲਬ ਗੁਰੂ ਸਾਹਿਬ ਨੂੰ ਪਤਾ ਹੈ ਕਿ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਕਿਵੇਂ ਤਿਆਰ ਹੋਣਾ ਹੈ ਅਤੇ ਕਿੱਥੋਂ ਤਿਆਰ ਹੋਣਾ ਹੈ। ਖੈਰ ਇਹ ਮਾਧੋ ਦਾਸ ਨਾਂ ਦਾ ਵੈਰਾਗੀ ਮੈਂ ਇੱਕ ਬੇਨਤੀ ਇਹਦੇ ਨਾਲ ਹੋਰ ਵੀ ਕਰਦੇ ਹਾਂ। ਮਾਧੋ ਦਾਸ ਜਦੋਂ ਆਪਣੇ ਘਰ ਵਿੱਚ ਲਛਮਣ ਦੇਵ ਤੋਂ ਮਾਧੋ ਦਾਸ ਬਣਿਆ ਜਾਨਕੀ ਪ੍ਰਸਾਦ ਦੇ ਕੋਲ ਆ ਗਏ ਅਤੇ ਉਹ ਵੈਰਾਗੀ ਸੀ। ਵੈਰਾਗੀਆਂ ਤੋਂ ਬਾਅਦ ਜਦੋਂ ਉਹ ਸਮਰੱਥ ਰਾਮਦਾਸ ਦਾ ਚੇਲਾ ਬਣ ਗਿਆ ਅਤੇ ਉਹ ਉਦਾਸੀ ਬਣ ਗਿਆ ਅਤੇ ਜਦੋਂ 1683 ਦੇ ਵਿੱਚ ਸਮਰੱਥ ਰਾਮਦਾਸ ਦੀ ਮੌਤ ਹੋ ਗਈ ਤਾਂ ਉਸ ਵੇਲੇ ਮਾਧੋ ਦਾਸ ਨੇ ਆਪਣਾ ਗੁਰੂ ਬਣਾ ਲਿਆ ਔਗੜ ਨਾਥ ਨੂੰ। ਔਗੜ ਨਾਥ ਜੋਗੀ ਸੀ ਅਤੇ ਮੈਂ ਉਹਨਾਂ ਲੋਕਾਂ ਨੂੰ ਇਸ ਗੱਲ 'ਚ ਜਵਾਬ ਦੇਣਾ ਚਾਹੁੰਦਾ ਜਿਹੜੇ ਕਹਿੰਦੇ ਬੰਦਾ ਵੈਰਾਗੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੰਦਾ ਸਿੰਘ ਬਹਾਦਰ ਦਾ ਮਿਲਾਪ ਹੋਇਆ ਮਾਧੋ ਦਾਸ ਦੇ ਰੂਪ 'ਚ ਉਦੋਂ ਵੈਰਾਗ ਨੂੰ ਛੱਡ ਕੇ ਜੋਗ ਮਤ ਜਾ ਚੁੱਕਾ ਸੀ ਕਿਉਂਕਿ ਜਿਹੜਾ ਉਹਦਾ ਉਹ ਗੁਰੂ ਸੀ ਉਹ ਜੋਗੀ ਸੀ। ਔਗੜ ਨਾਥ ਦੀ ਮੌਤ ਜਿਹੜੀ ਹੈ ਉਹ 1696 ਦੇ ਵਿੱਚ ਹੋਈ ਹੈ ਅਤੇ 1696 ਦੇ ਵਿੱਚ ਬਾਅਦ ਦੇ ਵਿੱਚ ਇੱਥੇ ਇਸ ਮਾਧੋ ਦਾਸ ਜੋਗੀ ਨੇ ਆਪਣਾ ਡੇਰਾ ਸਥਾਪਿਤ ਕੀਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪਹੁੰਚੇ ਨੇ 1708 ਦੇ ਵਿੱਚ। ਕਲਗੀਧਰ ਪਾਤਸ਼ਾਹ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਧੋ ਦਾਸ ਜੋਗੀ ਦੇ ਨਾਲ ਜਿਹੜਾ ਮਿਲਾਪ ਹੋਇਆ ਉਹਦੇ ਬਾਰੇ ਸਾਡੇ ਕੋਲ ਇੱਕ ਫਾਰਸੀ ਦਾ ਅਹਿਮ ਸਰੋਤ ਹੈ ਕਿ ਉਹ ਮਿਲਾਪ ਕਿਸ ਦਿਨ ਹੋਇਆ। ਉਹ ਮਿਲਾਪ ਹੋਇਆ ਉਸ ਮਿਲਾਪ ਦੇ ਬਾਰੇ ਤੁਸੀਂ ਯਾਦ ਹੋਵੇਗਾ ਤੁਹਾਨੂੰ 6ਵੇਂ ਪਾਤਸ਼ਾਹ ਦੇ ਸਮੇਂ ਦੋ ਬੜੇ ਮਸ਼ਹੂਰ ਢਾਡੀ ਹੋਏ ਨੇ ਮਾਝੇ ਦੇ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਨੱਥਮਲ ਅਤੇ ਅਬਦੁੱਲਾ। ਜਦੋਂ 6ਵੇਂ ਪਾਤਸ਼ਾਹ ਨੇ ਮੀਰੀ ਔਰ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਸੀ ਅਤੇ ਉਹਨਾਂ ਨੇ ਵਾਰ ਪੜ੍ਹੀ ਸੀ ਬੜੀ ਮਸ਼ਹੂਰ ਹੈ, 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਜਿਹਦੀ ਆਖਰੀ ਲਾਈਨ ਸੀ ਪੱਗ ਤੇਰੀ ਕੀ ਜਹਾਂਗੀਰ ਦੀ। ਉਹਨਾਂ ਦੇ ਵਿੱਚੋਂ ਜਿਹੜਾ ਢਾਡੀ ਨੱਥਮਲ ਸੀ ਉਹਦੀ ਕਿਤਾਬ ਹੈ ਅਮਰਨਾਮਾ ਫਾਰਸੀ ਦੇ ਵਿੱਚ। ਅਤੇ ਅਮਰਨਾਮਾ ਸਾਡੇ ਕੋਲ ਇੱਕ ਐਸਾ ਸਰੋਤ ਹੈ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਲਾਪ ਹੋਇਆ ਮਾਧੋ ਦਾਸ ਦੇ ਨਾਲ ਉਸ ਦਿਨ ਸੂਰਜ ਗ੍ਰਹਿਣ ਦਾ ਦਿਨ ਸੀ। ਅਤੇ ਹੁਣ ਫੋਨ ਤੁਹਾਡੇ ਸਾਰਿਆਂ ਦੇ ਕੋਲ ਸਮਾਰਟਫੋਨ ਹੈਗੇ ਨੇ, ਜੇਕਰ ਤੁਸੀਂ ਉਸ ਦੱਖਣੀ ਭਾਰਤ ਦੇ ਵਿੱਚ 1708 ਦਾ ਸੂਰਜ ਗ੍ਰਹਿਣ ਵੇਖੋ ਤਾਂ ਉਹਨਾਂ ਦਿਨਾਂ ਦੇ ਵਿੱਚ 22 ਮਿੰਟ ਦੇ ਕਰੀਬ ਦਾ ਇੱਕ ਬਹੁਤ ਵੱਡਾ ਸੂਰਜ ਗ੍ਰਹਿਣ ਲੱਗਾ ਸੀਗਾ ਅਤੇ ਜਿਹਦਾ ਦਿਨ ਬਣਦਾ ਹੈ 3 ਸਤੰਬਰ। ਸੋ 3 ਸਤੰਬਰ 1708 ਨੂੰ ਗੁਰੂ ਸਾਹਿਬ ਦਾ ਮਿਲਾਪ ਹੋਇਆ ਮਾਧੋ ਦਾਸ ਦੇ ਨਾਲ।
ਅੱਗੇ ਆ ਜਾਈਏ। ਮਾਧੋਦਾਸ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਾਰਤਾਲਾਪ, ਜਦੋਂ ਤੱਕ ਇਹ ਵਾਰਤਾਲਾਪ ਸਾਨੂੰ ਫਾਰਸੀ ਸਰੋਤਾਂ ਦੇ ਵਿੱਚੋਂ ਸਾਹਮਣੇ ਨਹੀਂ ਸੀ ਆਈ, ਉਦੋਂ ਤੱਕ ਬਹੁਤ ਵੱਡੇ ਵੱਡੇ ਉਹ ਲੇਖਕ ਜਿਨ੍ਹਾਂ ਨੂੰ ਅਸੀਂ ਸਭ ਤੋਂ ਵੱਧ ਪੜ੍ਹਿਆ ਅਤੇ ਸਭ ਤੋਂ ਵੱਧ ਵੰਡਿਆ ਗਿਆ ਸਿੱਖਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਲਾਲਾ ਦੌਲਤ ਰਾਏ ਵੀ ਆ ਜਾਂਦਾ, ਉਹਨੇ ਵੀ ਇਹ ਗੱਲ ਲਿਖ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਧੋਦਾਸ ਨੂੰ ਅੰਮ੍ਰਿਤ ਇਸ ਕਰਕੇ ਨਾ ਛਕਾਇਆ ਕਿ ਉਹ ਅੱਗੇ ਤੋਂ ਦੇਹਧਾਰੀ ਪਰੰਪਰਾ ਨੂੰ ਬੰਦ ਕਰਨਾ ਚਾਹੁੰਦੇ ਸੀ। ਇਸ ਲਾਲਾ ਦੌਲਤ ਰਾਏ ਨੇ ਵੀ ਇੱਕ ਸਿੱਖਾਂ ਨੂੰ ਸ਼ੂਗਰ ਕੋਟਡ ਜ਼ਹਿਰ ਦਿੱਤੀ ਇਹ ਸਿੱਧ ਕਰਨ ਦੇ ਵਾਸਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਨਹੀਂ ਛਕਾਇਆ। ਪਰ ਇਸ ਗੱਲ ਦਾ ਜਵਾਬ ਉਦੋਂ ਸਾਹਮਣੇ ਆਇਆ ਜਦੋਂ ਡਾਕਟਰ ਗੰਡਾ ਸਿੰਘ ਨੇ ਅਹਿਮਦ ਸ਼ਾਹ ਬਟਾਲਵੀ ਦੀ ਲਿਖਤ ਤਾਰੀਖੇ ਪੰਜਾਬ ਦਾ ਚੈਪਟਰ ਇਬਤਦਾਏ ਸਿੰਘਾਂ ਵਾ ਮਜ਼ਬੇ ਏਸ਼ਾ ਕੱਢ ਕੇ ਆਪਣੀ ਕਿਤਾਬ ਦੇ ਵਿੱਚ ਦੇ ਦਿੱਤਾ। ਉਸ ਦੇ ਵਿੱਚ ਗੁਰੂ ਸਾਹਿਬ ਦਾ ਔਰ ਮਾਧੋਦਾਸ ਜੋਗੀ ਦਾ ਵਾਰਤਾਲਾਪ ਦਾ ਜ਼ਿਕਰ ਹੈ। ਗੁਰੂ ਸਾਹਿਬ ਦਾ ਉੱਥੇ ਜਾਣਾ, ਵਾਰਤਾਲਾਪ ਦੇ ਵਿੱਚ ਉਸਦਾ ਕਹਿਣਾ ਕਿ ਮੈਂ ਤੁਹਾਡਾ ਬੰਦਾ ਹਾਂ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੰਡੇ ਬਾਟੇ ਦੀ ਪਾਹੁਲ ਦੇ ਕੇ ਉਸਨੂੰ ਸਿੰਘ ਸਜਾਉਣਾ, ਇਹਦਾ ਅਗਲਾ ਸਭ ਤੋਂ ਵੱਡਾ ਸਬੂਤ ਸਾਨੂੰ ਮਿਲ ਜਾਂਦਾ ਹੈ ਭੱਟ ਵਹੀਆਂ ਦੇ ਵਿੱਚ, ਜਿਸ ਨੂੰ ਸਰੂਪ ਸਿੰਘ ਕੌਸ਼ਿਸ਼ ਨੇ ਐਡਿਟ ਕੀਤਾ ਹੈ। ਸੋ ਅੱਜ ਸਾਡੇ ਕੋਲ ਤਕਰੀਬਨ 37 ਸਬੂਤ ਨੇ ਇਤਿਹਾਸ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਧੋਦਾਸ ਜੋਗੀ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਬੰਦਾ ਸਿੰਘ ਬਹਾਦਰ ਤਿਆਰ ਕਰੀਤਾ। ਹੁਣ ਅਗਲੀ ਗੱਲ ਆ ਜਾਂਦੀ, ਕੁਝ ਸਰੋਤਾਂ ਦੇ ਵਿੱਚ ਨਾਮ ਗੁਰਬਖਸ਼ ਸਿੰਘ ਆਉਂਦਾ। ਇਤਿਹਾਸ ਦੇ ਵਿੱਚ ਤੁਸੀਂ ਜਿੰਨੇ ਵੀ ਸਿੱਖ ਜਿਹੜੇ ਬਾਅਦ ਦੇ ਵਿੱਚ ਧਰਮ ਦੇ ਵਿੱਚ ਆਉਂਦੇ ਸੀ, ਜ਼ਿਆਦਾਤਰ ਸਿੱਖ ਉਹਨਾਂ ਨੂੰ ਗੁਰੂ ਬਖਸ਼ ਕਹਿ ਕੇ ਹੀ ਬੁਲਾਉਂਦੇ ਸੀ, ਗੁਰੂ ਦਾ ਬਖਸ਼ਿਆ ਹੋਇਆ। ਭਾਈ ਰਾਮ ਕਵਰ ਸਿੰਘ ਆਉਂਦੇ ਨੇ, ਉਹਨਾਂ ਦੇ ਨਾਮ ਵੀ ਗੁਰਬਖਸ਼ ਆਉਂਦਾ ਹੈ। ਇਸੇ ਤਰ੍ਹਾਂ ਸਾਹਿਬ ਸਿੰਘ ਬੇਦੀ ਦੇ ਪਰਿਵਾਰ 'ਚ ਇੱਕ ਸਿੱਖ ਆਉਂਦੇ ਨੇ, ਉਹਨਾਂ ਦਾ ਨਾਮ ਵੀ ਗੁਰਬਖਸ਼ ਸਿੰਘ ਆਉਂਦਾ ਹੈ। ਜਿਹੜਾ ਗੁਰੂ ਨੇ ਬਖਸ਼ ਲਿਆ ਉਸ ਨੂੰ ਸਿੰਘ ਗੁਰਬਖਸ਼ ਸਿੰਘ ਕਰਕੇ ਹੀ ਬੁਲਾਉਂਦੇ ਸੀ। ਭਾਵੇਂ ਕਿ ਇਤਿਹਾਸਕ ਸਰੋਤਾਂ ਦੇ ਵਿੱਚ ਸਾਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਗੁਰਬਖਸ਼ ਸਿੰਘ ਵੀ ਮਿਲਦਾ ਹੈ, ਪਰ ਜਿੰਨੇ ਲਿਖੇ ਹੋਏ ਫਰਮਾਨ ਹੁਕਮਨਾਮੇ ਅਤੇ ਸਾਨੂੰ ਇਤਿਹਾਸਕ ਸਰੋਤ ਮਿਲਦੇ ਨੇ, ਉਹਨਾਂ ਦੇ ਵਿੱਚ ਨਾਮ ਸਾਨੂੰ ਬੰਦਾ ਸਿੰਘ ਬਹਾਦਰ ਹੀ ਮਿਲਦਾ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਬ ਵੱਲ ਤੋਰਿਆ। ਜਿਹੜਾ ਪੰਜਾਬ ਨੂੰ ਤੋਰਿਆ ਅਤੇ ਜੋ ਗੁਰੂ ਸਾਹਿਬ ਨੇ ਕਿਹਾ ਸਾਨੂੰ ਇਸ ਦਾ ਜ਼ਿਕਰ ਪੰਥ ਪ੍ਰਕਾਸ਼ 'ਚ ਮਿਲਦਾ ਹੈ, ਪਰ ਜਿਹੜੇ ਸ਼ਬਦ ਨੇ ਅਸੀਂ ਉਹਨਾਂ ਸ਼ਬਦਾਂ ਦੇ ਅਰਥ ਬਦਲੇ ਨੇ, ਔਰ ਉਹਨਾਂ ਅਰਥ ਬਦਲਣ ਦਾ ਨੁਕਸਾਨ ਇਹ ਹੋਇਆ ਕਿ ਇੱਕ ਬਹੁਤ ਵੱਡੀ ਘਾਲਣਾ ਨੂੰ ਅਸੀਂ ਛੋਟੇ ਰੂਪ 'ਚ ਲੈ ਆਉਂਦਾ ਹੈ। ਜਿਸ ਦਿਨ ਨੂੰ ਤੁਸੀਂ ਅੱਜ ਮਨਾ ਰਹੇ ਹੋ, ਅੱਜ ਦੇ ਦਿਨ ਵਜ਼ੀਰ ਖਾਨ ਮਾਰਿਆ ਗਿਆ ਸੀ। ਅਸੀਂ ਫਤਿਹ ਦਿਵਸ ਇਸ ਕਰਕੇ ਕਹਿੰਦੇ ਹਾਂ ਕਿ ਵਜ਼ੀਰ ਖਾਨ ਦੇ ਪਰਗਣੇ ਦੀ ਫੌਜ, ਜਿਹੜਾ ਸਰਹੰਦ ਦਾ ਪਰਗਣਾ ਸੀ, ਇਹਦੇ ਅਧੀਨ 28 ਪਰਗਣੇ ਆਉਂਦੇ ਸੀ। ਇਹਨਾਂ ਦੇ ਕੋਲ ਤਕਰੀਬਨ 40 ਤੋਂ ਵੱਧ ਤੋਪਾਂ ਸੀ ਅਤੇ 49,000 ਇਹਨਾਂ ਕੋਲ ਘੋੜਸਵਾਰ ਅਤੇ ਪੈਦਲ ਫੌਜ ਸੀ, ਅਖਬਾਰ ਅਤੇ ਦਰਬਾਰੇ ਮੌਲਾ ਦੇ ਮੁਤਾਬਕ। ਇੰਨੀ ਵੱਡੀ ਫੌਜ ਦਾ ਮੁਕਾਬਲਾ ਕਰਨਾ ਔਰ ਉਹਦਾ ਬੰਦਾ ਸਿੰਘ ਬਹਾਦਰ ਦੀ ਫੌਜ 'ਤੇ ਹੱਥੋਂ ਹਾਰ ਜਾਣਾ, ਇਸ ਨੂੰ ਅੱਗੇ ਜਾ ਕੇ ਅਸੀਂ ਖੋਲ੍ਹਦੇ ਹਾਂ, ਪਰ ਇਹਦੇ 'ਚ ਇੱਕ ਅਹਿਮ ਗੱਲ ਇਹ ਹੈ ਕਿ ਅਕਸਰ ਅਸੀਂ ਸਟੇਜਾਂ ਦੇ ਉੱਪਰੋਂ ਇਸ ਗੱਲ ਨੂੰ ਇੰਨਾ ਜ਼ਿਆਦਾ ਪ੍ਰਚਾਰ ਦਿੱਤਾ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ 'ਚ ਤੋਰਿਆ। ਕਿਉਂਕਿ ਅਸੀਂ ਜਿਹੜੇ ਗਿਆਨੀ ਗਿਆਨ ਸਿੰਘ ਦੇ ਸ਼ਬਦ ਚੁੱਕੇ ਨਾ, ਉਹਨਾਂ 'ਚ ਬਦਲਾ ਸ਼ਬਦ ਦੀ ਪਰਿਭਾਸ਼ਾ ਹੋਰ ਸੀ, ਅਸੀਂ ਹੋਰ ਬਣਾ ਦਿੱਤੀ। ਉਹਨਾਂ ਨੇ ਬੜੇ ਵੱਡੇ ਰੂਪ 'ਚ ਇਹਨੂੰ ਅਸਟੈਬਲਿਸ਼ ਕੀਤਾ ਸੀ, ਲੇਵਨ ਅਤੇ ਬਦਲਾ ਤੁਰਕਨ ਅਤੇ ਮੋਹੇ ਪਠਾਇਓ, ਗੁਰੂ ਸਹਿ ਕਰ ਬੰਦਾ ਮਾਰ ਤੁਕੇ ਕਰ ਖੁਆਰ, ਵਜ਼ੀਦੇ ਦੇਹੋਂ ਉਜਾੜ ਲੱਟਿਹੋਂ ਸਰਹੰਦਾ, ਕਿ ਬਦਲਾ ਜੇਕਰ ਲੈਣ ਦੀ ਗੱਲ ਹੁੰਦੀ ਤਾਂ ਅੱਜ ਦੇ ਦਿਨ ਤੱਕ ਬਦਲਾ ਲਿਆ ਆ ਚੁੱਕਾ ਸੀ, ਫਿਰ ਲੋਹਗੜ੍ਹ ਨੂੰ ਰਾਜਧਾਨੀ ਬਣਾਉਣ ਦੀ ਲੋੜ ਨਹੀਂ ਸੀ। ਔਰ ਸਿੱਖ ਧਰਮ ਦੇ ਵਿੱਚ ਬਦਲੇ ਦੀ ਪਰਿਭਾਸ਼ਾ ਉਹ ਹੈ ਹੀ ਨਹੀਂ ਜਿਸ ਨੂੰ ਬਣਾਇਆ ਗਿਆ ਬਦਲਾ। ਪਰ ਅਸੀਂ ਸਟੇਜਾਂ 'ਤੇ ਇਹ ਗੱਲ ਹੀ ਕਹੀ ਕਿ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਵਾਸਤੇ ਭੇਜਿਆ। ਹੁਣ ਖਿਆਲ ਕਰਿਓ, ਬਦਲੇ ਦੀ ਪਰਿਭਾਸ਼ਾ ਪੰਜਾਬੀ 'ਚ ਕੀ ਹੈ? ਕਿਸੇ ਨੇ ਮੇਰੇ ਪਿਤਾ ਦਾ ਕਤਲ ਕੀਤਾ ਅਤੇ ਉਹਦੇ ਬਦਲ ਦੇ ਵਿੱਚ ਮੈਂ ਉਹਦੇ ਪਿਤਾ ਦਾ ਕਤਲ ਕਰ ਦੇਵਾਂ, ਭਾਵੇਂ ਉਹ ਦੋਸ਼ੀ ਹੋਵੇ ਜਾਂ ਨਾ ਹੋਵੇ। ਬੰਦਾ ਸਿੰਘ ਬਹਾਦਰ ਨੇ ਤਾਂ ਬਦਲਾ ਲਿਆ ਹੀ ਨਹੀਂ। ਸਿੱਖ ਧਰਮ ਦੇ ਵਿੱਚ ਬਦਲੇ ਦੀ ਪਰਿਭਾਸ਼ਾ ਹੈ ਕਿ ਜ਼ਾਲਮ ਨੂੰ ਕਰਨੀ ਦਾ ਫਲ ਦੇਣਾ। ਬੰਦਾ ਸਿੰਘ ਬਹਾਦਰ ਨੇ ਸੁੱਚਾਨੰਦ ਮਾਰਿਆ, ਸੁੱਚਾਨੰਦ ਦੇ ਪੁੱਤਰ ਨੂੰ ਕੁਛ ਨਹੀਂ ਕਿਹਾ। ਵਜ਼ੀਰ ਖਾਨ ਮਾਰਿਆ, ਵਜ਼ੀਰ ਖਾਨ ਦੇ ਪੁੱਤਰ ਦੌਲਤ ਮੁਹੰਮਦ ਨੂੰ ਕੁਛ ਨਹੀਂ ਕਿਹਾ। ਸੋ ਇਹਦਾ ਮਤਲਬ ਕਿ ਅਸੀਂ ਬੰਦਾ ਸਿੰਘ ਬਹਾਦਰ ਦੀ ਜਿਹੜੀ ਰਾਜ ਦੀ ਸਥਾਪਨੀ ਦੀ ਘਟਨਾ ਸੀ ਨਾ, ਉਹਨੂੰ ਅਸੀਂ ਛੋਟੇ ਜਿਹੇ ਸ਼ਬਦ ਬਦਲੇ 'ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਇੰਝ ਨਹੀਂ ਸੀ।
ਬੰਦਾ ਸਿੰਘ ਬਹਾਦਰ ਨੂੰ ਜਿਹੜਾ ਗੁਰੂ ਸਾਹਿਬ ਨੇ ਹੁਕਮ ਦਿੱਤਾ ਉਸ ਹੁਕਮ 'ਚ ਬਦਲਾ ਸ਼ਬਦ ਦੀ ਪਰਿਭਾਸ਼ਾ ਨੂੰ ਵੇਖਣ ਦੀ ਲੋੜ ਹੈ। ਮਾਰ ਤੁਕੇ ਕਰ ਖੁਆਰ ਵਜ਼ੀਦੇ ਦੇਹੋਂ ਉਜਾੜ ਲਿੱਟਿਓ ਸਰੰਦਾ, ਕਿ ਇਹਨਾਂ ਜ਼ੁਲਮੀਆਂ ਨੂੰ ਖਤਮ ਕਰਨ ਤੋਂ ਬਾਅਦ ਹਲੀਮੀ ਰਾਜ ਦੀ ਸਥਾਪਨਾ ਕਰਨੀ। ਸੋ ਪ੍ਰਯੋਜਨ ਇੱਕ ਲੋਕਾਂ ਦੇ ਵਾਸਤੇ ਚੰਗਾ ਰਾਜ ਦੇਣਾ ਸੀ, ਬਦਲਾ ਸ਼ਬਦ ਉੱਥੇ ਬਹੁਤ ਛੋਟਾ ਰਹਿ ਜਾਂਦਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ, ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ, ਪੰਜ ਸਿੰਘ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ, ਅਤੇ 20 ਸਿੰਘ ਨਾਲ ਹੋਰ ਪੰਜਾਬ ਨੂੰ ਤੋਰੇ ਨੇ। ਜਿਹੜੇ ਪੰਜ ਪਿਆਰਿਆਂ ਦੇ ਨਾਮ ਨੇ, ਜਦੋਂ ਅਸੀਂ ਪੁਰਾਤਨ ਸਰੋਤਾਂ ਨੂੰ ਪੜ੍ਹਦੇ ਸੀ ਅਤੇ ਸਾਡੇ ਸਾਹਮਣੇ ਨਾਮ ਆਉਂਦੇ ਸੀ ਰਣ ਸਿੰਘ, ਬਾਜ ਸਿੰਘ, ਫਤਿਹ ਸਿੰਘ, ਬਿਨੋਦ ਸਿੰਘ ਅਤੇ ਕਾਨ ਸਿੰਘ, ਪਰ ਜਿਉਂ ਜਿਉਂ ਅਗਲੇ ਇਤਿਹਾਸਕਾਰੀ ਦੇ ਵਿੱਚ ਨਵੀਨਤਮ ਸਰੋਤਾਂ ਦੀ ਖੋਜ ਹੋਈ ਹੈ, ਹੁਣ ਸਾਡੇ ਕੋਲ ਸਪਸ਼ਟ ਨਾਮ ਆਏ ਨੇ ਕਿ ਇਹਨਾਂ ਪੰਜਾਂ ਦੇ ਵਿੱਚ ਤਿੰਨ ਸਕੇ ਭਰਾ ਨੇ, ਭਗਵੰਤ ਸਿੰਘ, ਬਾਜ ਸਿੰਘ ਅਤੇ ਕੌਰ ਸਿੰਘ, ਅਤੇ ਦੋ ਪਿਤਾ ਅਤੇ ਪੁੱਤਰ ਨੇ, ਬਿਨੋਦ ਸਿੰਘ ਔਰ ਕਾਨ ਸਿੰਘ। ਸੋ ਇਹ ਜਿਹੜੇ ਪੰਜ ਸਿੰਘ ਨੇ, ਪੰਜ ਪਿਆਰਿਆਂ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਲਾਹ ਦੇਣੀ ਸੀ ਅਤੇ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਸਲਾਹ ਦੇ ਅਨੁਕੂਲ ਚੱਲਣਾ ਸੀ, ਤੁਸੀਂ ਇੱਕ ਐਡਵਾਈਜ਼ਰੀ ਬੋਰਡ ਵੀ ਕਹਿ ਸਕਦੇ ਹੋ, ਬਣਾ ਕੇ ਇੱਧਰ ਨੂੰ ਤੋਰਿਆ। ਅਗਲੀ ਗੱਲ ਆ ਜਾਂਦੀ ਨਗਾਰਾ। ਇਹ ਗੱਲ ਵੱਖਰੀ ਹੈ ਕਿ ਹੁਣ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਨਗਾਰਾ ਵਜਾਉਣ ਦੀ ਪ੍ਰਥਾ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ, ਔਰ ਨਗਾਰੇ ਦਾ ਵੱਜਣਾ ਵੀ ਬਹੁਤੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਤਾਂ ਇੱਥੋਂ ਤੱਕ ਹੀ ਸੀਮਤ ਰਹਿ ਗਿਆ ਸੀ ਕਿ ਸ਼ਾਇਦ ਦੱਸਿਆ ਜਾਂਦਾ ਕਿ ਟਾਈਮ ਹੋ ਗਿਆ। ਦਰਅਸਲ ਜਿਹੜਾ ਨਗਾਰਾ ਸੀਗਾ ਉਹ ਆਜ਼ਾਦ ਰਾਜਨੀਤਿਕ ਸੱਤਾ ਦਾ ਪ੍ਰਤੀਕ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਰਣਜੀਤ ਨਗਾਰਾ ਤਿਆਰ ਕਰਾਇਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜਦੋਂ ਪੰਜਾਬ ਵੱਲ ਤੋਰਿਆ ਨਾਲ ਨਗਾਰਾ ਦਿੱਤਾ। ਇਹਦਾ ਮਤਲਬ ਕਿ ਉਸ ਵੇਲੇ ਗੁਰੂ ਸਾਹਿਬ ਨੇ ਆਜ਼ਾਦ ਰਾਜਨੀਤਿਕ ਸੱਤਾ ਦੀ ਸਥਾਪਤੀ ਦੇ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਜੇ ਕਿਤੇ ਤੁਹਾਨੂੰ ਅਹਿਕਾਮੇ ਆਲਮਗੀਰੀ, ਇੱਕ ਫਾਰਸੀ ਦੀ ਕਿਤਾਬ ਹੈ, ਪੜ੍ਹਨ ਦਾ ਮੌਕਾ ਮਿਲੇ, ਅਤੇ ਔਰੰਗਜ਼ੇਬ ਦਾ ਬੇਟਾ ਸ਼ਹਿਜ਼ਾਦਾ ਮੁਅੱਜ਼ਮ, ਜਿਸਨੂੰ ਬਹਾਦਰ ਸ਼ਾਹ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਜਦੋਂ ਉਹ ਕਾਬਲ ਦਾ ਗਵਰਨਰ ਬਣਿਆ ਉਸਨੇ ਨਗਾਰਾ ਵਜਾ ਲਿਆ ਸੀ। ਅਤੇ ਉਸੇ ਵੇਲੇ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਨੇ ਕਾਬਲ ਦਾ ਗਵਰਨਰ ਬਣਨ ਤੋਂ ਬਾਅਦ ਨਗਾਰਾ ਵਜਾਇਆ, ਅਤੇ ਉਸੇ ਵੇਲੇ ਇੱਕ ਕਾਸਦ ਨੂੰ, ਇੱਕ ਮਸੰਜਰ ਨੂੰ ਉਸੇ ਵੇਲੇ ਕਾਬਲ ਭੇਜਿਆ ਸੀ, ਉਸਨੇ ਕਿਹਾ ਸੀ ਮੁਅੱਜ਼ਮ ਜੇਕਰ ਤੈਨੂੰ ਕਾਬਲ ਦਾ ਗਵਰਨਰ ਬਣਨ ਦਾ ਇੰਨਾ ਹੀ ਚਾਅ ਹੈ ਨਾ, ਅਤੇ ਚਾਰ ਢੋਲ ਵਜਾ ਲਾ, ਪਰ ਜਿੰਨਾ ਚਿਰ ਮੈਂ ਜਿਉਂਦਾ ਹਾਂ ਤੂੰ ਉਨਾ ਚਿਰ ਨਗਾਰਾ ਨਹੀਂ ਵਜਾ ਸਕਦਾ। ਇਹ ਔਰੰਗਜ਼ੇਬ ਦੇ ਭੇਜੇ ਫਰਮਾਨ 'ਚ ਜ਼ਿਕਰ ਮਿਲਦਾ ਹੈ ਕਿ ਨਗਾਰਾ ਉਹ ਵਜਾ ਸਕਦਾ ਸੀ ਜਿਹੜਾ ਆਜ਼ਾਦ ਰਾਜਨੀਤਿਕ ਸੱਤਾ ਦਾ ਮਾਲਕ ਹੋਵੇ। ਸੋ ਇਸੇ ਕਰਕੇ ਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਗਾਰਾ ਵਜਾਉਣਾ ਵੀ ਚੁਭਦਾ, ਔਰ ਪਹਾੜੀ ਰਾਜਿਆਂ ਦੇ ਵੱਲੋਂ ਜਿਹੜੀ ਪਹਿਲੀ ਸ਼ਿਕਾਇਤ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਹੋਈ ਹੈ ਉਹਦੇ ਵਿੱਚ ਵੀ ਨਗਾਰੇ ਦਾ ਹੀ ਜ਼ਿਕਰ ਹੈ ਕਿ ਇਹਨਾਂ ਵੱਲੋਂ ਨਗਾਰਾ ਵਜਾ ਕੇ ਆਜ਼ਾਦ ਰਾਜ ਦਾ ਐਲਾਨ ਕੀਤਾ ਜਾ ਰਿਹਾ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਬ ਵੱਲ ਭੇਜਿਆ, ਨਾਲ ਹੁਕਮਨਾਮੇ ਦਿੱਤੇ ਕਿ ਪੰਜਾਬ ਦੇ ਸਿੱਖਾਂ ਦੇ ਨਾਮ ਜਿਹੜੇ ਹੁਕਮਨਾਮੇ ਸੀ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ, ਇੱਥੇ ਜਿਹੜੇ ਇਲਾਕੇ ਫਤਿਹ ਕੀਤੇ ਨੇ, ਸਿਹਰਖੰਡਾ ਤੋਂ ਸਥਾਨ 'ਤੇ ਆ ਕੇ ਬੰਦਾ ਸਿੰਘ ਬਹਾਦਰ ਨੇ ਪਹਿਲਾ ਵਿਸ਼ਰਾਮ ਕੀਤਾ। ਇੱਥੋਂ ਘੋੜਸਵਾਰ ਸਿੱਖਾਂ ਨੂੰ ਹੁਕਮ ਦੇ ਕੇ ਕਲਗੀਧਰ ਪਾਤਸ਼ਾਹ ਦੇ ਪੰਜਾਬ ਦੇ ਬਾਕੀ ਪਿੰਡਾਂ ਦੇ ਵਿੱਚ ਮਾਝੇ, ਮਾਲਵੇ, ਦੁਆਬੇ ਦੇ ਵੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਤੋਰਿਆ, ਔਰ ਇੱਥੋਂ ਦੇ ਨੇੜੇ ਨੇੜੇ ਦੇ ਇਲਾਕੇ ਫਤਿਹ ਕੀਤੇ ਨੇ। ਕਪੂਰੀ ਪਿੰਡ ਦੇ ਬ੍ਰਾਹਮਣ ਹਿੰਦੂ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ ਦੇ ਵਿੱਚ ਡਿੱਗ ਪਏ, ਆ ਕੇ ਬੇਨਤੀ ਕੀਤੀ ਕਿ ਕਪੂਰੀ ਦਾ ਹਾਕਮ ਕਦਮੁਦੀਨ, ਜਿਸਨੇ ਇਹ ਐਲਾਨ ਕੀਤਾ ਸੀ ਕਿ ਹਿੰਦੂ ਘਰ ਦੇ ਵਿੱਚ ਜਨਮ ਲੈਣ ਵਾਲੀ ਕੁੜੀ ਜਦੋਂ ਜਵਾਨ ਹੁੰਦੀ ਹੈ, ਵਿਆਹ ਦੇ ਕਾਬਲ ਹੁੰਦੀ ਹੈ, ਤਾਂ ਉਹ ਸਹੁਰੇ ਘਰ ਬਾਅਦ 'ਚ ਜਾਵੇਗੀ, ਪਹਿਲਾਂ ਮੇਰੇ ਮਹਿਲ ਦੇ ਵਿੱਚ ਜਾਵੇਗੀ। ਉਹਨਾਂ ਚਿਰ ਤੱਕ ਉਹ ਸਹੁਰੇ ਘਰ ਨਹੀਂ ਜਾ ਸਕਦੀ ਜਿੰਨਾ ਚਿਰ ਉਹ ਕਦਮੁਦੀਨ ਦੀ ਸੇਜ ਦਾ ਸ਼ਿੰਗਾਰ ਨਹੀਂ ਬਣਦੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ਨੂੰ ਫਤਿਹ ਕੀਤਾ ਅਤੇ ਕਦਮੁਦੀਨ ਨੂੰ ਉਸਦੇ ਕੀਤੇ ਦੀ ਸਜ਼ਾ ਦਿੱਤੀ। ਅੱਜ ਵੀ ਜਦੋਂ ਹਿੰਦੁਸਤਾਨ ਦੇ ਵਿੱਚ ਕੋਈ ਐਸੀ ਘਟਨਾ ਵਾਪਰਦੀ ਹੈ, ਕੋਈ ਰੇਪ ਹੁੰਦਾ ਹੈ, ਕੋਈ ਬਲਾਤਕਾਰ ਹੁੰਦਾ ਹੈ, ਤਾਂ ਇੱਕਦਮ ਜਿੰਨੀਆਂ ਵੀ ਸਮਾਜ ਸੇਵੀ ਤੋਂ ਲੈ ਕੇ ਰਾਜਸੀ ਜਥੇਬੰਦੀਆਂ ਹੁੰਦੀਆਂ ਨੇ, ਇੱਕ ਆਵਾਜ਼ ਜ਼ਰੂਰ ਉਠਾਉਂਦੀਆਂ ਨੇ, ਜੀ ਬਲਾਤਕਾਰ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਅਕਸਰ ਇਹ ਆਵਾਜ਼ ਉੱਠਦੀ ਹੈ। ਅਤੇ ਜੇ ਕਿਤੇ ਤੁਸੀਂ ਸਿੱਖ ਇਤਿਹਾਸ ਦੀ ਖੋਜ ਕਰੋ ਤਾਂ ਤੁਹਾਨੂੰ ਇੱਕ ਵੀ ਮਿਸਾਲ ਐਸੀ ਨਹੀਂ ਮਿਲੇਗੀ ਕਿ 6ਵੇਂ ਪਾਤਸ਼ਾਹ ਤੋਂ ਲੈ ਕੇ 18ਵੀਂ ਸਦੀ ਤੱਕ ਸਿੱਖਾਂ ਨੇ ਕਦੀ ਕਿਸੇ ਜੰਗੀ ਕੈਦੀ ਨੂੰ ਫੜਨ ਤੋਂ ਬਾਅਦ ਕਤਲ ਕੀਤਾ ਹੋਵੇ। ਪਰ ਜੇਕਰ ਫੜਨ ਤੋਂ ਬਾਅਦ ਕਤਲ ਕਰਨ ਦੀਆਂ ਘਟਨਾਵਾਂ ਮਿਲਣਗੀਆਂ ਤਾਂ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਬਲਾਤਕਾਰੀ ਨੇ, ਬੱਸੀ ਦਾ ਪਠਾਨ ਜ਼ਬਾਰ ਖਾਨ ਸਾਹਿਬਜ਼ਾਦਾ ਅਜੀਤ ਸਿੰਘ ਨੇ ਮਾਰਿਆ, ਕਿਉਂਕਿ ਉਸਨੇ ਵੀ ਦੇਵਕੀ ਦਾਸ ਬ੍ਰਾਹਮਣ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਸੀ।
ਕਦਮੂਦੀਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਿਆ ਕਿਉਂਕਿ ਉਸਨੇ ਵੀ ਬ੍ਰਾਹਮਣ ਪਰਿਵਾਰ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਕੀਤੇ ਸੀ। ਉਸ ਤੋਂ ਬਾਅਦ ਸਰਦਾਰ ਹਰੀ ਸਿੰਘ ਭੰਗੀ ਨੇ ਅਤੇ ਸਰਦਾਰ ਜੱਸਾ ਸਿੰਘ ਹੁਣਾਂ ਨੇ ਕਸੂਰ ਦੇ ਨਵਾਬ ਉਸਮਾਨ ਖਾਨ ਨੂੰ ਮਾਰਿਆ ਕਿ ਉਸਨੇ ਵੀ ਇੱਕ ਬ੍ਰਾਹਮਣ ਪਰਿਵਾਰ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਸੀ। ਅਤੇ ਜਦੋਂ ਹਜਰੋਂ ਦੇ ਇਲਾਕੇ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਸੀ ਉਸ ਵੇਲੇ ਵੀ ਉਹਨਾਂ ਨੇ ਉੱਥੋਂ ਦੇ ਪਠਾਣਾਂ ਨੂੰ ਕਤਲ ਕੀਤਾ ਸੀ ਕਿਉਂਕਿ ਉਹਨਾਂ ਨੇ ਇੱਕ ਬੱਚੀ ਦੇ ਨਾਲ ਬਲਾਤਕਾਰ ਕੀਤਾ ਸੀ। ਸੋ ਇਹ ਜਿਹੜੇ ਰੇਪਿਸਟ ਸੀਗੇ, ਜਿਹੜੇ ਬਲਾਤਕਾਰੀ ਸੀ, ਜੇਕਰ ਇਹਨਾਂ ਦੇ ਵਾਸਤੇ ਕਤਲ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਹੈ ਨਾ, ਤਾਂ ਉਹ ਵੀ ਸਿੱਖ ਕਾਨੂੰਨ ਨੇ ਕੀਤੀ ਹੈ, ਜਿਸ ਦੇ ਬਾਰੇ ਅੱਜ ਵੀ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਮੰਗ ਉੱਠਦੀ ਹੈ ਕਿ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਚਾਹੀਦੀ ਹੈ। ਪਰ ਇਤਿਹਾਸ ਦੇ ਵਿੱਚ ਤੁਸੀਂ ਇੱਕ ਵੀ ਐਸੀ ਉਦਾਹਰਣ ਨਹੀਂ ਦੇਖੋਗੇ ਕਿ ਛੇਵੇਂ ਪਾਤਸ਼ਾਹ ਤੋਂ ਲੈ ਕੇ ਸਾਡੇ ਮਿਸਲਾਂ ਦੇ ਇਤਿਹਾਸ ਦੇ ਵਿੱਚ ਸਿੱਖਾਂ ਨੇ ਕਿਸੇ ਜੰਗੀ ਕੈਦੀ ਨੂੰ ਨਿਹੱਥੇ ਨੂੰ ਫੜ ਕੇ ਕਤਲ ਕੀਤਾ ਹੋਵੇ ਇੱਕ ਬਲਾਤਕਾਰੀ ਤੋਂ ਬਿਨਾਂ। ਬੰਦਾ ਸਿੰਘ ਬਹਾਦਰ ਨੇ ਇਹ ਇਲਾਕਾ ਫਤਿਹ ਕੀਤਾ। ਜਦੋਂ ਅੱਗੇ ਆਉਣਾ ਸੀ ਤਾਂ ਸਭ ਤੋਂ ਵੱਡੀ ਸਮੱਸਿਆ ਸੀ ਕਿ ਵਜ਼ੀਰ ਖਾਨ ਦਾ ਆਪਣਾ ਪਿੰਡ ਕੁੰਜਪੁਰਾ ਸੀ। ਜਦੋਂ ਕੁੰਜਪੁਰੇ ਦੇ ਉੱਪਰ ਕਬਜ਼ਾ ਕੀਤਾ ਤਾਂ ਵਜ਼ੀਰ ਖਾਨ ਨੂੰ ਇਹ ਖਬਰਾਂ ਪਹੁੰਚ ਗਈਆਂ ਕਿ ਮੇਰਾ ਪਿੰਡ ਜਿਹੜਾ ਸੀ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਭੇਜੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਜਿੱਤ ਲਿਆ। ਅਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਅਗਲੇ ਦੋ ਨਿਸ਼ਾਨੇ ਬੜੇ ਅਹਿਮ ਸੀ, ਇੱਕ ਸਡੋਰੇ ਨੂੰ ਫਤਿਹ ਕਰਨਾ, ਇੱਕ ਸਮਾਣੇ ਨੂੰ ਫਤਿਹ ਕਰਨਾ। ਸਮਾਣਾ ਜਿਹੜਾ ਇਹ ਸੱਯਦ ਮੁਸਲਮਾਨਾਂ ਦਾ ਸ਼ਹਿਰ ਸੀ। ਸੱਯਦ ਜਿਹੜੇ ਨੇ ਇਹ ਤਕਰੀਬਨ ਜ਼ਿਆਦਾਤਰ ਸੱਯਦ ਸੁੰਨੀ ਵੀ ਹੁੰਦੇ ਨੇ, ਪਰ ਜ਼ਿਆਦਾਤਰ ਜਿਹੜੇ ਸੱਯਦ ਪਰਿਵਾਰ ਨੇ ਇਹ ਸ਼ੀਆ ਮੁਸਲਮਾਨਾਂ ਦੇ ਨਾਲ ਸੰਬੰਧ ਰੱਖਦੇ ਨੇ। ਅਤੇ ਸੱਯਦ ਆਪਣੇ ਆਪ ਨੂੰ ਮੁਹੰਮਦ ਸਾਹਿਬ ਦੀ ਬੇਟੀ ਹਜ਼ਰਤ ਫਾਤਮਾ ਦੇ ਪਰਿਵਾਰ ਦੇ ਨਾਲ ਜੋੜ ਕੇ ਵੇਖਦੇ ਨੇ। ਅਤੇ ਜਿਹੜਾ ਸਮਾਣਾ ਸ਼ਹਿਰ ਹੈ, ਇੱਥੋਂ ਦੇ ਸੱਯਦ ਰਾਜਸੀ ਤੌਰ ਦੇ ਉੱਪਰ ਇੰਨੇ ਜ਼ਿਆਦਾ ਅਮੀਰ ਕਹਿ ਲਓ ਜਾਂ ਰਾਜਸੀ ਤੌਰ 'ਤੇ ਇੰਨੀ ਪਹੁੰਚ ਸੀ ਕਿ ਸਮਾਣੇ ਸ਼ਹਿਰ ਦੇ 22 ਸੱਯਦ ਪਰਿਵਾਰਾਂ ਨੂੰ ਆਪਣੀ ਪਾਲਕੀ ਅਤੇ ਆਪਣੇ ਅੰਗ ਰੱਖਿਅਕ ਰੱਖਣ ਦਾ ਅਧਿਕਾਰ ਮਿਲਿਆ ਹੋਇਆ ਸੀ 22 ਪਰਿਵਾਰਾਂ ਨੂੰ। ਤੁਸੀਂ ਕਹਿ ਸਕਦੇ ਹੋ ਕਿ ਇੱਕ ਸ਼ਹਿਰ ਦੇ 22 ਲੋਕਾਂ ਦੇ ਕੋਲ ਅੱਜ ਦੇ ਸਮੇਂ ਦੇ ਹਿਸਾਬ ਨਾਲ ਜੈੱਡ ਸਿਕਿਉਰਿਟੀ ਸੀ, ਰਾਜਨੀਤਿਕ ਤੌਰ 'ਤੇ ਉਹਨਾਂ ਦੀ ਅਪਰੋਚ ਕਿੰਨੀ ਹੋਵੇਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਸੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਸੀ ਕਿ ਜਿਹੜਾ ਮੇਰਾ ਅਗਲਾ ਨਿਸ਼ਾਨਾ ਹੈ ਉਹ ਸਮਾਣਾ ਹੈ, ਅਤੇ ਸਮਾਣੇ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਪਾਂ ਦੀ ਲੋੜ ਸੀ ਫਤਿਹ ਕਰਨ ਦੇ ਵਾਸਤੇ। ਉਸ ਤੋਪ ਦੀ ਪ੍ਰਾਪਤੀ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਸ਼ਹਿਰ ਨੂੰ ਫਤਿਹ ਕੀਤਾ, ਮੁਸਤਫਾਬਾਦ। ਮੁਸਤਫਾਬਾਦ ਦੀ ਫਤਿਹ ਦਾ ਕਾਰਨ ਸਭ ਤੋਂ ਵੱਡਾ ਇਹ ਸੀ ਕਿ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਮੇਰੇ ਕੋਲ ਉਸ ਸਮੇਂ ਦੀਆਂ ਤੋਪਾਂ ਅਤੇ ਹੋਰ ਹਥਿਆਰ ਆ ਜਾਣ। ਸੋ ਮੁਸਤਫਾਬਾਦ ਨੂੰ ਫਤਿਹ ਕੀਤਾ ਗਿਆ ਇਸ ਤੋਂ ਪਹਿਲਾਂ, ਔਰ ਪਹਿਲੀ ਜਿਹੜੀ ਵੱਡੀ ਤੋਪ ਹੈ ਸਿੱਖਾਂ ਨੂੰ ਜੇ ਕਿਸੇ ਜੰਗ ਦੇ ਵਿੱਚ ਪ੍ਰਾਪਤ ਹੋਈ ਹੈ ਤਾਂ ਮੁਸਤਫਾਬਾਦ ਵਾਲੀ ਤੋਪ ਸੀ ਜਿਹੜੀ ਸਰਹੰਦ ਤੱਕ ਬਾਅਦ ਦੇ ਵਿੱਚ ਵਰਤੀ ਗਈ ਹੈ। ਮੁਸਤਫਾਬਾਦ ਫਤਿਹ ਕੀਤਾ, ਸਡੌਰਾ ਫਤਿਹ ਕੀਤਾ। ਸਡੌਰੇ ਦੇ ਬਾਰੇ ਆਪ ਜੀ ਸਾਰੇ ਜਾਣਦੇ ਹੋ, ਪੁਰਾਣਾ ਨਾਮ ਸਾਧੂਵਾੜਾ ਸੀ। ਜੇ ਪਿੱਛੇ ਚਲੇ ਜਾਈਏ ਤਾਂ ਹਜ਼ਰਤ ਨਿਜ਼ਾਮੂਦੀਨ ਨੂੰ ਅਕਬਰ ਨੇ ਇਹ ਸ਼ਹਿਰ ਦਿੱਤਾ ਸੀ। ਅਕਬਰ ਨਿਜ਼ਾਮੂਦੀਨ ਜਿਹੜੇ ਨੇ, ਜਿਨ੍ਹਾਂ ਦੀ ਦਿੱਲੀ ਦੇ ਵਿੱਚ ਜਗ੍ਹਾ ਵੀ ਹੈ, ਸੱਯਦ ਨਿਜ਼ਾਮੂਦੀਨ, ਨਿਜ਼ਾਮੂਦੀਨ ਔਲੀਆ, ਨਿਜ਼ਾਮੂਦੀਨ ਸਟੇਸ਼ਨ ਵੀ ਹੈ, ਤੁਸੀਂ ਜਾਣਦੇ ਹੋ, ਉਹਨਾਂ ਦਾ ਮਕਬਰਾ ਵੀ ਉੱਥੇ ਬਣਿਆ ਹੋਇਆ। ਇਹ ਖਵਾਜ਼ਾ ਬਖਤਿਆਰ ਕਾਕੀ ਦੇ ਚੇਲੇ ਸੀ। ਅਤੇ ਜਿਹੜੇ ਸਾਡੇ ਸ਼ੇਖ ਫਰੀਦ ਨੇ, ਜਿਨ੍ਹਾਂ ਦੀ ਬਾਣੀ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਇਹ ਵੀ ਉਸੇ ਸਿਲਸਿਲੇ ਦੇ ਨਾਲ ਸੰਬੰਧ ਰੱਖਦੇ ਨੇ। ਸੋ ਹਜ਼ਰਤ ਨਿਜ਼ਾਮੂਦੀਨ ਦਾ ਬੇਟਾ ਅਬਦੁਲ ਹਮੀਦ ਅਤੇ ਉਸ ਪਰਿਵਾਰ ਦੇ ਵਿੱਚੋਂ ਅੱਗੇ 8ਵੀਂ ਪੀੜ੍ਹੀ ਦੇ ਵਿੱਚ ਸੱਯਦ ਬਦਰੂਦੀਨ, ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਪੀਰ ਬੁੱਧੂ ਸ਼ਾਹ ਜੀ ਆਖਦੇ ਹਾਂ। ਜਦੋਂ ਭੰਗਾਣੀ ਦੀ ਜੰਗ ਦੇ ਵਿੱਚ ਉਸ ਵੇਲੇ ਸਡੌਰੇ ਦੇ ਹਾਕਮ ਉਸਮਾਨ ਖਾਨ ਨੂੰ ਪਤਾ ਲੱਗਾ ਕਿ ਇਸ ਸ਼ਹਿਰ ਦੇ ਪੀਰ ਜੀ ਨੇ ਆਪਣੇ ਮਰੀਦਾਂ ਦੇ ਨਾਲ ਕਾਫਰ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਹੈ, ਅਤੇ ਜਦੋਂ ਪੀਰ ਜੀ ਵਾਪਸ ਸਡੌਰੇ ਆਏ ਤਾਂ ਉਸਮਾਨ ਖਾਨ ਨੇ ਪੀਰ ਜੀ ਨੂੰ ਬਹੁਤ ਹੀ ਤਸ਼ੱਦਦ ਕਰਨ ਤੋਂ ਬਾਅਦ ਸ਼ਹੀਦ ਕਰਵਾ ਦਿੱਤਾ ਸੀ। ਇੱਕ ਸਰੋਤ ਸਾਨੂੰ ਇਹ ਦੱਸਦਾ ਹੈ ਕਿ ਪੀਰ ਜੀ ਨੂੰ ਜ਼ਮੀਨ ਦੇ ਵਿੱਚ ਗੱਡਿਆ ਗਿਆ, ਉਹਨਾਂ ਦੇ ਸਿਰ ਦੇ ਉੱਪਰ ਦਹੀਂ ਅਤੇ ਗੁੜ ਪਾ ਕੇ ਜੰਗਲੀ ਕੁੱਤੇ ਛੱਡ ਦਿੱਤੇ ਗਏ, ਜਿਨ੍ਹਾਂ ਨੇ ਨੋਚ ਨੋਚ ਕੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰ ਦਿੱਤਾ। ਬੰਦਾ ਸਿੰਘ ਬਹਾਦਰ ਜਦੋਂ ਸਡੌਰੇ ਨੂੰ ਫਤਿਹ ਕਰਦਾ ਹੈ ਤਾਂ ਪੀਰ ਬੁੱਧੂ ਸ਼ਾਹ ਦਾ ਪਰਿਵਾਰ ਆ ਕੇ ਬੰਦਾ ਸਿੰਘ ਬਹਾਦਰ ਨੂੰ ਮਿਲਦਾ ਹੈ। ਬੰਦਾ ਸਿੰਘ ਬਹਾਦਰ ਉਸ ਸਮੇਂ ਦੇ ਵਿੱਚ ਠਸਕਾ, ਕੁੜਾਮ, ਕੁੰਜਪੁਰਾ, ਸਿਹਰ, ਖੰਡਾ, ਕਪੂਰੀ, ਮੁਸਤਫਾਬਾਦ ਇਹ ਇਲਾਕੇ ਫਤਿਹ ਕਰ ਚੁੱਕਾ ਸੀ ਔਰ ਬੰਦਾ ਸਿੰਘ ਬਹਾਦਰ ਦਾ ਦਬਦਬਾ ਬਣ ਚੁੱਕਾ ਸੀ। ਜਦੋਂ ਬੰਦਾ ਸਿੰਘ ਬਹਾਦਰ ਨੇ ਪੀਰ ਜੀ ਦੇ ਪਰਿਵਾਰ ਨੂੰ ਕਿਹਾ ਨਾ ਕਿ ਮੈਂ ਹੁਣ ਇਸ ਇਲਾਕੇ ਨੂੰ, ਸਡੌਰੇ ਨੂੰ ਫਤਿਹ ਕਰ ਲਿਆ, ਤੁਸੀਂ ਕੀ ਮੰਗਦੇ ਹੋ, ਤਾਂ ਉਸ ਸਮੇਂ ਉਹਨਾਂ ਨੇ ਜੋ ਮੰਗਿਆ ਹੈ ਨਾ, ਉਹਨਾਂ ਨੇ ਕੋਈ ਉਸਦੀ ਸੂਬੇਦਾਰੀ ਨਹੀਂ ਮੰਗੀ, ਕੋਈ ਨਾਇਬਦਾਰੀ ਨਹੀਂ ਮੰਗੀ, ਕੋਈ ਫੌਜਦਾਰੀ ਨਹੀਂ ਮੰਗੀ। ਉਹਨਾਂ ਨੇ ਕਿਹਾ ਕਿ ਸਾਡੀ ਸਿਰਫ ਇੱਕੋ ਹੀ ਮੰਗ ਹੈ
ਕਿ ਜਦੋਂ ਪੀਰ ਜੀ ਨੂੰ ਇਹ ਪਤਾ ਲੱਗਾ ਨਾ ਕਿ ਹੁਣ ਉਸਮਾਨ ਖਾਨ ਨੇ ਮੈਨੂੰ ਕਤਲ ਕਰਾ ਦੇਣਾ ਅਤੇ ਜਿਹੜੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਸੀ, ਕੰਘਾ ਗੁਰੂ ਸਾਹਿਬ ਨੇ ਜਿਹੜਾ ਬਖਸ਼ਿਸ਼ ਕੀਤਾ ਸੀ, ਉਹ ਪੀਰ ਜੀ ਨੇ ਆਪਣੀ ਹਵੇਲੀ ਦੇ ਵਿੱਚ ਕੰਧ ਦੇ ਵਿੱਚ ਕਿਤੇ ਲੁਕਾਇਆ, ਤੁਹਾਡੇ ਕੋਲ ਫੌਜਾਂ ਨੇ, ਤੁਸੀਂ ਸਾਨੂੰ ਸਾਡੇ ਪਿਤਾ ਦੀ ਉਹ ਨਿਸ਼ਾਨੀ ਕੱਢ ਕੇ ਸਾਡੀ ਚੋਲੀ 'ਚ ਪਾ ਦਿਓ। ਪੀਰ ਜੀ ਦੇ ਪਰਿਵਾਰ ਨੇ ਕੇਵਲ ਅਤੇ ਕੇਵਲ ਬੰਦਾ ਸਿੰਘ ਬਹਾਦਰ ਤੋਂ ਇੰਨੀ ਮਦਦ ਲਈ ਹੈ ਕਿ ਜਿਹੜਾ ਕੰਘਾ ਕਲਗੀਧਰ ਪਾਤਸ਼ਾਹ ਨੇ ਭੰਗਾਣੀ ਦੀ ਜੰਗ ਤੋਂ ਬਾਅਦ ਪੀਰ ਜੀ ਦੀ ਝੋਲੀ 'ਚ ਪਾਇਆ ਸੀ, ਉਹ ਕੰਘਾ ਕਢਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਬਾਰਾ ਉਹਨਾਂ ਦੇ ਪਰਿਵਾਰ ਨੂੰ ਦਿੱਤਾ। ਔਰ ਉਹਨਾਂ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ, ਜਿਨ੍ਹਾਂ ਦੇ ਵਿੱਚੋਂ ਨੀਮ ਹੈਦਰ ਸਾਹਿਬ ਅੱਜ ਕੱਲ੍ਹ ਅਮਰੀਕਾ ਦੇ ਵਿੱਚ LA ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੇ ਪਰਿਵਾਰ ਦੇ ਕੋਲ ਉਹ ਪਿਆ ਹੋਇਆ। ਨਾਲ 18ਵੀਂ ਸਦੀ ਦੇ ਸਿੱਖਾਂ ਦਾ ਇੱਕ ਹੁਕਮਨਾਮਾ ਵੀ ਉਸ ਪਰਿਵਾਰ ਦੇ ਕੋਲ ਹੈ, ਇੱਕ ਛੋਟੀ ਕਿਰਪਾਨ ਉਸ ਪਰਿਵਾਰ ਦੇ ਕੋਲ ਹੈ। ਇਸ ਇਲਾਕੇ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਨੂੰ ਫਤਿਹ ਕੀਤਾ। ਮੈਂ ਪਹਿਲਾਂ ਵੀ ਸਮਾਣੇ ਬਾਰੇ ਦੱਸ ਚੁੱਕਾ ਹਾਂ ਕਿ ਸਮਾਣਾ ਸੱਯਦ ਲੋਕਾਂ ਦਾ ਸ਼ਹਿਰ ਸੀ, ਔਰ ਸਮਾਣੇ ਸ਼ਹਿਰ ਦੇ ਵਿੱਚ 22 ਪਰਿਵਾਰ ਐਸੇ ਸੀ ਜਿਨ੍ਹਾਂ ਨੂੰ ਪਾਲਕੀ 'ਤੇ ਚੜ੍ਹਨ ਦਾ ਅਧਿਕਾਰ ਸੀ, ਜਿਨ੍ਹਾਂ ਦੇ ਕੋਲ ਨਿੱਜੀ ਫੌਜ ਸੀ। ਸਮਾਣੇ ਸ਼ਹਿਰ ਦੀ ਅਹਿਮੀਅਤ ਕਿਉਂ ਸੀ, ਹੁਣ ਦੂਸਰੀ ਗੱਲ ਕਿ ਕਿੰਨਾ ਲੋਕਾਂ ਨੂੰ ਰਾਜਸੀ ਤੌਰ 'ਤੇ ਪਾਲਕੀ ਰੱਖਣ ਦਾ ਅਤੇ ਨਿੱਜੀ ਅੱਗ ਰੱਖਿਆ ਕਰਨ ਦਾ ਅਧਿਕਾਰ ਕਿਉਂ ਦਿੱਤਾ ਗਿਆ, ਇਹ ਵੀ ਇੱਕ ਸਵਾਲ ਹੈ। ਇਹਦਾ ਸਵਾਲ ਦਾ ਜਵਾਬ ਸਾਨੂੰ ਇਸਲਾਮ ਦੀ ਤਵਾਰੀਖ 'ਚੋਂ ਮਿਲਦਾ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸਲਾਮ ਦੀ ਰਾਜ ਪ੍ਰਣਾਲੀ ਦੇ ਵਿੱਚ ਦੋ ਤਰ੍ਹਾਂ ਦੇ ਜਲਾਦ ਹੁੰਦੇ ਨੇ। ਇੱਕ ਜਲਾਦ ਆਮ ਹੁੰਦੇ ਨੇ, ਜਿਹੜੇ ਜਲਾਦ ਆਮ ਜ਼ੁਰਮ ਕਰਨ ਵਾਲੇ ਲੋਕਾਂ ਨੂੰ ਸਜਾਏ ਮੌਤ ਦਿੰਦੇ ਨੇ ਉਹ ਜਲਾਦ ਹੋਰ ਹੁੰਦੇ ਨੇ। ਇੱਕ ਜਲਾਦ ਸੱਯਦ ਹੁੰਦੇ ਨੇ, ਸੱਯਦ ਜਲਾਦ ਜਿਹੜਾ ਹੁੰਦਾ ਉਹ ਧਾਰਮਿਕ ਵਿਅਕਤੀ ਹੁੰਦਾ, ਅਤੇ ਸੱਯਦ ਦੇ ਕੋਲ ਇਹ ਹੱਕ ਹੁੰਦਾ ਹੈ ਕਿ ਜੇਕਰ ਕਤਲ ਹੋਣ ਵਾਲਾ ਵਿਅਕਤੀ ਆਪਣੀ ਜਾਨ ਬਚਾਉਣ ਦੇ ਵਾਸਤੇ ਦੀਨੇ ਇਸਲਾਮ 'ਚ ਆਉਣਾ ਚਾਹੇ ਤਾਂ ਸੱਯਦ ਕਲਮਾ ਪੜ੍ਹ ਕੇ ਉਸਨੂੰ ਦੀਨੇ ਇਸਲਾਮ 'ਚ ਲਿਆ ਸਕਦਾ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੱਯਦ ਪਰਿਵਾਰ ਦੇ ਵਿੱਚੋਂ ਸੱਯਦ ਜਲਾਲੂਦੀਨ ਸੀ ਅਤੇ ਇਸੇ ਹੀ ਸਮਾਣੇ ਦਾ ਰਹਿਣ ਵਾਲਾ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਇਸੇ ਜਲਾਲੂਦੀਨ ਦੇ ਭਤੀਜੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ, ਉਹ ਵੀ ਸੱਯਦ ਖਾਨਦਾਨ ਦੇ ਵਿੱਚੋਂ ਸੀ। ਤੀਸਰੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਅਨੰਦਪੁਰ ਸਾਹਿਬ ਘੇਰਾ ਪਿਆ ਅਤੇ ਔਰੰਗਜ਼ੇਬ ਨੇ ਇੱਕ ਸੱਯਦ ਨੂੰ ਕੁਰਾਨ ਸ਼ਰੀਫ ਦੇ ਉੱਪਰ ਇੱਕ ਕਸਮ ਲਿਖ ਕੇ ਭੇਜਿਆ ਸੀ, ਜਿਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਵੀ ਕੀਤਾ ਕਿ ਤਸ਼ ਸ਼ਰੀਫ ਦਰ ਕਸਬਾ ਕਾਂਗੜ ਕੁਨਦ ਵਜ਼ਾਂ ਪਸ ਮੁਲਾਕਾਤ ਬਹਮ ਸ਼ਬਦ, ਅੱਗੇ ਗੁਰੂ ਸਾਹਿਬ ਦਾ ਜਵਾਬ ਵੀ ਦਿੰਦੇ ਨੇ, ਤੁਰਾਗਰ ਬਬਾਇਦ ਬਾ ਕੌਲੇ ਕੁਰਾਂ ਬਨਿਸਦੇ ਸ਼ਮਾਰਾ ਰਸਾਨਮ ਹਮਾਂ, ਕਿ ਔਰੰਗਜ਼ੇਬ ਜੇ ਤੂੰ ਆਪਣੀ ਭੇਜੀ ਹੋਈ ਕਸਮ ਵਾਲੀ ਕੁਰਾਨ ਵੇਖਣਾ ਚਾਹੁੰਦਾ ਤਾਂ ਮੇਰੇ ਕੋਲ ਪਈ ਹੈ। ਉਹ ਜਿਹੜੀ ਕੁਰਾਨ ਲੈ ਕੇ ਗਿਆ ਸੱਯਦ ਵਲੀ ਹਸਨ, ਉਹ ਵੀ ਸਮਾਣੇ ਦਾ ਰਹਿਣ ਵਾਲਾ ਸੀ। ਸੋ ਸਮਾਣਾ ਸੱਯਦ ਲੋਕਾਂ ਦਾ ਸ਼ਹਿਰ ਸੀ, ਅਤੇ ਜਿੰਨੇ ਵੀ ਜਲਾਦ ਸੀ ਉਹ ਸੱਯਦ ਜਲਾਦ ਇਸ ਸ਼ਹਿਰ ਦੇ ਵਿੱਚ ਵੱਸਦੇ ਸੀ, ਅਤੇ ਜਿਹੜੇ ਜਲਾਦ ਸੀ ਉਹਨਾਂ ਤੋਂ ਅਕਸਰ ਲੋਕ ਦੁਖੀ ਹੁੰਦੇ ਨੇ, ਉਹਨਾਂ ਵਾਸਤੇ ਸਿਕਿਉਰਿਟੀ ਵੀ ਦਿੱਤੀ ਹੋਈ ਸੀ, ਵੱਖਰੀ ਸੁਰੱਖਿਆ ਦਾ ਪ੍ਰਬੰਧ ਸੀ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਨੂੰ ਫਤਿਹ ਕੀਤਾ। ਸਮਾਣੇ ਦੇ ਲੋਕਾਂ ਨੇ ਇੰਨਾ ਜ਼ਿਆਦਾ ਮੁਕਾਬਲਾ ਨਹੀਂ ਕੀਤਾ, ਅਧੀਨਗੀ ਜਿਹੜੀ ਸੀ ਉਹ ਬਹੁਤ ਛੇਤੀ ਸਵੀਕਾਰ ਕਰ ਲਈ, ਪਰ ਉਹਨਾਂ ਨੇ ਨਾਲ ਨਾਲ ਇਹ ਖਬਰਾਂ ਜ਼ਰੂਰ ਵਜ਼ੀਰ ਖਾਨ ਨੂੰ ਭੇਜ ਦਿੱਤੀਆਂ ਕਿ ਬੰਦਾ ਸਿੰਘ ਬਹਾਦਰ ਨੇ ਆਹ ਇਲਾਕੇ ਫਤਿਹ ਕਰ ਲਏ ਨੇ, ਹੁਣ ਅਗਲਾ ਨਿਸ਼ਾਨਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਉਹ ਸਰਹੰਦ ਸੀ। ਹੁਣ ਅਸੀਂ ਇਸ ਮੁੱਦੇ ਦੇ ਉੱਪਰ ਆ ਜਾਈਏ ਜਿਹੜਾ ਬਹੁਤ ਅਹਿਮ ਹੈ, ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕਾਫੀ ਸਾਰੀਆਂ ਫੌਜਾਂ, ਕਾਫੀ ਸਾਰੇ ਸਿੱਖ ਅਤੇ ਹਥਿਆਰ ਆ ਚੁੱਕੇ ਨੇ। ਵਜ਼ੀਰ ਖਾਨ ਉਸ ਵੇਲੇ ਤਿਆਰੀ ਕਰ ਰਿਹਾ। ਇੱਕ ਬੜੀ ਅਹਿਮ ਗੱਲ ਹੈ, ਇੱਕ ਸਰੋਤ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸਰਦਾਰ ਰਤਨ ਸਿੰਘ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਨੇ ਕਿ ਅਸੀਂ ਹਮਲਾ ਕਿਉਂ ਨਹੀਂ ਕਰ ਰਹੇ ਸਰਹੰਦ ਦੇ ਉੱਪਰ, ਤੁਸੀਂ ਇੰਤਜ਼ਾਰ ਕਿਉਂ ਕਰ ਰਹੇ ਹੋ? ਅਤੇ ਬੰਦਾ ਸਿੰਘ ਬਹਾਦਰ ਬੜੀ ਸਹਿਜ ਦੇ ਨਾਲ ਕਹਿੰਦਾ ਅਜੇ ਰੁਕ ਜਾਓ। ਅਗਲੇ ਦਿਨ ਇਹੀ ਸਵਾਲ ਬਾਜ ਸਿੰਘ ਕਰਦਾ ਹੈ ਕਿ ਅਸੀਂ ਸਰਹੰਦ ਦੇ ਉੱਪਰ ਹਮਲਾ ਕਰਨ 'ਚ ਦੇਰੀ ਕਿਉਂ ਕਰ ਰਹੇ ਹਾਂ, ਜਦੋਂ ਕਿ ਵਜ਼ੀਰ ਖਾਨ ਤਾਂ ਆਪਣੀਆਂ ਫੌਜਾਂ ਨੂੰ ਜਹਾਦ ਦੇ ਨਾਮ ਦੇ ਉੱਪਰ ਇਕੱਠਾ ਕਰ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਅਸੀਂ ਹਮਲਾ ਕਿਉਂ ਨਹੀਂ ਕਰ ਰਹੇ? ਤੀਸਰੇ ਦਿਨ ਬੰਦਾ ਸਿੰਘ ਬਹਾਦਰ ਦਾ ਜਵਾਬ ਬੜਾ ਪਿਆਰਾ, ਕਹਿੰਦਾ ਕਿ ਸਰਹੰਦ, ਇਹ ਵੇਖਿਓ ਆਗੂ ਕਿਵੇਂ ਦੇ ਹੁੰਦੇ ਨੇ, ਉਹ ਆਪ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ। ਹੁਣ ਤੁਸੀਂ ਵੇਖੋ, ਬੰਦਾ ਸਿੰਘ ਕਹਿੰਦਾ ਕਿ ਸਰਹੰਦ ਦੇ ਵਿੱਚ ਜੋ ਕੁਕਰਮ ਵਜ਼ੀਰ ਖਾਨ ਨੇ ਕੀਤੇ ਨੇ ਗੁਰੂ ਸਾਹਿਬ ਦੇ ਛੋਟੇ ਸਰਜੰਦਾਂ ਨੂੰ ਸ਼ਹੀਦ ਕਰਕੇ, ਉਹਨਾਂ ਦੇ ਪ੍ਰਤੀ ਸਾਰੀ ਕੌਮ ਦੇ ਵਿੱਚ ਬਰਾਬਰ ਦਾ ਗੁੱਸਾ ਹੈ, ਅਤੇ ਮੈਂ ਚਾਹੁੰਦਾ ਹੈ ਕਿ ਸਰਹੰਦ ਨੂੰ ਉਦੋਂ ਫਤਿਹ ਕੀਤਾ ਜਾਵੇ ਜਦੋਂ ਤੱਕ ਮਾਝੇ ਮਾਲਵੇ ਦੁਆਬੇ ਦੇ ਜਿਹੜੇ ਸਿੰਘਾਂ ਨੂੰ ਹੁਕਮਨਾਮੇ ਭੇਜੇ ਗਏ ਨੇ ਉਹ ਸਾਰੇ ਆ ਜਾਣ, ਤਾਂ ਜੋ ਇਸ ਫਤਿਹਯਾਬੀ ਦੇ ਵਿੱਚ, ਇਸ ਜਿੱਤ ਦੇ ਵਿੱਚ ਉਹ ਵੀ ਸ਼ਰੀਕ ਹੋਣ, ਮੈਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ। ਹੌਲੀ ਹੌਲੀ ਇਹ ਜਿਹੜੇ ਸਿੱਖ ਸੀ, ਜਿਉਂ ਜਿਉਂ ਹੁਕਮਨਾਮੇ ਪਹੁੰਚੇ, ਬੰਦਾ ਸਿੰਘ ਬਹਾਦਰ ਨੂੰ ਇੱਥੇ ਤੁਹਾਡੇ ਨੇੜੇ ਰੋਪੜ ਦੇ ਸਥਾਨ ਦੇ ਉੱਪਰ ਆ ਕੇ ਮਿਲੇ। ਸੋ ਇਹ ਜਿਹੜਾ ਪਹਿਲਾ ਮਿਲਾਪ ਹੈ,
ਬੰਦਾ ਸਿੰਘ ਬਹਾਦਰ ਦਾ ਅਤੇ ਮਾਝੇ ਔਰ ਦੁਆਬੇ ਤੋਂ ਆਏ ਸਿੰਘਾਂ ਦਾ ਇਹ ਰੋਪੜ ਦੇ ਕੋਲ ਹੋਇਆ। ਔਰ ਇਹਨਾਂ ਸਿੱਖਾਂ ਨੂੰ ਰੋਕਣ ਦੇ ਵਾਸਤੇ ਬਹੁਤ ਭਿਆਨਕ ਜੰਗ ਵੀ ਹੋਇਆ। ਇਹਨਾਂ ਦਾ ਰਾਹ ਰੋਕਿਆ ਸੀ ਮਲੇਰਕੋਟਲੇ ਵਾਲੇ ਪਠਾਣਾਂ ਨੇ। ਅੱਗੇ ਜਾ ਕੇ ਜ਼ਿਕਰ ਕਰਾਂਗੇ, ਅਸੀਂ ਹਾ ਦੇ ਨਾਅਰੇ ਦਾ ਬਹੁਤ ਜ਼ਿਕਰ ਕਰਦੇ ਹਾਂ, ਕੁਦਰਤਨ ਸਾਡਾ ਫਰਜ਼ ਵੀ ਬਣਦਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਅਰਾ ਮਾਰਿਆ ਸੀ, ਪਰ ਇਹਦਾ ਮਤਲਬ ਇਹ ਨਹੀਂ ਕਿ ਨਾਅਰਾ ਮਾਰਨ ਤੋਂ ਬਾਅਦ ਉਹ ਸਿੱਖਾਂ ਦਾ ਹਮਾਇਤੀ ਹੋ ਗਿਆ ਜਾਂ ਉਹ ਪਹਿਲਾਂ ਸਿੱਖਾਂ ਦਾ ਹਮਾਇਤੀ ਸੀ, ਇਵੇਂ ਦੀ ਬਿਲਕੁਲ ਕੋਈ ਗੱਲ ਨਹੀਂ ਹੈ। ਅਨੰਦਪੁਰ ਦੇ ਘੇਰੇ ਦੇ ਵਿੱਚ ਵੀ ਮਲੇਰਕੋਟਲੇ ਦੇ ਸਾਰੇ ਪਠਾਣ ਸ਼ਾਮਲ ਸੀ। ਸਰਸਾ ਦੇ ਕੰਢੇ ਦੇ ਉੱਪਰ ਜਿਹੜੀ ਜੰਗ ਹੋਈ ਹੈ ਉਹਦੇ ਵਿੱਚ ਵੀ ਮਲੇਰਕੋਟਲੇ ਦੇ ਸਾਰਾ ਪਠਾਣ ਖਾਨਦਾਨ ਜਿਹੜਾ ਸ਼ਾਮਲ ਸੀ। ਜਿਹੜੀ ਮਲਕਪੁਰ ਰੰਗਣਾ ਦੇ ਵਿੱਚ ਲੜਾਈ ਹੋਈ ਹੈ ਜਿੱਥੇ ਸ਼ਹੀਦ ਹੋਏ ਨੇ, ਜ਼ਖਮੀ ਹੋਏ ਨੇ 75 ਸਿੰਘ ਅਤੇ 100 ਸਿੱਖ ਸ਼ਹੀਦ ਹੋਏ ਨੇ, ਉੱਥੇ ਵੀ ਮਲੇਰਕੋਟਲੀਆ ਖਾਨਦਾਨ ਸੀ। ਔਰ ਜਦੋਂ ਚਮਕੌਰ ਨੂੰ ਘੇਰਾ ਪਾਇਆ ਗਿਆ ਮਲੇਰਕੋਟਲੇ ਦੇ ਪਠਾਣ ਉਹਦੇ ਵਿੱਚ ਵੀ ਸ਼ਾਮਲ ਸੀ। ਇਸੇ ਹੀ ਸ਼ੇਰ ਮੁਹੰਮਦ ਖਾਨ ਦਾ ਭਰਾ ਨਾਹਰ ਖਾਨ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮਾਰਿਆ ਗਿਆ, ਜਿਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ 'ਚ ਵੀ ਕਰਦੇ ਨੇ। ਝੂਦੀਦਮ ਬਾ ਨਾਹਰ ਬਾ ਆਮਦ ਬਾ ਜੰਗ ਚਸ਼ੀਦੇ ਯੱਕੇ ਤੀਰ ਮਨ ਬੇਤਰੰਗ, ਕਿ ਜਦੋਂ ਮੈਂ ਨਾਹਰ ਖਾਨ ਨੂੰ ਮੈਦਾਨੇ ਜੰਗ ਦੇ ਵਿੱਚ ਆਉਂਦਾ ਵੇਖਿਆ ਅਤੇ ਮੈਂ ਆਪਣੇ ਕਮਾਨ ਦੇ ਵਿੱਚੋਂ ਇੱਕ ਤੀਰ ਖਿੱਚਿਆ ਅਤੇ ਨਾਹਰ ਖਾਨ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਮੈਂ ਸ਼ੁਰੂਆਤ 'ਚ ਵੀ ਕਿਹਾ ਸੀ ਇਤਿਹਾਸਕਾਰੀ ਦੇ ਵਿੱਚ ਅਸੀਂ ਸਰੋਤਾਂ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਪੁੱਟ ਸਕਦੇ। ਹੁਣ ਖਿਆਲ ਕਰਿਓ ਕਿ ਚਮਕੌਰ ਦੀ ਗੜੀ ਦੇ ਵਿੱਚੋਂ ਤੀਰ ਚਲਾਉਣਾ ਅਤੇ ਨਾਹਰ ਖਾਨ ਆਪਣੀ ਫੌਜ ਦੇ ਵਿੱਚੋਂ ਆ ਰਿਹਾ ਉਹਨੂੰ ਜ਼ਮੀਨ 'ਤੇ ਸੁੱਟ ਦੇਣਾ, ਉਸ ਤੀਰ ਦਾ ਬਲ ਕਿੰਨਾ ਹੋਵੇਗਾ? ਇਸ ਨੂੰ ਅਸੀਂ ਟੈਂਸਾਈਲ ਪਾਵਰ ਕਹਿੰਦੇ ਅਸੀਂ, ਕਿ ਤੰਦੀ ਦੀ ਖਿੱਚ ਕਿੰਨੀ ਹੁੰਦੀ ਹੈ ਜਿਸ ਤੰਦੀ ਦੇ ਨਾਲ ਤੀਰ ਚਲਾਇਆ ਜਾਂਦਾ। ਹਰ ਕਮਾਨ ਦੀ ਇੱਕ ਵੱਖਰੀ ਟੈਂਸਾਈਲ ਪਾਵਰ ਹੁੰਦੀ ਹੈ। ਅੱਜ ਜਿੰਨੇ ਵੀ ਆਰਚਰੀ ਦੇ ਮੁਕਾਬਲੇ ਹੁੰਦੇ ਨੇ, ਜਿੰਨੇ ਵੀ ਤੀਰ ਅੰਦਾਜ਼ੀ ਦੇ ਮੁਕਾਬਲੇ ਹੁੰਦੇ ਨੇ, ਮੈਂ ਕਈ ਵਾਰੀ ਗਿਆ ਵੀ ਹਾਂ, ਮੈਨੂੰ ਜਾਣ ਦਾ ਮੌਕਾ ਮਿਲਦਾ, ਉਹਦੇ ਵਿੱਚ ਹਰ ਕਮਾਨ ਦੀ ਇੱਕ ਟੈਂਸਾਈਲ ਪਾਵਰ ਹੁੰਦੀ ਹੈ ਕਿ ਇਹ 50 ਪਾਉਂਡ ਦਾ ਕਮਾਨ ਹੈ, ਇਹ 100 ਪਾਉਂਡ ਦਾ ਕਮਾਨ ਹੈ। ਜਿਹੜਾ 150 ਪਾਉਂਡ ਦੀ ਟੈਂਸਾਈਲ ਪਾਵਰ ਵਾਲਾ ਕਮਾਨ ਚਲਾਉਂਦਾ ਹੈ ਨਾ, ਉਹਨੂੰ ਬੜਾ ਚੰਗਾ ਅੱਜ ਤੀਰ ਅੰਦਾਜ਼ ਗਿਣਿਆ ਜਾਂਦਾ ਕਿ ਇਹਦੀਆਂ ਬਾਹਾਂ ਦੇ ਵਿੱਚ ਇੰਨਾ ਦਮ ਹੈ ਕਿ ਇਹ ਇੰਨੀ ਟੈਂਸਾਈਲ ਪਾਵਰ ਵਾਲੀ ਤੰਦੀ ਨੂੰ ਖਿੱਚ ਸਕਦਾ। ਹੁਣ ਗੁਰੂ ਸਾਹਿਬ ਦਾ ਜਿਹੜਾ ਕਮਾਨ ਹੈ ਉਹਦੀ ਟੈਂਸਾਈਲ ਪਾਵਰ ਕਿੰਨੀ ਹੋਵੇਗੀ? ਮਹਾਨ ਕੋਸ਼ ਤਕਰੀਬਨ ਤੁਸੀਂ ਸਾਰਿਆਂ ਨੇ ਪੜ੍ਹਿਆ। ਮਹਾਨ ਕੋਸ਼ ਦੇ ਵਿੱਚ ਇੱਕ ਐਂਟਰੀ ਹੈ 9 ਟੰਕੀ ਕਮਾਨ, ਅਤੇ ਉਹਦੇ ਥੱਲੇ ਕਾਹਨ ਸਿੰਘ ਰਾਭਾ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਾਨ ਦੀ ਟੈਂਸਾਈਲ ਪਾਵਰ ਜਿਹੜੀ 9 ਟੰਕ ਸੀ, ਉਸਨੂੰ 9 ਟੰਕੀ ਕਮਾਨ ਕਿਹਾ ਜਾਂਦਾ ਸੀ। ਅਤੇ ਇੱਕ ਟੰਕ ਜਿਹੜਾ ਉਹਦੇ ਵਿੱਚ 24 ਕਿਲੋ 983 ਗ੍ਰਾਮ ਹੁੰਦੇ ਨੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਾਨ ਦੀ ਟੈਂਸਾਈਲ ਪਾਵਰ 496 ਪਾਉਂਡ ਦੇ ਕਰੀਬ ਬਣਦੀ। ਫਿਰ ਇੱਕ ਅਫਸੋਸ ਹੈ, ਇੱਕ ਟ੍ਰੈਜਡੀ ਹੈ ਕਿ ਸਾਡੇ ਕੋਲ ਅਸਲੀ ਕਮਾਨ ਤਾਂ ਹੈ ਨਹੀਂ ਸੀ, ਕਿਤੇ ਉਸ ਕਮਾਨ ਦਾ ਰੈਪਲੀਕਾ ਬਣਾ ਕੇ ਵੀ ਅਸੀਂ ਕਿਸੇ ਗੁਰਦੁਆਰੇ ਜਾਂ ਮਿਊਜ਼ੀਅਮ 'ਚ ਨਹੀਂ ਰੱਖ ਸਕੇ ਕਿ ਗੁਰੂ ਸਾਹਿਬ ਦੀਆਂ ਬਾਹਾਂ ਦੇ ਵਿੱਚ ਇੰਨਾ ਬਲ ਸੀ ਜਿਹੜੇ ਇੰਨੀ ਟੈਂਸਾਈਲ ਪਾਵਰ ਦਾ ਕਮਾਨ ਖਿੱਚਿਆ ਕਰਦੇ ਸੀ। ਸਰੋਤ ਸਾਡੇ ਕੋਲ ਨੇ, ਸਰਦਾਰ ਕਾਹਨ ਸਿੰਘ ਨਾਭਾ ਨੇ 9 ਟੰਕੀ ਲਿਖਿਆ, ਸੰਤੋਖ ਸਿੰਘ ਉਹਨਾਂ ਨੇ 9 ਟੰਕੀ ਲਿਖਿਆ, ਸਰੋਤ ਸਾਡੇ ਕੋਲ ਨੇ, ਪਰ ਇਤਿਹਾਸ ਨੂੰ ਸਾਂਭਣ ਦਾ ਅਸੀਂ ਕਿਤੇ ਵੀ ਅਜੇ ਤੱਕ ਯਤਨ ਨਹੀਂ ਕੀਤਾ। ਖੈਰ, ਇੱਥੇ ਬੰਦਾ ਸਿੰਘ ਬਹਾਦਰ ਦਾ ਅਤੇ ਮਾਝੇ ਮਾਲਵੇ ਤੋਂ ਆਏ ਸਿੰਘਾਂ ਦਾ ਮਿਲਾਪ ਹੋਇਆ। ਹੁਣ ਅਗਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਹੁਕਮ ਦਿੱਤਾ ਸੀ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵੱਲ ਨੂੰ ਤੁਰਨ ਲੱਗਿਆਂ। ਉਹਨਾਂ ਦੇ ਵਿੱਚੋਂ 2 ਹੁਕਮ ਬੜੇ ਅਹਿਮ ਨੇ। ਪਹਿਲਾ ਹੁਕਮ ਸੀ ਕਿ ਕਿਸੇ ਵੀ ਧਰਮ ਦੇ ਧਰਮ ਸਥਾਨ ਦੀ ਬੇਅਦਬੀ ਨਹੀਂ ਕਰਨੀ, ਅਤੇ ਦੂਸਰਾ ਹੁਕਮ ਸੀ ਮੈਦਾਨੇ ਜੰਗ ਦੀ ਚੋਣ ਆਪ ਕਰਨੀ। ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਹਮਲਾ ਨਹੀਂ ਕੀਤਾ, ਬਲਕਿ ਚੱਪੜਚਿੜੀ ਦੇ ਮੈਦਾਨ ਦੇ ਵਿੱਚ, ਇਹ ਅੱਜ ਅਸੀਂ ਜਦੋਂ ਅਸੀਂ ਉਹਨੂੰ ਪ੍ਰੋਨਾਂਸੀਏਟ ਕਰਦੇ ਹਾਂ ਤਾਂ ਚੱਪੜਚਿੜੀ, ਕਿਉਂਕਿ ਸਭ ਤੋਂ ਪਹਿਲਾਂ ਇਸ ਪਿੰਡ ਦਾ ਨਾਮ ਜਿਹੜਾ ਸਾਨੂੰ ਡਾਕਟਰ ਵਿਲੀਅਮ ਇਰਵਿਨ ਦੀ ਕਿਤਾਬ ਦਾ ਲੇਟਰ ਮੁਗਲਸ ਦੇ ਵਿੱਚ ਮਿਲਦਾ ਹੈ। ਛੱਪੜ ਔਰ ਝਿੜੀ, ਰੁੱਖਾਂ ਦੀ ਝਿੜੀ ਹੋਣਾ ਅਤੇ ਪਾਣੀ ਦਾ ਸਰੋਤ ਹੋਣਾ, ਇਹ ਸ਼ਬਦ ਸੀ ਛੱਪੜਚਿੜੀ, ਜਿਸ ਤੋਂ ਬਦਲ ਕੇ ਹੌਲੀ ਹੌਲੀ ਚੱਪੜਚਿੜੀ ਦਾ ਮੈਦਾਨ ਜਿਹੜਾ ਉਹ ਸਾਡੇ ਮਾਨਸਿਕਤਾ ਵਿੱਚ ਘਰ ਘਰ ਚੁੱਕਾ ਗਿਆ। ਜਿਹੜਾ ਪਹਿਲਾ ਨਾਮ ਸੀ ਉਹ ਛੱਪੜਚਿੜੀ ਸੀ। ਹੁਣ ਛੱਪੜ ਨੂੰ CH ਦੇ ਨਾਲ ਲਿਖਿਆ ਜਾਂਦਾ, ਉਹਦੇ ਕਰਕੇ ਅਸੀਂ ਚੱਪੜਚਿੜੀ ਨੂੰ ਪ੍ਰੋਨਾਂਸੀਏਟ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਪੁਰਾਤਨ ਨਾਮ ਸੀ ਉਹ ਛੱਪੜਚਿੜੀ, ਕਿ ਉੱਥੇ ਰੁੱਖ ਵੀ ਸੀ ਔਰ ਪਾਣੀ ਦਾ ਸਰੋਤ ਵੀ ਸੀ, ਝਿੜੀ ਵੀ ਸੀ ਔਰ ਛੱਪੜ ਵੀ ਸੀ, ਜਿਸ ਕਰਕੇ ਇਸ ਦਾ ਨਾਮ ਛੱਪੜਚਿੜੀ ਹੈ। ਬੰਦਾ ਸਿੰਘ ਬਹਾਦਰ ਨੇ ਆਪਣੇ ਸਿੱਖ ਸੈਨਿਕਾਂ ਦੇ ਨਾਲ ਉਸ ਜਗ੍ਹਾ ਦੇ ਉੱਪਰ ਜਿਹੜਾ ਉਹ ਡੇਰਾ ਕੀਤਾ। ਹੁਣ ਇੱਕ ਇੱਥੇ ਸਵਾਲ ਫਿਰ ਪੈਦਾ ਹੋਇਆ, ਉਹ ਸਵਾਲ ਇਹ ਪੈਦਾ ਹੋਇਆ
ਕਿ ਸਰਦਾਰ ਫਤਿਹ ਸਿੰਘ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਨੇ ਕਿ ਸਾਡੀ ਫੌਜ ਦੇ ਵਿੱਚ ਬਹੁਤ ਲੋਕ ਐਸੇ ਨੇ ਜਿਹੜੇ ਲੁੱਟਮਾਰ ਦੀ ਨੀਤ ਨਾਲ ਸ਼ਾਮਿਲ ਹੋਏ ਨੇ, ਇਹ ਮੈਦਾਨੇ ਜੰਗ ਦੇ ਵਿੱਚੋਂ ਭੱਜ ਜਾਣਗੇ, ਇਹਨਾਂ ਨੂੰ ਹੁਣ ਹੀ ਵੱਖਰੇ ਕਰ ਦੇਣਾ ਚਾਹੀਦਾ। ਹੁਣ ਉਹ ਯੁੱਧ ਨੀਤੀ ਦਾ ਐਸਾ ਜਰਨੈਲ ਹੈ, ਉਹ ਕਹਿੰਦਾ ਬੇਸ਼ੱਕ ਇਹ ਲੁੱਟਮਾਰ ਦੀ ਨੀਅਤ ਦੇ ਨਾਲ ਸ਼ਾਮਿਲ ਹੋਏ ਨੇ, ਪਰ ਲੁੱਟਮਾਰ ਕਰਨ ਤੋਂ ਬਾਅਦ ਜਦੋਂ ਇਹ ਪਿੰਡਾਂ ਦੇ ਵਿੱਚ ਜਾਣਗੇ ਨਾ, ਤਾਂ ਲੋਕਾਂ ਤੱਕ ਸਾਡੀ ਇਹ ਖਬਰ ਤਾਂ ਪਹੁੰਚ ਜਾਵੇਗੀ ਨਾ ਕਿ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰ ਲਿਆ, ਉਹਦੀ ਲੁੱਟਮਾਰ ਹੋ ਚੁੱਕੀ ਹੈ, ਇਹ ਸਾਡਾ ਸੋਰਸ ਆਫ ਇਨਫੋਰਮੇਸ਼ਨ 'ਤੇ ਆਇਆ ਨਾ, ਲੋਕਾਂ ਤੱਕ ਸਾਡੀਆਂ ਖਬਰਾਂ 'ਤੇ ਪਹੁੰਚਣਗੀਆਂ ਨਾ। ਸੋ ਇਹ ਉਸ ਜਰਨੈਲ ਦੀ ਯੁੱਧ ਨੀਤੀ ਹੈ, ਇੱਕ ਬੜਾ ਅਹਿਮ ਤੱਤ ਹੈ ਇਸ ਯੁੱਧ ਨੀਤੀ ਦੇ ਵਿੱਚ। ਸੋ ਬੰਦਾ ਸਿੰਘ ਬਹਾਦਰ ਨੇ ਉਸ ਜਗ੍ਹਾ ਦੇ ਉੱਪਰ ਆਪਣੀਆਂ ਫੌਜਾਂ ਤਾਇਨਾਤ ਕੀਤੀਆਂ, ਔਰ ਵਜ਼ੀਰ ਖਾਨ ਨੂੰ ਬਕਾਇਦਾ ਇੱਕ ਚਿੱਠੀ ਵੀ ਲਿਖੀ ਹੈ। ਇਸ ਚਿੱਠੀ ਦਾ ਜ਼ਿਕਰ ਸਾਨੂੰ ਮਿਲਦਾ ਹੈ ਅਖਬਾਰ ਅਤੇ ਦਰਬਾਰੇ ਮੌਲਾ ਦੇ ਵਿੱਚ, ਔਰ ਚਿੱਠੀ ਲਿਖਣ ਦੀ ਜਿਹੜੀ ਤਰੀਕ ਹੈ ਸਾਨੂੰ ਅੱਜ ਦੀ ਮਿਲਦੀ ਹੈ। ਇਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਬੇਸ਼ੱਕ ਅਸੀਂ ਦਿਹਾੜੇ ਮਨਾਉਂਦੇ ਹਾਂ, ਪਰ ਸਿੱਖ ਇਤਿਹਾਸ ਸਰਚ ਬੋਰਡ ਦੀ ਕੋਈ ਵਧੀਆ ਕਾਇਮੀ ਨਾ ਹੋਣ ਕਰਕੇ ਅਸੀਂ ਅਜੇ ਤੱਕ ਤਰਦੀਕਾਂ ਨਿਰਧਾਰਤ ਨਹੀਂ ਕਰ ਸਕੇ। ਜਿਹੜੀਆਂ ਸਾਡੀਆਂ ਕੁਝ ਸਰੋਤ ਨੇ ਉਹ 12 ਮਈ 1710 ਦੀ ਗੱਲ ਕਰਦੇ ਨੇ, ਕੁਛ 24 ਮਈ 1710 ਦੀ ਗੱਲ ਕਰਦੇ ਨੇ, ਇਸੇ ਤਰ੍ਹਾਂ ਕੁਝ ਸਰੋਤ 22 ਮਈ ਦੀ ਗੱਲ ਕਰਦੇ ਨੇ, ਕੁਝ ਸਰੋਤ ਇੱਕ ਹਾੜ ਦੀ ਗੱਲ ਕਰਦੇ ਨੇ, ਇੱਕ ਹਾੜ ਨੂੰ ਜਦੋਂ ਅਸੀਂ ਗ੍ਰੈਗੋਰੀਅਨ ਦੇ ਵਿੱਚ ਕਨਵਰਟ ਕਰਾਂਗੇ ਤਾਂ 15 ਜੂਨ ਬਣਦੀ ਹੈ। ਸੋ ਅਜੇ ਤੱਕ ਅਸੀਂ ਸਰਹੰਦ ਨੂੰ ਫਤਿਹ ਕਰਨ ਦੀ ਤਰੀਕ ਵੀ ਅਸੀਂ ਅਜੇ ਤੱਕ ਇੱਕ ਨਿਰਧਾਰਿਤ ਨਹੀਂ ਕਰ ਸਕੇ। ਜਿੰਨੇ ਸਾਡੇ ਲਿਖਾਰੀ ਨੇ ਉਨੀਆਂ ਤਰੀਕਾਂ ਨੇ। ਸਭ ਤੋਂ ਵੱਡੀ ਘਾਟ ਹੈ ਕਿ ਸਾਡਾ ਕੋਈ ਰਿਸਰਚ ਬੋਰਡ ਨਹੀਂ ਹੈ ਜਿਹਦੇ ਵਿੱਚ ਅਸੀਂ ਇੱਕ ਤਰੀਕ ਨੂੰ, ਇੱਕ ਜਗ੍ਹਾ ਨੂੰ, ਉਹਦੇ ਕ੍ਰੋਨੋਗ੍ਰਾਫਿਕ ਫੇਸ ਨੂੰ ਨਿਰਧਾਰਿਤ ਕਰ ਸਕੀਏ, ਜਿਹੜਾ ਕਿ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੀ ਤਵਾਰੀਖ ਕੋਈ ਬਹੁਤੀ ਪੁਰਾਣੀ ਨਹੀਂ ਹੈ, ਉਸਨੂੰ ਨਿਰਧਾਰਿਤ ਕੀਤਾ ਜਾ ਸਕਦਾ, ਸਾਡੇ ਕੋਲ ਸਰੋਤ ਨੇ। ਪਰ ਅਜੇ ਤੱਕ ਜਿਹੜੀ ਸਾਡੀ ਮੈਂ ਨਾ ਮਾਨੂੰ ਦੀ ਜਿਹਦੇ ਨਾ ਕਿ ਜੋ ਮੈਂ ਲਿਖ ਦਿੱਤਾ ਹੈ ਉਹੀ ਅੰਤਮ ਸੱਚ ਹੈ, ਉਹੀ ਸਾਡੇ ਇਤਿਹਾਸ ਨੂੰ ਕਿਸੇ ਪਾਸੇ ਨਹੀਂ ਲੱਗਣ ਦੇ ਰਹੀ। ਖੈਰ, ਵਜ਼ੀਰ ਖਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਸਭ ਤੋਂ ਪਹਿਲਾਂ ਇੱਕ ਅੰਦਰ ਨੀਤੀ ਤਿਆਰ ਕੀਤੀ ਗਈ ਹੈ ਕਿ ਕਿਸੇ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਭੱਜ ਦੌੜ ਪੈਦਾ ਕੀਤੀ ਜਾ ਸਕੇ। ਉਸ ਭੱਜ ਦੌੜ ਨੂੰ ਪੈਦਾ ਕਰਨ ਦੇ ਵਾਸਤੇ ਜਰਨੈਲ ਨੂੰ ਚੁਣਿਆ ਗਿਆ ਕਿ ਕਿਹੜਾ ਜਰਨੈਲ ਹੈ ਜਿਹੜੀ ਐਸੀ ਭੂਮਿਕਾ ਨਿਭਾ ਸਕੇ। ਵਜ਼ੀਰ ਖਾਨ ਕਹਿੰਦਾ ਹੈ ਕਿ ਜੇਕਰ ਉਹ ਜਰਨੈਲ ਮੁਸਲਮਾਨ ਹੋਵੇਗਾ ਤਾਂ ਬੰਦਾ ਸਿੰਘ ਬਹਾਦਰ ਇੰਨੀ ਛੇਤੀ ਯਕੀਨ ਨਹੀਂ ਕਰੇਗਾ, ਅਤੇ ਉਹ ਧੋਖਾ ਦੇਣ ਦੇ ਵਾਸਤੇ ਚੁਣਿਆ ਗਿਆ ਗੰਡਾ ਮੱਲ, ਜਿਹੜਾ ਕਿ ਸੁੱਚਾ ਨੰਦ ਦਾ ਭਤੀਜਾ ਸੀ। ਗੰਡਾ ਮੱਲ ਸੁੱਚਾ ਨੰਦ ਦਾ ਭਤੀਜਾ ਆਪਣੇ ਕੁਝ ਫੌਜੀਆਂ ਨੂੰ ਲੈ ਕੇ ਬੰਦਾ ਸਿੰਘ ਬਹਾਦਰ ਦੇ ਕੋਲ ਜਾ ਕੇ ਗਿਆ ਅਤੇ ਉਸ ਨੂੰ ਜਾ ਕੇ ਕਹਿੰਦਾ ਹੈ ਕਿ ਮੈਂ ਆਪਣੇ ਚਾਚੇ ਦੇ ਕੀਤੇ ਉੱਪਰ ਬੜਾ ਪਛਤਾਵਾ ਹਾਂ, ਬੜਾ ਪਛਤਾਵਾ ਹੈ ਮੈਨੂੰ, ਮੈਂ ਚਾਹੁੰਦਾ ਕਿ ਮੈਂ ਤੁਹਾਡੀ ਫੌਜ ਦੇ ਵਿੱਚ ਤੁਹਾਡਾ ਸਾਥ ਦੇਵਾਂ ਕਿ ਜਿਹੜੀ ਗਲਤੀ ਮੇਰੇ ਚਾਚੇ ਨੇ ਕੀਤੀ ਹੈ ਮੈਂ ਉਹਦੇ ਜਿਹੜੇ ਪਾਪ ਆ ਉਹਨਾਂ ਨੂੰ ਧੋ ਸਕਾਂ। ਬੰਦਾ ਸਿੰਘ ਬਹਾਦਰ ਮੁਸਕਰਾਇਆ ਅਤੇ ਬਾਜ ਸਿੰਘ ਨੂੰ ਕਹਿੰਦਾ ਕਿ ਬੇਸ਼ੱਕ ਇਹਨੂੰ ਫੌਜ ਦੇ ਵਿੱਚ ਦਾਖਲ ਕਰ ਰਹੋ, ਪਰ ਬਾਜ ਸਿੰਘ ਤੇਰੀ ਡਿਊਟੀ ਆ ਮੈਦਾਨੇ ਜੰਗ 'ਚ ਅਤੇ ਨਜ਼ਰ ਵੀ ਰੱਖਣੀ ਹੈ। ਇਹ ਵੀ ਉਸ ਜਰਨੈਲ ਦਾ ਇੱਕ ਗੁਣ ਸੀ। ਬੇਸ਼ੱਕ ਗੰਡਾ ਮੱਲ ਨੂੰ ਫੌਜ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ, ਪਰ ਉਹਦੀ ਫੌਜ ਦੇ ਉੱਪਰ ਫਿਰ ਇੱਕ ਜਰਨੈਲ ਨੂੰ, ਬਾਜ ਸਿੰਘ ਨੂੰ ਡਿਊਟੀ ਦਿੱਤੀ ਗਈ ਕਿ ਗੰਡਾ ਮੱਲ ਦੇ ਉੱਪਰ ਖਾਸ ਖਿਆਲ ਰੱਖਣਾ ਹੈ। ਅਖੀਰ ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ ਲੈ ਕੇ ਪਹੁੰਚਿਆ। ਹੁਣ ਜੇਕਰ ਅਸੀਂ ਇਹਦਾ ਯੁੱਧ ਨੀਤਿਕ ਨਜ਼ਰੀਏ ਤੋਂ ਅਧਿਐਨ ਕਰੀਏ ਤਾਂ ਸਭ ਤੋਂ ਪਹਿਲੀ ਗੱਲ ਸੀ ਕਿ ਬੰਦਾ ਸਿੰਘ ਬਹਾਦਰ ਇਸ ਜੰਗ ਨੂੰ ਜਿੱਤ ਕਿਵੇਂ ਗਿਆ। ਉਹਦੀ ਪਹਿਲੀ ਗੱਲ ਸੀ ਕਿ ਉਸਨੇ ਜਿਹੜੀ ਆਪਣੀ ਚੋਣ ਕੀਤੀ ਹੈ ਮੈਦਾਨੇ ਜੰਗ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮਾਂ ਦੇ ਅਨੁਸਾਰ ਕੀਤੀ ਹੈ। ਦੂਸਰੀ ਗੱਲ, ਤੁਸੀਂ ਕਿਤੇ ਵੀ, ਮੈਂ ਅੱਗੇ ਵੀ ਗੱਲ ਕਰ ਰਿਹਾ ਸੀ, ਸਿੱਖ ਫੌਜਾਂ ਦੇ ਵੱਲੋਂ ਜਿੰਨੀਆਂ ਵੀ ਲੜਾਈਆਂ ਲੜੀਆਂ ਗਈਆਂ ਨੇ, ਸਿੱਖਾਂ ਦੇ ਵੱਲੋਂ ਤੁਸੀਂ ਹਾਥੀ ਦੀ ਵਰਤੋਂ ਨਹੀਂ ਵੇਖੋਗੇ। ਸਿੱਖਾਂ ਨੇ ਕਦੀ ਮੈਦਾਨੇ ਜੰਗ 'ਚ ਵਾਰ ਐਲੀਫੈਂਟਸ ਨਹੀਂ ਵਰਤੇ, ਹਾਥੀਆਂ ਦੀ ਵਰਤੋਂ ਨਹੀਂ ਕੀਤੀ। ਉਹਦਾ ਇੱਕ ਕਾਰਨ ਹੈ, ਕਿਉਂਕਿ ਉਹ ਯੁੱਧ ਨੀਤੀ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀ। ਇੱਕ ਥੀਸਿਸ ਹੈ, ਔਨਲਾਈਨ ਅਵੇਲੇਬਲ ਹੈ, ਤੁਹਾਨੂੰ PDF ਉਹਦੀ ਔਨਲਾਈਨ ਮਿਲ ਜਾਵੇਗੀ, ਨਹੀਂ ਤਾਂ ਕਿਤਾਬਾਂ ਵੀ ਅਵੇਲੇਬਲ ਨੇ। ਮੈਂ ਵੀ ਚੰਡੀਗੜ੍ਹ ਤੋਂ 17 ਸੈਕਟਰ ਤੋਂ ਖਰੀਦ ਕੇ ਲੈ ਕੇ ਗਿਆ ਸੀ ਉਹਨਾਂ ਸਮਿਆਂ ਦੇ ਵਿੱਚ। ਉਸ ਥੀਸਿਸ ਦਾ ਨਾਂ ਹੈ ਹਿੰਦੂ ਇਤਿਹਾਸ ਹਾਰੋਂ ਕੀ ਦਾਸਤਾਨ, ਡਾਕਟਰ ਸੁਰਿੰਦਰ ਕੁਮਾਰ ਦਾ ਲਿਖਿਆ ਹੋਇਆ। ਉਹ ਕਹਿੰਦਾ ਕਿ ਹਿੰਦੁਸਤਾਨ ਦੇ ਲੋਕਾਂ ਦੀ ਹਾਰ ਦਾ ਕਾਰਨ ਹੈ ਚਤਰੰਗਣੀ ਫੌਜ। ਚਤਰੰਗਣੀ ਫੌਜ ਉਹ ਹੁੰਦੀ ਹੈ ਜਿਹ 'ਚ ਹਾਥੀਆਂ ਦੀ ਪਾਲ ਅੱਗੇ ਲਾਈ ਜਾਂਦੀ ਹੈ। ਕਹਿੰਦਾ ਕਿ ਜਦੋਂ ਹਾਥੀਆਂ ਦੇ ਅਗਲੇ ਪਾਸਿਓਂ ਤੋਪਾਂ ਚੱਲਦੀਆਂ ਨੇ ਨਾ, ਅਤੇ ਜਦੋਂ ਹਾਥੀਆਂ ਦੇ ਉੱਪਰ ਤੋਪਾਂ ਦੇ ਗੋਲੇ ਵੱਜਦੇ ਨੇ ਅਤੇ ਇਹ ਆਵਾਜ਼ ਦੇ ਨਾਲ ਅਤੇ ਗੋਲਿਆਂ ਦੇ ਨਾਲ ਘਬਰਾ ਕੇ ਪਿੱਛੇ ਨੂੰ ਭੱਜਦੇ ਨੇ ਅਤੇ ਆਪਣੀ ਫੌਜ ਦਾ ਹੀ ਨੁਕਸਾਨ ਕਰਦੇ ਨੇ। ਹੁਣ ਸਿੱਖਾਂ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ? ਇਹ ਥੀਸਿਸ ਤਾਂ ਕੋਈ 10 ਸਾਲ ਪਹਿਲਾਂ ਲਿਖਿਆ ਗਿਆ, ਪਰ ਸਿੱਖਾਂ ਨੂੰ ਇਹ ਗੱਲ ਕਿੰਨੇ ਸਮਝਾਈ? ਹੁਣ ਗੁਰੂ ਨਾਨਕ ਸਾਹਿਬ ਨੇ ਇੱਕ ਜੰਗ ਵੇਖੀ ਹੈ, ਲੋਧੀ ਸਰਦਾਰਾਂ ਦੀ ਅਤੇ ਬਾਬਰ ਦੀ, ਅਤੇ ਗੁਰੂ ਨਾਨਕ ਸਾਹਿਬ ਨੇ ਉਸ ਜੰਗ ਦਾ ਅਧਿਐਨ ਕਿਵੇਂ ਕੀਤਾ? ਮੁਗਲ ਪਠਾਣਾ
ਭਈ ਲੜਾਈ, ਰਣ ਮੈਂ ਤੇਗ ਵਗਾਈ, ਉਨੀ ਤੁਪਕ ਤੋਪ ਅਤੇ ਬੰਦੂਕ, ਉਨੀ ਤੁਪਕ ਤਾਣ ਚੜਾਈ, ਇੰਨੀ ਹਸਤ ਚੜਾਈ। ਵੀ ਜਦੋਂ ਉਹਨਾਂ ਦੀਆਂ ਤੋਪਾਂ ਚੱਲੀਆਂ ਅਤੇ ਇਹਨਾਂ ਦੇ ਜਿਹੜੇ ਹਸਤੀ ਸੀ, ਹਾਥੀ ਸੀ, ਉਹ ਚਿੰਗਾੜਦੇ ਹੋਏ ਪਿੱਛੇ ਨੂੰ ਭੱਜੇ, ਜਿਹੜੇ ਹਾਰ ਦਾ ਕਾਰਨ ਬਣੇ। ਗੁਰੂ ਨਾਨਕ ਸਾਹਿਬ ਨੇ ਯੁੱਧ ਨੀਤਿਕ ਨਜ਼ਰੀਏ ਤੋਂ ਹਿੰਦੁਸਤਾਨ ਦੇ ਲੋਕਾਂ ਦੀ ਹਾਰ ਦਾ ਕਾਰਨ ਉਦੋਂ ਹੀ ਸਾਡੇ ਸਾਹਮਣੇ ਐਨਾਲਾਈਜ਼ ਕਰਕੇ ਰੱਖ ਦਿੱਤਾ ਸੀ ਕਿ ਹਾਥੀਆਂ ਦੀ ਫੌਜ ਸਭ ਤੋਂ ਵੱਡੀ ਹਾਰ ਦਾ ਕਾਰਨ ਸੀ। ਉਹ ਤੋਂ ਬਾਅਦ ਸਿੱਖਾਂ ਨੇ ਕਿਸੇ ਫੌਜ 'ਚ ਹਾਥੀਆਂ ਦੀ ਵਰਤੋਂ ਨਹੀਂ ਕੀਤੀ। ਇਹ ਯੁੱਧ ਨੀਤੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਘੜ ਕੇ ਦਿੱਤੀ। ਮੁਗਲ ਪਠਾਣਾ, ਭਈ ਲੜਾਈ, ਰਣ ਮੈਂ ਤੇਗ ਵਗਾਈ, ਉਨੀ ਤੁਪਕ ਤਾਣ ਚੜਾਈ, ਇੰਨੀ ਹਸਤ ਚੜਾਈ। ਸਾਡੇ ਬਹੁਤੇ ਟੀਕੇਕਾਰਾਂ ਨੇ ਹਸਤੀ ਦੇ ਹੱਥ ਇੱਥੇ ਸ਼ਬਦ ਹੱਥ ਕਰ ਦਿੱਤੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਤੋਪਾਂ ਸੀ ਹੱਥਾਂ 'ਚ ਰਹਿ ਗਈਆਂ। ਨਹੀਂ, ਹਸਤ ਚੜਾਈ, ਚੜਾਈ ਚਿੰਗਾੜਦੇ ਹੋਏ ਹਾਥੀ ਪਿੱਛੇ ਨੂੰ ਭੱਜ ਗਏ, ਜਿਹੜੇ ਹਾਰ ਦਾ ਕਾਰਨ ਬਣੇ। ਖੈਰ, ਵਜ਼ੀਰ ਖਾਨ ਦੀ ਇਹ ਗਲਤੀ ਕਹਿ ਲਓ ਕਿ ਉਸਨੇ ਪਾਣੀ ਦੇ ਸਰੋਤ ਨੂੰ ਆਪਣਾ ਕਾਬਜ਼ ਨਹੀਂ ਕੀਤਾ। ਬੰਦਾ ਸਿੰਘ ਬਹਾਦਰ ਨੇ ਪਾਣੀ ਦੇ ਸਰੋਤ ਦੇ ਉੱਪਰ ਕਬਜ਼ਾ ਕੀਤਾ। ਦੂਸਰੀ ਗੱਲ ਕਿ ਵਜ਼ੀਰ ਖਾਨ ਬਹੁਤ ਸਮਾਂ ਡਿਫੈਂਸ ਦੇ ਵਿੱਚ ਬੈਠਾ ਰਿਹਾ, ਜਦੋਂ ਕਿ ਬੰਦਾ ਸਿੰਘ ਬਹਾਦਰ ਹਮਲਾਵਰ ਹੋ ਕੇ ਆਇਆ ਸੀ। ਜਿਹੜਾ ਡਿਫੈਂਸ ਦੇ ਉੱਪਰ ਲੜ ਰਿਹਾ ਵਿਅਕਤੀ ਹੁੰਦਾ, ਉਹਦੇ ਕੋਲ ਇੱਕ ਹੀ ਰਸਤਾ ਹੁੰਦਾ ਹੈ ਕਿ ਜਾਂ ਤਾਂ ਉਹ ਲੜ ਜਾਵੇਗਾ, ਜਿੱਤ ਜਾਵੇਗਾ, ਅਤੇ ਜਾਂ ਹਾਰ ਜਾਵੇਗਾ। ਪਰ ਜਿਹੜਾ ਅਫੈਂਸਿਵ ਹੁੰਦਾ, ਉਹਦੇ ਕੋਲ ਹਮੇਸ਼ਾ ਦੋ ਰਾਹ ਹੁੰਦੇ ਨੇ। ਬੰਦਾ ਸਿੰਘ ਬਹਾਦਰ ਦੇ ਕੋਲ ਦੋ ਰਸਤੇ ਸੀ ਕਿ ਮੈਂ ਆਪਣੀ ਜਗ੍ਹਾ ਦੇ ਉੱਪਰ ਮੈਦਾਨੇ ਜੰਗ 'ਚ ਜੂਝ ਰਿਹਾ, ਜੇ ਇਸ ਵਾਰੀ ਇਹ ਜੰਗ ਨਾ ਵੀ ਜਿੱਤੀ ਜਾਵੇਗੀ ਤਾਂ ਮੇਰੇ ਕੋਲ ਕਿਸੇ ਨਾ ਕਿਸੇ ਪਾਸੇ ਨਿਕਲਣ ਦਾ ਰਸਤਾ ਹੈ। ਸੋ ਇਹ ਅਹਿਮ ਯੁੱਧ ਨੀਤੀ ਸੀ ਜਿਹਦੇ ਵਿੱਚ ਅਫੈਂਸ ਅਤੇ ਡਿਫੈਂਸ ਨੂੰ ਜਿਹੜਾ ਸੀ ਸਮਝਣਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ, ਵਜ਼ੀਰ ਖਾਨ ਨੇ ਆਪਣੀ ਫੌਜ ਦੀ ਸਫਬੰਦੀ ਵੀ ਆਪਣੇ ਪੁਰਾਣੇ ਤਰੀਕੇ ਦੇ ਨਾਲ ਕੀਤੀ। ਸਭ ਤੋਂ ਅੱਗੇ ਤੋਪਾਂ ਲਗਾ ਲਈਆਂ, ਤੋਪਾਂ ਤੋਂ ਪਿੱਛੇ ਉਸਨੇ ਹਾਥੀ ਲਗਾ ਲਏ, ਅਤੇ ਹਾਥੀਆਂ ਦੇ ਦੋਵਾਂ ਸਾਈਡਾਂ 'ਤੇ ਉਸਨੇ ਆਪਣੇ ਘੋੜ ਸਵਾਰ ਲਵਾ ਲਏ, ਅਤੇ ਪਿੱਛੇ ਉਸਨੇ ਆਪਣੀ ਪੈਦਲ ਫੌਜ ਲਾ ਲਈ। ਅਤੇ ਬੰਦਾ ਸਿੰਘ ਬਹਾਦਰ, ਕਿਉਂਕਿ ਵਜ਼ੀਰ ਖਾਨ ਦੇ ਕੋਲ ਤਿੰਨ ਤਰ੍ਹਾਂ ਦੀ ਫੌਜ ਸੀ, ਇੱਕ ਉਹਦੀ ਪਰਗਣਿਆਂ ਦੀ ਫੌਜ, ਜਿਸ ਦੀ ਗਿਣਤੀ ਮੈਂ ਤੁਹਾਨੂੰ ਦੱਸਿਆ ਕਿ ਸਰਹੰਦ ਦੇ ਅਧੀਨ 28 ਪਰਗਣੇ ਸੀ, ਉਹਨਾਂ ਕੋਲ 49,000 ਫੌਜ ਸੀ। ਉਹਦੇ ਤੋਂ ਇਲਾਵਾ ਉਹ ਲੋਕ ਜਿਨ੍ਹਾਂ ਨੂੰ ਜਹਾਦ ਦੇ ਨਾਮ ਦੇ ਉੱਪਰ ਇਕੱਠਾ ਕੀਤਾ ਗਿਆ ਕਿ ਇਸਲਾਮ ਨੂੰ ਖਤਰਾ ਹੈ, ਤੁਸੀਂ ਲੜਨ ਵਾਸਤੇ ਆਓ, ਇੱਕ ਉਹ ਫੌਜ ਸੀ। ਇੱਕ ਪਠਾਣਾ ਦਾ, ਮਲੇਰਕੋਟਲੇ ਵਾਲਿਆਂ ਦਾ ਵੱਖਰਾ ਦਲ ਸੀ। ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਨੂੰ ਵੰਡਿਆ। ਇੱਕ ਦੀ ਕਮਾਂਡ ਉਸ ਨਾਲ ਫਤਿਹ ਸਿੰਘ ਹੁਣਾਂ ਨੂੰ ਅਤੇ ਬਾਜ ਸਿੰਘ ਹੁਣਾਂ ਨੂੰ ਦਿੱਤੀ ਹੈ। ਇੱਕ ਦੀ ਕਮਾਂਡ ਜਿਹੜੀ ਹੈ ਉਹ ਦਿੱਤੀ ਹੈ ਬਿਨੋਦ ਸਿੰਘ ਹੁਣਾਂ ਨੂੰ, ਅਤੇ ਤਰਲੋਕ ਸਿੰਘ ਹੁਣਾਂ ਨੂੰ, ਰਾਮ ਸਿੰਘ ਹੁਣਾਂ ਨੂੰ, ਸ਼ਾਮ ਸਿੰਘ ਹੁਣਾਂ ਨੂੰ, ਇਹਨਾਂ ਨੂੰ ਦਿੱਤੀ ਹੈ। ਅਤੇ ਇੱਕ ਬੰਦਾ ਸਿੰਘ ਬਹਾਦਰ ਨੇ ਦਸਤਾ ਆਪਣੇ ਕੋਲ ਰੱਖਿਆ। ਉਹ ਸਭ ਤੋਂ ਵੱਡੀ ਅਹਿਮ ਗੱਲ ਸੀ ਕਿ ਬੰਦਾ ਸਿੰਘ ਬਹਾਦਰ ਨੇ ਜਿਹੜਾ ਆਪਣੇ ਨਾਲ ਦਸਤਾ ਰੱਖਿਆ, ਉਹ ਸਿੱਧਾ ਮੈਦਾਨੇ ਜੰਗ 'ਚ ਨਹੀਂ ਲੈ ਕੇ ਗਿਆ। ਉਹ ਬਿਲਕੁਲ ਵੱਖਰਾ ਇੱਕ ਜਗ੍ਹਾ ਦੇ ਉੱਪਰ ਖੜਾ ਰੱਖਿਆ। ਬੰਦਾ ਸਿੰਘ ਬਹਾਦਰ ਬਿਲਕੁਲ ਅਖੀਰ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਆਇਆ, ਉਹ ਪਹਿਲਾਂ ਸਿੱਧੇ ਸ਼ਾਮਲ ਨਹੀਂ ਹੋਏ। ਸੋ ਪਹਿਲਾਂ ਜਿਹੜੀ ਬੰਦਾ ਸਿੰਘ ਬਹਾਦਰ ਦੀ ਨੀਤੀ ਸੀ, ਪਹਿਲੀ ਨੀਤੀ ਇਹ ਸੀ ਕਿ ਉੱਚੀ ਜਗ੍ਹਾ ਦੇ ਉੱਪਰੋਂ ਸਭ ਤੋਂ ਪਹਿਲਾਂ ਜਿਹੜੇ ਤੋਪਾਂ ਵਾਲੇ ਤੋਪਚੀ ਸੀ ਉਹਨਾਂ ਨੂੰ ਤੀਰ ਅੰਦਾਜ਼ਾਂ ਨੇ ਖਤਮ ਕੀਤਾ, ਉਹਨਾਂ ਤੋਪਾਂ ਦੇ ਉੱਪਰ ਕਬਜ਼ਾ ਕੀਤਾ ਗਿਆ। ਤੋਪਾਂ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ ਜਿਹੜੀ ਨੀਤੀ ਗੁਰੂ ਨਾਨਕ ਸਾਹਿਬ ਦੀ ਸੀ ਕਿ ਉਨੀ ਤੁਪਕ ਤਾਣ ਚਲਾਈ, ਉਨੀ ਹਸਤ ਚੜਾਈ, ਜਦੋਂ ਉਹ ਤੋਪਾਂ ਹਾਥੀਆਂ ਵੱਲ ਨੂੰ ਚੱਲੀਆਂ ਅਤੇ ਹਾਥੀ ਵਜ਼ੀਰ ਖਾਨ ਦੀ ਫੌਜ ਨੂੰ ਖਦਾੜਦੇ ਹੋਏ ਪਿੱਛੇ ਨੂੰ ਭੱਜੇ, ਉਹਦੀ ਫੌਜ ਦਾ ਨੁਕਸਾਨ ਹੋਇਆ, ਕੁਝ ਹੌਸਲਾ ਉਹਨਾਂ ਦਾ ਟੁੱਟ ਗਿਆ। ਪਰ ਉਹਦੇ ਘੋੜਸਵਾਰ ਜਿਹੜੇ ਫੌਜੀ ਸੀ ਉਹ ਮੈਦਾਨੇ ਜੰਗ 'ਚ ਬੜੇ ਵਧੀਆ ਤਰੀਕੇ ਨਾਲ ਲੜੇ। ਇੱਧਰੋਂ ਬਾਜ ਸਿੰਘ ਹੁਣਾਂ ਨੇ, ਫਤਿਹ ਸਿੰਘ ਹੁਣਾਂ ਨੇ, ਬਿਨੋਦ ਸਿੰਘ ਹੁਣਾਂ ਨੇ, ਕਾਹਨ ਸਿੰਘ ਹੁਣਾਂ ਨੇ, ਅਮਰ ਸਿੰਘ, ਰਤਨ ਸਿੰਘ, ਗੁਲਾਬ ਸਿੰਘ, ਮੀਰ ਬਖਸ਼ੀ, ਇੱਧਰੋਂ ਇਹਨਾਂ ਜਰਨੈਲਾਂ ਨੇ ਵੀ ਉਹਨਾਂ ਦਾ ਵਧੀਆ ਮੁਕਾਬਲਾ ਕੀਤਾ। ਇਸ ਭੱਜੇ ਹੋਏ ਮੈਦਾਨੇ ਜੰਗ ਦੇ ਵਿੱਚ ਗੰਡਾਂ ਵੱਲ ਨੇ ਇਹ ਕਹਿ ਕੇ ਭਾਜੜ ਪਾ ਦਿੱਤੀ ਕਿ ਅਸੀਂ ਹਾਰ ਰਹੇ ਹਾਂ ਅਤੇ ਆਪਣੇ ਸਿਪਾਹੀਆਂ ਨੂੰ ਲੈ ਕੇ ਨਿਕਲ ਲੱਗਾ। ਉਸ ਵੇਲੇ ਬੰਦਾ ਸਿੰਘ ਬਹਾਦਰ ਨੇ ਬਾਜ ਸਿੰਘ ਨੂੰ ਇਸ਼ਾਰਾ ਕੀਤਾ ਕਿ ਇਸ ਮੌਕੇ ਦੀ ਤਾਕ ਦੇ ਵਿੱਚ ਮੈਂ ਸੀ, ਅਤੇ ਇਹ ਜਿਹੜਾ ਗੰਡਾਂ ਵੱਲ ਸੀ ਇਸ ਨੂੰ ਬਾਜ ਸਿੰਘ ਨੇ ਮੈਦਾਨੇ ਜੰਗ 'ਚ ਕਤਲ ਕਰ ਦਿੱਤਾ। ਇਹਦੇ ਸਾਥੀ ਜਿਹੜੇ ਸੀ ਭੱਜ ਗਏ। ਜਦੋਂ ਇੱਕ ਬਾਈ ਥੋੜ੍ਹੀ ਕਮਜ਼ੋਰ ਹੋਣ ਲੱਗੀ, ਫਿਰ ਬਾਬਾ ਬੰਦਾ ਸਿੰਘ ਬਹਾਦਰ ਬਿਲਕੁਲ ਮੌਕੇ ਦੇ ਉੱਪਰ ਆਇਆ। ਜੇਕਰ ਤੁਸੀਂ ਖਾਫੀ ਖਾਨ ਨੂੰ ਪੜ੍ਹੋ ਤਾਂ ਉੱਥੋਂ ਫਿਰ ਯੁੱਧ ਦੇ ਨਕਸ਼ੇ ਦਾ ਪਤਾ ਲੱਗਦਾ ਕਿ ਜਦੋਂ ਸਿੱਖ ਫੌਜਾਂ ਦੇ 'ਚ ਹਲਚਲ ਪੈਦਾ ਹੋ ਗਈ, ਉਸ ਵੇਲੇ ਬੰਦਾ ਸਿੰਘ ਬਹਾਦਰ ਮੈਦਾਨੇ ਜੰਗ ਦੇ ਵਿੱਚ ਆ ਗਿਆ। ਮੈਦਾਨੇ ਜੰਗ ਦੇ ਵਿੱਚ ਜਦੋਂ ਆਇਆ, ਉਸ ਸਮੇਂ ਜਿਹੜਾ ਵਜ਼ੀਰ ਖਾਨ ਦਾ ਮੁਕਾਬਲਾ ਹੋਇਆ, ਉਹ ਹੋਇਆ ਫਤਿਹ ਸਿੰਘ ਅਤੇ ਬਾਜ ਸਿੰਘ ਦੇ ਨਾਲ। ਵਜ਼ੀਰ ਖਾਨ ਮੈਦਾਨੇ ਜੰਗ ਦੇ ਵਿੱਚ ਮਾਰਿਆ ਗਿਆ, ਵਜ਼ੀਰ ਖਾਨ ਮਾਰਿਆ ਗਿਆ। ਇਹਦੇ ਤੋਂ ਇਲਾਵਾ ਮਲੇਰਕੋਟਲੀਆ ਇਹ ਸ਼ੇਰ ਮੁਹੰਮਦ ਖਾਨ ਵੀ ਮਾਰਿਆ ਗਿਆ। ਇਹਦਾ ਇੱਕ ਭਰਾ ਸੀ ਖਵਾਜ਼ਾ ਖਿਜ਼ਰ ਖਾਨ, ਜਿਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ 'ਚ ਕੀਤਾ, ਜਿਹੜਾ ਚਮਕੌਰ ਦੀ ਗੜੀ 'ਚੋਂ ਜਾਨ ਬਚਾ ਕੇ ਭੱਜ ਆਇਆ ਸੀ ਕਿ ਆ ਖਵਾਜ਼ਾ ਮਰਦੂ ਦਸਾਇਆਂ ਦੀ ਵਾਰ, ਬਾ ਮੈਂ ਦੰਨਾ ਆਮਦ ਬੰਬਰ ਦਾਨਾ ਵਾਰ, ਦਰੇਗਾ ਅਗਰ ਰੂਏ ਉਦੀਦ ਮੇ, ਬਾ ਚੱਕ ਤੀਰ ਲਾਚਾਰ ਬਖਸ਼ੀਦ ਮੇ। ਇਹ ਜਿਹੜਾ ਖਿਜ਼ਰ ਖਾਨ ਸੀ ਇਹ ਵੀ ਮਾਰਿਆ ਗਿਆ। ਇਹਨਾਂ ਦਾ ਭਤੀਜਾ ਨਸ਼ਤਰ ਅਲੀ ਖਾਨ ਵੀ ਮਾਰਿਆ ਗਿਆ ਕਿ ਇਹ ਮਲੇਰਕੋਟਲੇ ਦੇ ਜਿੰਨੇ ਵੀ ਪਠਾਨ ਸੀ ਇਹਨਾਂ ਦਾ ਸਾਰਾ ਖਾਨਦਾਨ ਉਸ ਮੈਦਾਨੇ ਜੰਗ ਦੇ ਵਿੱਚ ਕਤਲ ਕੀਤਾ ਗਿਆ, ਮਾਰਿਆ ਗਿਆ।
ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੇ ਵਿੱਚ ਸ਼ਹਿਰ ਦੇ ਵਿੱਚ ਦਾਖਲ ਹੋਇਆ। ਜਿਹੜੀ ਸਰਹੰਦ ਸ਼ਹਿਰ ਦੇ ਜੇ ਅਸੀਂ ਪਿਛੋਕੜ ਵੱਲ ਵੇਖੀਏ ਤਾਂ ਸਰਦਾਰ ਕਰਮ ਸਿੰਘ ਸਟੋਰੀਅਨ ਦੇ ਸ਼ਬਦ ਬੜੇ ਅਹਿਮ ਨੇ। ਉਹ ਕਹਿੰਦੇ ਨੇ ਕਿ ਸਰਹੰਦ ਨੂੰ ਸਿਰ ਪੀੜ ਹੋਵੇ ਤਾਂ ਦਿੱਲੀ ਨੂੰ ਬੁਖਾਰ ਚੜ੍ਹ ਜਾਂਦਾ ਸੀ। ਸਰਹੰਦ ਜਿਹੜਾ ਇੰਨਾ ਮਸ਼ਹੂਰ ਸ਼ਹਿਰ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਸਰਹੰਦ ਨੂੰ ਸਿਰ ਪੀੜ ਹੋਵੇ ਦਿੱਲੀ ਨੂੰ ਬੁਖਾਰ ਚੜ੍ਹ ਜਾਂਦਾ ਸੀ। ਸਰਹੰਦ ਸ਼ਹਿਰ ਹੈ ਵੀ ਬੜਾ ਪੁਰਾਣਾ, ਰਾਜਸੀ ਤੌਰ ਦੇ ਉੱਪਰ ਸਰਹੰਦ ਦਾ ਬਹੁਤ ਨਾਮ ਹੈ। ਕਿਸੇ ਸਮੇਂ ਹਿੰਦੁਸਤਾਨ ਦੀ ਰਾਜਸਥਾਨੀ ਉਤਪੰਡ ਸੀ, ਉਤਪੰਡ ਤੋਂ ਲਾਹੌਰ, ਲਾਹੌਰ ਤੋਂ ਬਾਅਦ ਸਰਹੰਦ, ਅਤੇ ਸਰਹੰਦ ਦਾ ਰਾਜਨੀਤਿਕ ਤੌਰ 'ਤੇ ਵੀ ਬੜਾ ਉੱਚਾ ਦਰਜਾ ਸੀ। ਪੰਜਾਬ ਦੇ ਵਿੱਚ ਜਿੰਨਾ ਵੀ ਹਾਥੀ ਦੰਦ ਦਾ ਕੰਮ ਹੁੰਦਾ ਸੀ ਉਹ ਸਰਹੰਦ ਦੇ ਵਿੱਚ ਹੁੰਦਾ ਸੀ। ਜਿੰਨੀ ਵੀ ਪੰਜਾਬ ਵਿੱਚ ਸਿਲਕ ਤਿਆਰ ਕੀਤੀ ਜਾਂਦੀ ਸੀ ਉਹ ਵੀ ਸਰਹੰਦ ਦੇ ਵਿੱਚ ਕੀਤੀ ਜਾਂਦੀ ਸੀ। ਇੱਥੋਂ ਤੱਕ ਇੱਕ ਸਰੋਤ ਤਾਂ ਇੱਥੋਂ ਤੱਕ ਲਿਖਦਾ ਹੈ ਕਿ ਚਾਈਨੀਜ਼ ਮੌਂਕ ਨੇ, ਜਿਹੜੀ ਅਸੀਂ ਕਹਿੰਦੇ ਕਿ ਜਿਹੜੀ ਚੀਨ ਨੇ ਸਿਲਕ ਦੀ ਖੋਜ ਕੀਤੀ, ਇੱਕ ਸਰੋਤ ਤਾਂ ਇੱਥੋਂ ਤੱਕ ਹੈ ਕਿ ਜਿਹੜੇ ਬੋਧੀ ਮੌਂਕ ਸੀਗੇ ਉਹ ਸਿਲਕ ਬਣਾਉਣ ਦੀ ਟੈਕਨੀਕ ਵੀ ਸਰਹੰਦ ਤੋਂ ਲੈ ਕੇ ਗਏ ਸੀ ਕਿਸੇ ਸਦੀ ਦੇ ਵਿੱਚ। ਸਾਨੂੰ ਇਹ ਵੀ ਇਤਿਹਾਸ ਦੇ ਵਿੱਚ ਮਿਲਦਾ ਕਿ ਸਰਹੰਦ ਉਦੋਂ ਪੂਰਾ ਇੱਕ ਡਿਵੈਲਪ, ਇੱਕ ਪੂਰਾ ਆਧੁਨਿਕ ਸ਼ਹਿਰ ਸੀ ਔਰ ਉਸ ਸ਼ਹਿਰ ਦੀ ਰੱਖਿਆ ਦੇ ਵਾਸਤੇ ਤੋਪਾਂ ਵੀ ਬਹੁਤ ਬੀੜੀਆਂ ਹੋਈਆਂ ਸੀ। ਸੋ ਅਹਿਮ ਗੱਲ ਸੀ ਉਸ ਸ਼ਹਿਰ ਦੇ ਵਿੱਚ ਦਾਖਲ ਹੋਣਾ ਅਤੇ ਫੌਜ ਦਾ ਨੁਕਸਾਨ ਵੀ ਨਾ ਹੋਵੇ। ਉਸ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਛ ਪੁਰਾਣੇ ਭੱਠੇ ਸੀ ਉਹਨਾਂ ਭੱਠਿਆਂ ਦੇ ਉੱਪਰ ਆਪਣੇ ਤੀਰ ਅੰਦਾਜ਼ ਸਿੱਖ ਜਿਹੜੇ ਸੀਗੇ ਉਹ ਕਾਇਮ ਕੀਤੇ। ਉਹਨਾਂ ਤੀਰ ਅੰਦਾਜ਼ਾਂ ਨੇ ਸਰਹੰਦ ਦੇ ਜਿਹੜੇ ਤੋਪਚੀ ਸੀ ਉਹਨਾਂ ਨੂੰ ਖਤਮ ਕੀਤਾ। ਜਦੋਂ ਤੋਪਾਂ ਸ਼ਾਂਤ ਕਰਵਾ ਲਈਆਂ ਗਈਆਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਕਬਜ਼ਾ ਕੀਤਾ ਔਰ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਿਸ ਨੂੰ ਅਸੀਂ ਕਹਿੰਦੇ ਸੀ ਗੁਰੂ ਮਾਰੀ ਸਰਹੰਦ ਜਾਂ ਜਿਸ ਨੂੰ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਲਿਖਦੇ ਨਾ, ਜੋਗੀ ਜੀ ਇਸਕੇ ਬਾਅਦ ਹੋਈ ਥੋੜ੍ਹੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ। ਉਸ ਤੋਂ ਬਾਅਦ ਤਾਂ ਸਿੱਖਾਂ ਨੇ ਬਹੁਤ ਵਾਰੀ ਸਰਹੰਦ ਨੂੰ ਫਤਿਹ ਕੀਤਾ ਪਰ ਆਹ ਦਿਨ ਉਹ ਸੀ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਕੇ ਉਸ ਜ਼ੁਲਮੀ ਰਾਜ ਦਾ ਅੰਤ ਕਰ ਦਿੱਤਾ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਖਾਲਸੇ ਦੀ ਰਾਜਧਾਨੀ ਨਹੀਂ ਬਣਾਇਆ। ਇਹ ਵੀ ਇੱਕ ਯੁੱਧ ਨੀਤੀ ਦਾ, ਉਹਦੇ ਰਾਜ ਦਾ ਇੱਕ ਬੜਾ ਅਹਿਮ ਸੀ। ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਖਾਲਸੇ ਦੇ ਰਾਜ ਦੀ ਰਾਜਧਾਨੀ ਇਸ ਕਰਕੇ ਨਹੀਂ ਬਣਾਇਆ ਕਿਉਂਕਿ ਇਹ ਬਿਲਕੁਲ ਸ਼ਾਹਰਗ ਦੇ ਉੱਪਰ ਸੀ, ਬਿਲਕੁਲ ਮੁੱਖ ਸੜਕ ਦੇ ਉੱਪਰ ਸੀ ਔਰ ਇਹਦੇ ਉੱਪਰ ਕਬਜ਼ਾ ਕਰਨਾ ਜਾਂ ਇਹਨੂੰ ਘੇਰਨਾ ਬਹੁਤ ਸੌਖਾ ਸੀ। ਸੋ ਬੰਦਾ ਸਿੰਘ ਬਹਾਦਰ ਨੇ ਮੁਖਲਿਸ ਖਾਨ ਦੇ ਬਣਾਏ ਹੋਏ ਇੱਕ ਪੁਰਾਣੇ ਕਿਲੇ ਨੂੰ ਚੁਣਿਆ ਅਤੇ ਲੋਹਗੜ੍ਹ ਦੇ ਕਿਲੇ ਦੇ ਰੂਪ ਦੇ ਵਿੱਚ ਉੱਥੇ ਆਪਣੀ ਰਾਜਧਾਨੀ ਨੂੰ ਜਿਹੜਾ ਸੀ ਕਾਇਮ ਕੀਤਾ ਅਤੇ ਬੰਦਾ ਸਿੰਘ ਬਹਾਦਰ ਨੇ ਉੱਥੋਂ ਫਿਰ ਖਾਲਸੇ ਦਾ ਸਿੱਕਾ, ਖਾਲਸੇ ਦੀ ਮੋਹਰ ਔਰ ਖਾਲਸਾ ਰਾਜ ਦਾ ਕੈਲੰਡਰ ਜਾਰੀ ਕੀਤਾ। ਮੁਸਲਮਾਨੀ ਰਾਜ ਦੇ ਵਿੱਚ ਤਿੰਨ ਚੀਜ਼ਾਂ ਨੇ ਜਦੋਂ ਰਾਜ ਦਾ ਐਲਾਨ ਕੀਤਾ ਜਾਂਦਾ, ਜਦੋਂ ਰਾਜੇ ਦਾ ਖੁਤਬਾ ਪੜ੍ਹਿਆ ਜਾਂਦਾ, ਰਾਜੇ ਦੇ ਨਾਮ ਦਾ ਸਿੱਕਾ, ਰਾਜੇ ਦੇ ਨਾਮ ਦੀ ਮੋਹਰ ਔਰ ਰਾਜੇ ਦੇ ਨਾਮ ਦਾ ਖੁਤਬਾ ਸਿਮਤ ਸਮ ਜਾਰੀ ਕੀਤਾ ਜਾਂਦਾ। ਪਰ ਦੁਨੀਆ ਦੇ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਬਾਦਸ਼ਾਹ ਹੈ। ਇਹਦਾ ਮਤਲਬ ਇਹ ਨਹੀਂ ਕਿ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਬਾਦਸ਼ਾਹ ਨਹੀਂ ਹੋਏ ਜਾਂ ਇਸ ਤੋਂ ਪਹਿਲਾਂ ਰਾਜੇ ਨਹੀਂ ਹੋਏ ਹੋਣਗੇ, ਪਰ ਬੰਦਾ ਸਿੰਘ ਬਹਾਦਰ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਬਾਦਸ਼ਾਹ ਬਣਿਆ ਜਿਹੜਾ ਰਾਜਾ ਤਾਂ ਬਣਿਆ ਆਪਣੇ ਨਾਮ ਦਾ ਸਿੱਕਾ ਜਾਰੀ ਨਹੀਂ ਕੀਤਾ। ਉਸਨੇ ਸਿੱਕੇ ਦੇ ਉੱਪਰ ਲਿਖਿਆ, ਸਿੱਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ। ਕਿਤੇ ਅੱਜ ਵੀ ਉਸ ਸਿੱਕੇ ਨੂੰ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ, ਜਿਹੜੇ ਉਹਦੇ ਸ਼ਬਦ ਨੇ ਨਾ ਉਹਨਾਂ ਸ਼ਬਦਾਂ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਉਹ ਰਾਜ ਕਿਸ ਦਾ ਸੀ। ਸਿੱਕਾ ਜਦ ਬਰ ਹਰ ਦੋ ਆਲਮ, ਔਰੰਗਜ਼ੇਬ ਦੇ ਸਿੱਕੇ ਉੱਪਰ ਲਿਖਿਆ ਹੁੰਦਾ ਸੀ, ਸਿੱਕਾ ਜਦਬਰ ਮਾਹੇ ਮੁਨੀਰ ਸ਼ਾਹੇ ਔਰੰਗਜ਼ੇਬ ਆਲਮਗੀਰ। ਉਹ ਤੇ ਸਿਰਫ ਇੰਨਾ ਲਿਖਿਆ ਹੁੰਦਾ ਸੀ ਕਿ ਔਰੰਗਜ਼ੇਬ ਦੇ ਰਾਜ ਦਾ ਸਿੱਕਾ ਹੈ, ਪਰ ਬੰਦਾ ਸਿੰਘ ਬਹਾਦਰ ਕਹਿ ਰਿਹਾ ਕਿ ਸਿੱਕਾ ਜਦਬਰ ਹਰ ਦੋ ਆਲਮ, ਇਹ ਉਹਦੇ ਰਾਜ ਦਾ ਸਿੱਕਾ ਜਿਹਦਾ ਰਾਜ ਦੋ ਜਹਾਨਾਂ ਦੇ ਵਿੱਚ ਹੈ। ਫਿਰ ਉਹ ਜੋਤ ਔਰ ਜੁਗਤ ਨੂੰ ਕਿਵੇਂ ਸਮਝਦਾ? ਫਿਰ ਉਹ ਕਹਿੰਦਾ ਸਿੱਕਾ ਜਦਬਰ ਹਰ ਦੋ ਆਲਮ ਤੇਗ ਨਾਨਕ ਅਸਤ। ਅਗਲੀ ਗੱਲ ਉਹ ਕਰਦਾ ਹੈ, ਕਹਿੰਦਾ ਫਤਿਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹ, ਕਿ ਜਿਹੜੀ ਇਹ ਫਤਿਹ ਨਸੀਬ ਹੋਈ ਹੈ ਇਹ ਸ਼ਾਹੇ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਦਕਾ ਹੋਈ ਹੈ। ਅਤੇ ਉਹ ਫਿਰ ਅੱਗੇ ਜਾ ਕੇ ਕਹਿੰਦਾ ਫਜ਼ਲ ਸੱਚਾ ਸਾਹਿਬ ਅਸਤ, ਕਿਉਂਕਿ ਗੁਰੂ ਗੋਬਿੰਦ ਸਿੰਘ 'ਤੇ ਅਕਾਲ ਪੁਰਖ ਦਾ ਫਜ਼ਲ ਹੈ, ਅਕਾਲ ਪੁਰਖ ਦੀ ਕਿਰਪਾ। ਉਹ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਨਾਨਕ ਸਾਹਿਬ ਨੂੰ ਇੱਕ ਰੂਪ ਦੇ ਵਿੱਚ ਲੈ ਕੇ ਸਿੱਕੇ ਦੇ ਉੱਪਰ ਉੱਕਰ ਦਿੰਦਾ। ਫਿਰ ਅਗਲੀ ਗੱਲ ਉਹ ਜਿਹੜੀ ਕਰਦਾ, ਅੱਜ ਵੀ ਸ਼ਾਇਦ ਕੋਈ ਦੇਸ਼ ਨਹੀਂ ਦੇ ਸਕਿਆ। ਇੱਕ ਠੀਕ ਹੈ, ਅਮਰੀਕਾ ਦਾ ਡਾਲਰ ਤੁਹਾਡੇ ਹੱਥ 'ਚ ਆਉਂਦਾ, ਉਹ 'ਚ ਲਿਖਿਆ ਹੁੰਦਾ ਕੇਵਲ ਇਨ ਗੋਡ ਵੀ ਟਰੱਸਟ, ਇੱਥੋਂ ਤੱਕ ਗੱਲ ਖਤਮ ਹੋ ਜਾਂਦੀ ਹੈ। ਅਤੇ ਇੱਥੋਂ ਦੇ ਉਹ ਲੋਕ ਜਿਹੜੇ ਕਹਿੰਦੇ ਸੀ ਰੱਬ ਨੂੰ ਮੰਨਦੇ ਨਹੀਂ, ਉਹ ਵੀ ਡਾਲਰ ਉਹੀ ਜੇਬ 'ਚ ਪਾਉਂਦੇ ਨੇ, ਇਨ ਗੋਡ ਵੀ ਟਰੱਸਟ। ਵੈਸੇ ਕਹਿਣਗੇ ਅਸੀਂ ਕਾਮਰੇਡ, ਅਸੀਂ ਰੱਬ ਨੂੰ ਨਹੀਂ ਮੰਨਦੇ, ਮੈਂ ਅਮਰੀਕਾ ਚਲਾ ਗਿਆ, ਦੋ ਚਾਰ ਕਾਮਰੇਡਾਂ ਨਾਲ ਚਰਚਾ ਹੋਈ, ਅਸੀਂ ਰੱਬ ਨੂੰ ਨਹੀਂ ਮੰਨਦੇ। ਮੈਂ ਕਿਹਾ ਫਿਰ ਅਮਰੀਕਾ ਕੀ ਕਰ ਰਹੇ ਹੋ ਜਿਹੜਾ ਡਾਲਰ ਤੁਹਾਡੀ ਜੇਬ ਦੇ ਵਿੱਚ ਉੱਤੇ ਲਿਖਿਆ ਇਨ ਗੋਡ ਵੀ ਟਰੱਸਟ? ਡਾਲਰ ਤਾਂ ਉਹ ਕਮਾ ਰਹੇ ਹੋ ਜਿੱਥੇ ਰੱਬ ਦਾ ਨਾਂ ਲਿਖਿਆ, ਵੈਸੇ ਅਸੀਂ ਰੱਬ ਨੂੰ ਨਹੀਂ ਮੰਨਦੇ।
ਬੜੀ ਅਜੀਬ ਗੱਲ ਹੈ। ਖੈਰ ਇਹ ਇੱਕ ਵੱਖਰਾ ਵਿਸ਼ਾ ਹੈ। ਮੋਹਰ ਦੇ ਉੱਪਰ ਜਿਹੜੀ ਗੱਲ ਲਿਖੀ ਹੈ ਉਹਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਸੋਸ਼ੀਓ, ਸਪਰੀਚੀਓ, ਇਕੋਨਮੀ ਅਤੇ ਐਥਿਕਸ ਚਾਰ ਚੀਜ਼ਾਂ ਦੀ ਗੱਲ ਕਰ ਦਿੱਤੀ ਹੈ। ਉਹਨੇ ਕਿਹਾ ਦੇਗੋ ਤੇਗੋ ਫਤਿਹ। ਅਸੀਂ ਅਕਸਰ ਕਹਿੰਦੇ ਦੇਗ ਤੇਗ ਫਤਿਹ, ਇਹ ਸ਼ਬਦ ਨਹੀਂ ਚ ਹੈਗਾ। ਜੇ ਤੁਸੀਂ ਦੇਗ ਤੇਗ ਫਤਿਹ ਕਹੋਗੇ ਨਾ ਤਾਂ ਕੰਸੈਪਟ ਹੀ ਖਤਮ ਹੋ ਜਾਂਦਾ, ਕਿਉਂਕਿ ਪਰਸ਼ੀਅਨ ਦਾ ਅਸੂਲ ਹੈ ਦੋ ਸ਼ਬਦਾਂ ਵਿੱਚ ਉਹ ਲੱਗ ਜਾਵੇ ਨਾ ਤਾਂ ਦੋਵਾਂ ਸ਼ਬਦਾਂ ਦਾ ਸੰਬੰਧ ਜੁੜ ਜਾਂਦਾ। ਇਹ ਹੈਗਾ ਦੇਗੋ ਤੇਗੋ ਫਤਿਹ, ਦੇਗ ਤੇਗ ਅਤੇ ਫਤਿਹ ਆਪਸ 'ਚ ਵੱਖ ਕਰਕੇ ਨਹੀਂ ਵੇਖ ਸਕਦੇ। ਇਹ 'ਚ ਸਾਡਾ ਸਾਰਾ ਸੋਸ਼ੀਓ ਰਿਲੀਜਨ ਸਿਸਟਮ ਆ ਜਾਂਦਾ। ਪਰ ਫਿਰ ਉੱਥੋਂ ਤੱਕ ਸੀਮਤ ਨਹੀਂ ਰਹਿ ਜਾਂਦਾ, ਅਗਲੀ ਗੱਲ ਆ ਜਾਂਦੀ ਨੁਸਰਤ ਬੇਦਰੰਗ, ਐਵਰ ਲਾਸਟਿੰਗ ਪ੍ਰੋਸਪੈਰਿਟੀ, ਵੀ ਕਿਸੇ ਵੀ ਜੇਕਰ ਦੇਸ਼ ਨੇ ਹਮੇਸ਼ਾ ਵਾਸਤੇ ਸ਼ਾਂਤੀ ਸਦੀਵੀ ਰੱਖਣੀ ਹੈ, ਐਵਰ ਲਾਸਟਿੰਗ ਪ੍ਰੋਸਪੈਰਿਟੀ, ਨੁਸਰਤ ਬੇਦਰੰਗ ਇਹਦੇ ਅਰਥ ਨੇ ਫਾਰਸੀ ਦੇ ਵਿੱਚ। ਜੇਕਰ ਹਮੇਸ਼ਾ ਹੀ ਕਿਸੇ ਦੇਸ਼ ਨੇ ਆਪਣੀ ਸ਼ਾਂਤੀ ਨੂੰ ਐਵਰ ਲਾਸਟ ਰੱਖਣਾ, ਪ੍ਰੋਸਪੈਰਿਟੀ ਨੂੰ ਬਰਕਰਾਰ ਰੱਖਣਾ, ਤਾਂ ਉਹਨੂੰ ਦੇਗ ਤੇਗ ਫਤਿਹ ਦੇ ਕੰਸੈਪਟ ਨੂੰ ਲੈਣਾ ਪਵੇਗਾ। ਅਤੇ ਦੇਗ ਤੇਗ ਫਤਿਹ ਦੇ ਵਿੱਚ ਤੁਹਾਡਾ ਰੂਹਾਨੀਅਤ ਦਾ, ਆਰਥਿਕਤਾ ਦਾ, ਮਟੀਰੀਅਲਿਜ਼ਮ ਦਾ ਅਤੇ ਨੈਤਿਕਤਾ ਦਾ, ਇਹ ਸਾਰੇ ਗੁਣ ਉਹਦੇ 'ਚ ਆ ਜਾਂਦੇ ਨੇ। ਪਰ ਉਹ ਕਹਿੰਦਾ ਕਿ ਇਹ ਚੱਲਦੇ ਤਾਂ ਰਹਿ ਸਕਦੇ ਨੇ, ਪ੍ਰਾਪਤ ਕਿੱਥੋਂ ਹੋ ਸਕਦੇ ਨੇ, ਯਾਫਤ ਪ੍ਰਾਪਤ ਕੀਤੇ ਅੱਜ ਨੇ। ਮੈਂ ਪ੍ਰਾਪਤ ਕੀਤੇ ਨੇ ਕਿੱਥੋਂ, ਗੁਰੂ ਗੋਬਿੰਦ ਸਿੰਘ, ਯਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ, ਕਿ ਇਸ ਵਿਚਾਰਧਾਰਾ ਦੇ ਵਿੱਚੋਂ ਜਿਹੜਾ ਉਹ ਉਸ ਰਾਜ ਨੂੰ ਪੈਦਾ ਕੀਤਾ ਜਾ ਸਕਦਾ ਜਿਸ ਨੂੰ ਕਹਿੰਦੇ ਸਭ ਸੁਖਾਲੀ ਬੁੱਠੀਆਂ, ਇਹ ਹੋਆ ਹਲੇਮੀ ਰਾਜ ਜੀਓ। ਅਗਲੀ ਗੱਲ ਕੈਲੰਡਰ, ਬੜਾ ਵਿਵਾਦ ਹੈ ਕੌਮ ਦੇ ਵਿੱਚ। ਸਾਨੂੰ ਸਾਰਿਆਂ ਨੂੰ ਪਤਾ ਕਿ ਨਾਨਕ ਸ਼ਾਹੀ ਕੈਲੰਡਰ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ। ਕਿਸੇ ਤਰੀਕੇ ਦੇ ਨਾਲ ਤੁਹਾਨੂੰ ਵੀ ਪਤਾ ਕਿਸ ਤਰ੍ਹਾਂ ਸੰਪਰਦਾਇ ਪ੍ਰਣਾਲੀਆਂ ਦੇ ਪਿੱਛੇ ਲੱਗ ਕੇ ਉਸਨੂੰ ਕਤਲ ਕੀਤਾ ਗਿਆ, ਇਹ ਗੱਲ ਵੱਖਰੀ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਕੌਮ ਦਾ ਕੈਸਾ ਜਰਨੈਲ ਹੋਵੇਗਾ, ਉਹਦੀਆਂ ਦੋ ਚਿੱਠੀਆਂ ਸਾਨੂੰ ਮਿਲਦੀਆਂ ਨੇ, ਇੱਕ ਭਾਈ ਰੂਪੇਕਿਆਂ ਦੇ ਨਾਮ, ਦੂਸਰੀ ਜੌਨਪੁਰ ਦੀ ਸੰਗਤ ਦੇ ਨਾਮ। ਉਹਦੇ ਥੱਲੇ ਜਿਹੜੀ ਉਸਨੇ ਤਰੀਕ ਲਿਖੀ, ਉਸਨੇ ਲਿਖਿਆ ਸੰਮਤ ਨਾਨਕ ਇੱਕ, ਗੁਰੂ ਨਾਨਕ ਸਾਹਿਬ ਦੇ ਨਾਮ ਦੀ ਸੰਮਤ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ ਹੈ। ਉਹਦੀਆਂ ਸਾਨੂੰ ਚਿੱਠੀਆਂ ਦੇ ਵਿੱਚ ਇਸ ਗੱਲ ਦਾ ਸਬੂਤ ਮਿਲਦਾ ਹੈ, ਦੋ ਚਿੱਠੀਆਂ ਦੇ ਵਿੱਚ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਰਾਜ ਨੂੰ ਸਥਾਪਿਤ ਕੀਤਾ। ਵਕਤ ਮੈਂ ਜ਼ਿਆਦਾ ਲੈ ਗਿਆ, ਜੇ ਕਹੋ ਤਾਂ ਸ਼ਹਾਦਤ ਤੱਕ ਸਮਾਪਤੀ ਕਰ ਦਿੰਦਾ, ਜੇ ਤੁਸੀਂ ਥੱਕ ਗਏ ਹੋ ਤਾਂ ਫਿਰ ਮੈਂ ਸਮਾਪਤੀ ਕਰਦਾ। ਹਾਂਜੀ, ਖੈਰ ਕਾਫੀ ਉਹਦੀ ਜ਼ਿੰਦਗੀ ਦਾ ਹੋਰ ਵੀ ਸਫ਼ਰ ਹੈ ਜਿਸ ਨੂੰ ਅਸੀਂ ਥੋੜ੍ਹਾ ਸਕਿੱਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿ ਉਹ ਰਿਆਸੀ ਕਿਵੇਂ ਗਏ, ਚੰਬੇ ਦੇ ਰਾਜੇ ਦੀ ਜਿਹੜੀ ਭਤੀਜੀ ਸੀ ਸੁਸ਼ੀਲ ਕੌਰ ਦੇ ਨਾਲ ਆਨੰਦ ਕਾਰਜ ਕਿਵੇਂ ਹੋਇਆ, ਇਸ ਨੂੰ ਅਸੀਂ ਥੋੜ੍ਹਾ ਸਕਿੱਪ ਕਰਦੇ ਹਾਂ ਕਿਉਂਕਿ ਵਕਤ ਜਿਹੜਾ ਉਹ ਅੱਗੇ ਹੀ ਤਕਰੀਬਨ ਮੈਂ 15-20 ਮਿੰਟ ਲੈ ਗਿਆ। 15 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ। ਜਿਸ ਵੇਲੇ ਗ੍ਰਿਫਤਾਰ ਕੀਤਾ ਗਿਆ ਤਾਂ ਗ੍ਰਿਫਤਾਰ ਜਦੋਂ ਕੀਤਾ ਗਿਆ ਉਦੋਂ ਪੰਜਾਬ ਦਾ ਜਿਹੜਾ ਹਾਕਮ ਸੀ ਉਹ ਦਲੇਰੇ ਜੰਗ ਅਬਦੁਲ ਸਮਦ ਖਾਨ ਸੀ, ਜੰਮੂ ਕਸ਼ਮੀਰ ਦਾ ਸੂਬਾ ਉਹਦੇ ਪੁੱਤਰ ਖਾਨ ਬਹਾਦਰ ਜ਼ਕਰੀਆ ਖਾਨ ਦੇ ਕੋਲ ਸੀ, ਦਿੱਲੀ ਦਾ ਬਾਦਸ਼ਾਹ ਫਰਕਸ਼ੀਰ ਸੀ, ਦਿੱਲੀ ਦਾ ਜਿਹੜਾ ਸੈਨਾਪਤੀ ਸੀ ਉਹ ਕਮਰੂਦੀਨ ਮੀਰ ਆਤਿਸ਼ ਸੀ, ਅਤੇ ਦਿੱਲੀ ਦਾ ਫੌਜਦਾਰ ਸਰਬਰਾ ਖਾਨ ਸੀ। ਇੱਕ ਚਿੱਠੀ ਖਾਨ ਬਹਾਦਰ ਜ਼ਕਰੀਆ ਖਾਨ ਨੇ ਲਿਖੀ ਹੈ ਫਰਕਸ਼ੀਰ ਨੂੰ ਆਪਣੇ ਪਿਤਾ ਦੇ ਅਬਦੁਲ ਸਮਦ ਖਾਨ ਦੇ ਕਹਿਣ ਦੇ ਉੱਪਰ। ਉਸ ਚਿੱਠੀ ਦੇ ਵਿੱਚ ਉਸਨੇ ਲਿਖਿਆ ਕਿ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ, ਇਹਨਾਂ ਨੂੰ ਕੀ ਕੀਤਾ ਜਾਵੇ, ਲਾਹੌਰ ਕਤਲ ਕਰ ਦਿੱਤਾ ਜਾਵੇ ਜਾਂ ਜਿੱਥੇ ਫੜੇ ਨੇ ਉੱਥੇ ਕਤਲ ਕਰ ਦਿੱਤੇ ਜਾਣ। ਉਸਨੇ ਕਿਹਾ ਨਹੀਂ। ਹੁਣ ਤੁਸੀਂ ਵੇਖੋ ਕਿ ਬੰਦਾ ਸਿੰਘ ਬਹਾਦਰ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਕੀ ਹੈ। ਜਦੋਂ ਇਹ ਚਿੱਠੀ ਫਰਕਸ਼ੀਰ ਦੇ ਕੋਲ ਪਹੁੰਚੀ ਹੈ ਅਖਬਾਰ ਅਤੇ ਦਰਬਾਰੇ ਮੌਲਾ, ਮੈਂ ਤਕਰੀਬਨ ਜਿੰਨਾ ਕੁ ਤੁਹਾਡੇ ਨਾਲ ਸਾਂਝਾ ਕੀਤਾ ਮੈਂ 17 ਫਾਰਸੀ ਸਰੋਤਾਂ ਦੀ ਵਰਤੋਂ ਕੀਤੀ ਹੈ, ਅਖੀਰ 'ਤੇ ਜਾ ਕੇ ਮੈਂ ਅਹਿਵਾਲ ਉਲ ਖਵਾਕੀਨ ਦੀ ਵਰਤੋਂ ਕਰੂੰਗਾ, ਹਾਜ਼ੀ ਕਾਮਵਾਰ ਖਾਨ, ਖਾਫੀ ਖਾਨ, ਗੁਲਾਮ ਹੁਸੈਨ, ਮਹੀਉਦੀਨ ਦੀ, ਅਸਰਾਰੇ ਸਮਦੀ ਅਤੇ ਫਤੂਆਤੇ ਸਮਦੀ, ਇਹਨਾਂ ਸਾਰਿਆਂ ਦੇ ਵਿੱਚੋਂ ਮੈਂ ਤੁਹਾਡੇ ਨਾਲ ਜਿਹੜੇ ਤੱਥ ਸੀ ਉਹ ਸਾਂਝੇ ਕੀਤੇ ਨੇ। ਖੈਰ ਇੱਕ ਅਹਿਮ ਤੱਥ ਇਹ ਹੈ, ਅਖਬਾਰੇ ਦਰਬਾਰੇ ਮੌਲਾ ਦੇ ਵਿੱਚ ਇਹ ਲਿਖਿਆ ਹੋਇਆ ਉਹਨਾਂ ਦੀ ਫਰਕਸ਼ੀਅਰ ਦੀ ਖਬਰ ਮਿਲਦੀ ਘਟਨਾ ਨੂੰ, ਕਿ ਜਿਸ ਵੇਲੇ ਫਰਕਸ਼ੀਅਰ ਨੂੰ ਇਹ ਖਬਰ ਮਿਲੀ ਕਿ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਕੀਤਾ ਗਿਆ, ਉਸ ਦਿਨ ਉਸਨੇ ਦੋ ਨਮਾਜ਼ਾਂ ਵੱਧ ਪੜ੍ਹੀਆਂ ਅਤੇ ਨਾਲ ਹੀ ਉਸਨੇ ਆਪਣੇ ਮੀਰ ਮੁਨਸ਼ੀ ਨੂੰ ਕਿਹਾ ਕਿ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਪੈਸਿਆਂ ਦੀ ਵਰਖਾ ਕੀਤੀ ਜਾਵੇ, ਮੇਰਾ ਸਭ ਤੋਂ ਵੱਡਾ ਦੁਸ਼ਮਣ ਫੜਿਆ ਗਿਆ। ਹੁਣ ਤੁਸੀਂ ਵੇਖੋ ਕਿ ਸਟੇਟ ਦੇ ਨਜ਼ਰੀਏ ਵਿੱਚ ਬੰਦਾ ਸਿੰਘ ਬਹਾਦਰ ਦੀ ਅਹਿਮੀਅਤ ਕੀ ਸੀ, ਅਤੇ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਉਣ ਵਾਲੇ ਅੱਜ RS ਜਿਹੜੀ ਇਹਨਾਂ ਕਿਤਾਬਾਂ ਵੰਡ ਰਹੀ ਹੈ ਪੰਜਾਬ ਦੇ ਪਿੰਡਾਂ 'ਚ। ਇੱਕ ਕਿਤਾਬ ਵੰਡੀ ਗਈ ਸ਼ਰਾਜਾ ਛਤਰਸਾਲ RS ਦੇ ਵੱਲੋਂ ਪੰਜਾਬੀ ਦੇ ਵਿੱਚ ਲਿਖ ਕੇ, ਇਹ ਛਤਰਸਾਲ ਉਹੀ ਹੈ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਉਣ ਵਾਲਿਆਂ 'ਚ ਸ਼ਾਮਲ ਸੀ। ਜਿਨ੍ਹਾਂ ਨੂੰ ਅੱਜ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਨਾ, ਉਹ ਲੋਕ ਨੇ ਜਿਹੜੇ ਬੰਦਾ ਸਿੰਘ ਬਹਾਦਰ ਨੂੰ ਘੇਰੇ ਪਾਉਣ ਵਾਲਿਆਂ 'ਚ ਸ਼ਾਮਲ ਸੀ। ਰਜੌਰੀ ਦਾ ਹਾਕਮ, ਬਾਈ ਧਾਰ ਦੇ ਰਾਜਿਆਂ ਦੇ ਪਰਿਵਾਰ ਦੇ ਵਿੱਚੋਂ ਉਦਤ ਸਿੰਘ ਮੰਦੇਲਾ, ਸ਼ਰਾਜਾ ਛਤਰਸਾਲ,
ਕਮਰੂਦੀਨ ਮੀਰ ਆਤਿਸ਼, ਉਸ ਤੋਂ ਇਲਾਵਾ ਜ਼ਕਰੀਆ ਖਾਨ, ਖਾਨ ਬਹਾਦਰ, ਦਲੇਰੇ ਜੰਗ ਅਬਦੁਲ ਸਮਦ ਖਾਨ, ਜੰਮੂ ਕਸ਼ਮੀਰ ਦੇ ਹਾਕਮ ਜ਼ਬਰਦਸਤ ਖਾਨ, ਇਹ ਜਿੰਨੇ ਵੀ ਪਹਾੜੀ ਰਾਜੇ ਨੇ, ਹਿੰਦੂ ਰਾਜੇ ਨੇ, ਇਹ ਸਾਰੇ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਉਣ ਵਾਲੀ ਫੌਜ 'ਚ ਸ਼ਾਮਲ ਨੇ। ਫਰਕ ਸੀਰ ਨੇ ਉਸ ਵੇਲੇ ਚਿੱਠੀ ਲਿਖੀ ਕਿ ਨਹੀਂ, ਬੰਦਾ ਸਿੰਘ ਬਹਾਦਰ ਨੂੰ ਕਤਲ ਉੱਥੇ ਨਾ ਕੀਤਾ ਜਾਵੇ, ਦਿੱਲੀ ਲਿਆਂਦਾ ਜਾਵੇ। ਸੋ ਦਿੱਲੀ ਵੱਲ ਨੂੰ ਬੰਦਾ ਸਿੰਘ ਬਹਾਦਰ ਦੇ ਕੁਝ ਸਾਥੀਆਂ ਦੇ ਨਾਲ ਇਹਨਾਂ ਨੂੰ ਦਿੱਲੀ ਵੱਲ ਨੂੰ ਤੋਰ ਲਿਆ ਗਿਆ। ਇਹਨਾਂ ਸਾਥੀਆਂ ਦੇ ਵਿੱਚ ਦੋ ਔਰਤਾਂ ਅਤੇ ਇੱਕ 3.25 ਮਹੀਨੇ ਦਾ ਬੱਚਾ ਹੈ। ਔਰਤਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਪਤਨੀ ਬੀਬੀ ਸੁਸ਼ੀਲ ਕੌਰ ਅਤੇ ਇੱਕ ਉਹਦੀ ਦਾਸੀ ਬੀਬੀ ਪ੍ਰਤਾਪ ਕੌਰ, ਜਿਸ ਦਾ ਇਤਿਹਾਸ 'ਚ ਨਾਮ ਪ੍ਰਤਾਪੋ ਆਉਂਦਾ ਹੈ। 3.25 ਸਾਲ ਦਾ ਬੱਚਾ ਬਾਬਾ ਅਜੇ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦਾ ਬੇਟਾ, ਅਤੇ 300 ਦੇ ਕਰੀਬ ਸਿੱਖ ਜਿਹੜੇ ਬੇਹੋਸ਼ੀ ਦੀ ਹਾਲਤ 'ਚ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ। ਸਰਹੰਦ ਦੇ ਨੇੜੇ ਦੀ ਘਟਨਾ, ਜਦੋਂ ਇਹ ਜਲੂਸ ਦਿੱਲੀ ਨੂੰ ਜਾ ਰਿਹਾ ਅਤੇ ਕਮਰੂਦੀਨ ਮੀਰ ਆਤਿਸ਼ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਕਹਿੰਦਾ ਤੇਰਾ ਬਾਪ ਗਵਰਨਰ ਹੈ, ਪਰ ਜਦੋਂ 300 ਸਿੱਖਾਂ ਨੂੰ ਲੈ ਕੇ ਫਰਸੀਅਤ ਦੇ ਦਰਬਾਰ ਦੇ ਵਿੱਚ ਜਾਵਾਂਗੇ ਤਾਂ ਲਾਹਨਤਾਂ ਪੈਣਗੀਆਂ। ਲਾਹਨਤਾਂ ਇਸ ਗੱਲ ਦੀਆਂ ਪੈਣਗੀਆਂ ਕਿ 8 ਮਹੀਨੇ ਦਾ ਘੇਰਾ ਅਤੇ 60,000 ਫੌਜ ਅਤੇ ਲੜਨ ਵਾਲੇ ਆ 300, ਇਹ ਵੀ ਭੁੱਖੇ ਪਿਆਸੇ, ਜਿਨ੍ਹਾਂ ਕੋਲ 8 ਮਹੀਨੇ ਤੋਂ ਸਿਰ 'ਤੇ ਛੱਤ ਨਹੀਂ, ਪੀਣ ਨੂੰ ਪਾਣੀ ਨਹੀਂ, ਖਾਣ ਨੂੰ ਰੋਟੀ ਨਹੀਂ, ਜਿਨ੍ਹਾਂ ਨੇ ਪੱਤੇ ਵੀ ਖਾਧੇ ਨੇ ਰੁੱਖਾਂ ਦੀਆਂ, ਛਿੱਲਾਂ ਵੀ ਖਾਧੀਆਂ ਨੇ, ਨਿਢਾਲ ਪਏ ਨੇ, ਬੇਹੋਸ਼ ਪਏ ਨੇ, ਆਹ 300 ਬੰਦੇ ਨੂੰ 60,000 ਦਾ ਘੇਰਾ ਅਤੇ 8 ਮਹੀਨੇ, ਕਹਿੰਦਾ ਫਿਰ ਕਹਿੰਦਾ ਫਰਮਾਨ ਜਾਰੀ ਕਰਕੇ ਸਿੱਖਾਂ ਦੀ ਗਿਣਤੀ ਵਧਾਈ ਜਾਵੇ। ਉਸੇ ਵੇਲੇ ਇੱਕ ਫਰਮਾਨ ਜਾਰੀ ਕੀਤਾ ਗਿਆ, ਨਾਨਕ ਪ੍ਰਸਤਾਂ ਬਾ ਬੇਅੰਦ ਬਾ ਕਤਲ ਰਸਾਨੰਦ, ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਉਹਦਾ ਸਿਰ ਵੱਢ ਕੇ ਲਿਆਂਦਾ ਜਾਵੇ। ਪਿੰਡਾਂ ਦੇ ਵਿੱਚੋਂ ਜਨਤਕ ਤੌਰ 'ਤੇ ਕਤਲੇਆਮ ਕੀਤਾ ਗਿਆ ਔਰ ਇੰਨੇ ਜ਼ਿਆਦਾ ਸਿਰ ਵੱਢੇ ਗਏ ਕਿ ਜਦੋਂ ਇਹ ਸਿਰਾਂ ਵਾਲਾ ਜਲੂਸ ਦਿੱਲੀ ਸ਼ਹਿਰ ਦੇ ਵਿੱਚ 29 ਫਰਵਰੀ 1716 ਨੂੰ ਪਹੁੰਚਿਆ, 29 ਫਰਵਰੀ ਮੈਂ ਤੁਹਾਨੂੰ ਦੱਸ ਦਿਆਂ ਕਿ ਲੀਪ ਈਅਰ ਸੀ ਅਤੇ ਉਸ ਦਿਨ 29 ਫਰਵਰੀ ਸੀ, ਰੱਬੀ ਉਸ਼ਵਾਲ ਜਿਹੜਾ ਇਸਲਾਮੀ ਹਿਜਰੀ ਕੈਲੰਡਰ ਹੈ ਉਹਦੇ ਮੁਤਾਬਕ ਜੇਕਰ ਡੇਟ ਨੂੰ ਕਨਵਰਟ ਕਰੀਏ ਤਾਂ 29 ਫਰਵਰੀ 1716 ਨੂੰ ਦਿਨ ਬਣਦਾ। ਉਦੋਂ ਤੱਕ 700 ਗੱਡੇ ਸਿੱਖਾਂ ਦੇ ਧੜਾਂ ਦੇ ਔਰ ਸਿਰਾਂ ਦੇ ਭਰੇ ਹੋਏ ਸੀ। 3000 ਸਿੱਖ ਸਿਰਾਂ ਸਿੱਖਾਂ ਦਾ ਜਿਹੜਾ ਸਿਰ ਸੀ ਉਹ ਨੇਜਿਆਂ ਦੇ ਉੱਪਰ ਟੰਗਿਆ ਹੋਇਆ ਸੀ। 724 ਸਿੱਖ ਘੋੜਿਆਂ ਦੇ ਉੱਪਰ ਬੰਨੇ ਹੋਏ ਸੀ। 25 ਜਰਨੈਲ ਵੱਖਰੇ ਬੰਨੇ ਹੋਏ ਸੀ। ਇੱਕ ਹਾਥੀ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕਰਕੇ ਬਿਠਾਇਆ ਹੋਇਆ ਸੀ ਔਰ ਇੱਕ ਘੋੜੇ ਦੇ ਉੱਪਰ ਸੁਸ਼ੀਲ ਕੌਰ ਅਤੇ ਉਸਦਾ 3.25 ਮਹੀਨੇ ਦਾ ਪੁੱਤਰ ਬੰਨਿਆ ਹੋਇਆ ਸੀ, 3.25 ਸਾਲ ਦਾ, ਅਤੇ ਇੱਕ ਘੋੜੇ ਦੇ ਉੱਪਰ ਉਸਦੀ ਦਾਸੀ ਪ੍ਰਤਾਪੋ ਨੂੰ ਬੰਨਿਆ ਹੋਇਆ ਸੀ। ਇਹ ਸਾਰੇ ਲਾਲ ਕਿਲ੍ਹੇ ਦੇ ਸਾਹਮਣੇ ਫਰਕ ਸੀਰ ਦੇ ਸਾਹਮਣੇ ਪੇਸ਼ ਕੀਤੇ ਗਏ। ਫਰਕ ਸੀਰ ਨੂੰ ਪੁੱਛਿਆ ਗਿਆ, ਕਮਰੂਦੀਨ ਮੀਰ ਆਤਿਸ਼ ਨੇ ਪੁੱਛਿਆ ਕੀ ਕੀਤਾ ਜਾਵੇ। ਉਸਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਅਤੇ ਇਸ 'ਤੇ ਜਿਹੜੇ ਖਾਸ 25 ਜਰਨੈਲ ਨੇ ਇਹਨਾਂ ਨੂੰ ਤ੍ਰਿਪੋਲੀਆ ਵਿੱਚ ਸਲੀਮਗੜ੍ਹ ਦੇ ਕਿਲ੍ਹੇ 'ਚ ਕੈਦ ਕਰ ਦਿਓ। ਮਹਾਰਾਜਾ ਜਿਹੜਾ ਸਲੀਮ ਸੀ, ਸ਼ਹਿਜ਼ਾਦਾ ਸਲੀਮ, ਉਹਦੇ ਨਾਮ ਦੇ ਉੱਪਰ ਇਹ ਜੇਲ੍ਹ ਬਣਾਈ ਗਈ ਸੀ, ਪਹਿਲਾਂ ਕਿਲ੍ਹਾ ਬਾਅਦ ਵਿੱਚ ਜੇਲ੍ਹ ਬਣਾਈ ਗਈ, ਜਿਸ ਦੇ 'ਚ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ, ਇੱਕ ਤਾਂ ਬੰਦਾ ਸਿੰਘ ਬਹਾਦਰ ਨੂੰ ਸਲੀਮਗੜ੍ਹ ਦੇ ਕਿਲ੍ਹੇ 'ਚ ਕੈਦ ਰੱਖਿਆ ਗਿਆ, ਇਹਦੇ ਤੋਂ ਪਹਿਲਾਂ ਸਭ ਤੋਂ ਪਹਿਲੀ ਇਹ 'ਚ ਕੈਦਣ ਸੀ ਔਰੰਗਜ਼ੇਬ ਦੀ ਆਪਣੀ ਬੇਟੀ, ਜਿਹੜੀ ਬਹੁਤ ਸੋਹਣੀ ਪੋਇਟਰੀ ਕਰਿਆ ਕਰਦੀ ਸੀ, ਜੇਬੁਲ ਨਿਸਾ। ਔਰੰਗਜ਼ੇਬ ਨੇ ਆਪਣੀ ਬੇਟੀ ਨੂੰ ਵੀ ਇਸ ਕਿਲ੍ਹੇ 'ਚ ਕੈਦ ਰੱਖਿਆ ਸੀ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਅਤੇ ਉਸਦੇ 25 ਜਰਨੈਲਾਂ ਨੂੰ ਸਲੀਮਗੜ੍ਹ ਦੇ ਕਿਲ੍ਹੇ 'ਚ ਕੈਦ ਰੱਖਿਆ ਗਿਆ, ਜਿਹੜੇ ਉਸਦੇ 724 ਦੇ ਕਰੀਬ ਬਾਕੀ ਸਾਥੀ ਸੀ। ਸਰਬਰਾ ਖਾਨ ਦੇ ਹਵਾਲੇ ਕਰਕੇ ਕਿਹਾ ਗਿਆ ਕਿ ਰੋਜ਼ ਕੁਤਵਾਲੀ, ਜਿੱਥੇ ਅੱਜ ਦਿੱਲੀ ਦੀ ਪਬਲਿਕ ਲਾਇਬ੍ਰੇਰੀ ਹੈ, ਕਿ ਇਹਨਾਂ ਨੂੰ ਰੋਜ਼ 100-100 ਕਤਲ ਕਰ ਦਿੱਤਾ ਜਾਵੇ। ਇਹ ਜਿਹੜਾ ਕਤਲੇਆਮ ਸੀ ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋਇਆ। ਕਤਲੇਆਮ ਦੀ ਇੱਕ ਘਟਨਾ ਤੁਹਾਡੀ ਸਾਹ ਸਾਂਝੀ ਕਰਦਾ। ਕਤਲੇਆਮ ਦਾ ਪਹਿਲਾ ਦਿਨ ਇੱਕ ਬੱਚੇ ਦੇ ਬਾਰੇ ਤੁਸੀਂ ਇਤਿਹਾਸ 'ਚ ਸਾਰਿਆਂ ਨੇ ਪੜ੍ਹਿਆ ਅਤੇ ਸੁਣਿਆ, ਮੈਂ ਉਹ ਸਾਂਝੀ ਨਹੀਂ ਕਰੂੰਗਾ ਕਿਉਂਕਿ ਉਸ ਘਟਨਾ ਨੂੰ ਜਿਸ ਬੱਚੇ ਨੇ ਕਿਹਾ ਸੀ ਕਿ ਮੇਰੀ ਮਾਂ ਝੂਠ ਬੋਲਦੀ ਹੈ, ਇਹ ਵੀ ਘਟਨਾ ਸਾਡੇ ਸਿੱਖ ਸਰੋਤਾਂ ਦੇ ਵਿੱਚ ਨਹੀਂ ਹੈਗੀ। ਇਸ ਘਟਨਾ ਨੂੰ ਵੀ ਸਭ ਤੋਂ ਪਹਿਲਾਂ ਸਿਆਰੁਲ ਮੁਤਾਖਰੀਨ ਤੋਂ ਪਹਿਲਾਂ ਮੁੰਤਕਿਬੁਲ ਲਬਾਬ ਦੇ ਵਿੱਚ ਖਾਫੀ ਖਾਨ ਨੇ ਲਿਖਿਆ। ਇਹ ਵੀ ਸਰੋਤ ਸਾਡੇ ਕੋਲ ਮੁਸਲਮਾਨਾਂ ਦਾ, ਸਾਡੇ ਸਿੱਖ ਸਰੋਤ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਨਹੀਂ। ਉਸ ਦਾ ਹਵਾਲਾ ਦੇ ਕੇ ਮੁੜ ਕੇ ਡਾਕਟਰ ਵਿਲੀਅਮ ਇਰਮਨ ਨੇ ਆਪਣੀ ਕਿਤਾਬ ਦਾ ਲੇਟਰ ਮੁਗਲ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਲਿਖਿਆ, ਪਰ ਪਹਿਲਾ ਸਰੋਤ ਉਸ ਘਟਨਾ ਦਾ ਸਾਡੇ ਕੋਲ ਫਾਰਸੀ ਦਾ ਸਰੋਤ ਹੈ। ਮੁੰਤਕਿਬੁਲ ਲਬਾਬ ਦੇ ਵਿੱਚ ਖਾਫੀ ਖਾਨ ਨੇ ਉਸ ਗੱਲ ਨੂੰ ਲਿਖਿਆ। ਸੋ ਜਿਹੜੀ ਅਗਲੀ ਘਟਨਾ ਹੈ ਉਹ ਘਟਨਾ ਮੁਹੰਮਦ ਕਾਸਿਮ ਹਾਰਸੀ ਨੇ ਇਬਰਤਨਾਮੇ 'ਚ ਲਿਖੀ ਹੈ। ਕਹਿੰਦਾ ਕਿ ਪਹਿਲੇ ਦਿਨ 100 ਸਿੱਖਾਂ ਨੂੰ ਕੱਢ ਕੇ ਲਿਆਂਦਾ, ਇੱਕ ਪਾਸੇ ਕਾਜ਼ੀ ਕੁਰਾਨ ਲੈ ਕੇ ਖੜ੍ਹਾ ਅਤੇ ਜਲਾਦ ਕਿਰਪਾਨ ਲੈ ਕੇ ਖੜ੍ਹਾ, ਅਤੇ ਪਹਿਲੇ ਸਿੱਖ ਨੂੰ ਪੁੱਛਿਆ ਗਿਆ ਕਿ ਜੇਕਰ ਤੂੰ ਦੀਨੇ ਇਸਲਾਮ ਕਬੂਲ ਕਰਕੇ ਜਾਨ ਬਚਾਉਣੀ ਚਾਹੁੰਦਾ ਕੁਰਾਨ ਵਾਲੇ ਪਾਸੇ ਚਲੇ ਜਾ, ਜੇ ਦੀਨੇ ਇਸਲਾਮ ਕਬੂਲ ਨਹੀਂ ਕਰਨਾ ਫਿਰ ਕਿਰਪਾਨ ਵਾਲੇ ਪਾਸੇ ਚਲਾ ਜਾ। ਕਹਿੰਦਾ ਸਿੱਖ ਚੁੱਪ ਚਾਪ ਕਿਰਪਾਨ ਵਾਲੇ ਪਾਸੇ ਚਲਾ ਗਿਆ। ਕਹਿੰਦਾ ਜਲਾਦ ਨੇ ਵਾਰ ਕੀਤਾ, ਸਿਰ ਧੜ ਤੋਂ ਜੁਦਾ ਕਰ ਦਿੱਤਾ, ਦੂਜਾ ਸਿਰ ਆ ਗਿਆ, ਦੂਜਾ ਸਿੱਖ
ਉਸ ਨੂੰ ਫਿਰ ਕਾਜ਼ੀ ਨੇ ਸਵਾਲ ਕੀਤਾ ਕਿ ਕਲਮਾ ਕੁਰਾਨ ਪੜ੍ਹਨਾ ਅਤੇ ਕੁਰਾਨ ਵਾਲੇ ਪਾਸੇ ਆ ਜਾ, ਜਾਨ ਬਚਾਉਣੀ ਹੈ, ਅਤੇ ਜੇਕਰ ਜਾਨ ਨਹੀਂ ਬਚਾਉਣੀ ਫਿਰ ਕਿਰਪਾਨ ਵਾਲੇ ਪਾਸੇ ਚਲਾ ਜਾ। ਉਹ ਵੀ ਚਲਾ ਗਿਆ, ਦੂਸਰਾ ਗਿਆ, ਤੀਸਰਾ ਗਿਆ, ਜਦੋਂ ਪੰਜ ਚਲੇ ਗਏ ਨਾ ਪਿੱਛੋਂ ਇੱਕ ਸਿੱਖ ਨੇ ਹੱਥ ਖੜਾ ਕੀਤਾ। ਕਹਿੰਦਾ ਕਾਜ਼ੀ ਸਾਹਿਬ ਮੇਰੀ ਇੱਕ ਦਰਖਾਸਤ ਹੈ, ਤਸਲੀਮ ਕਰੋਗੇ? ਕਾਜ਼ੀ ਨੇ ਸੋਚਿਆ ਕਿ ਜਿੱਥੇ ਮੌਤ ਦੇ ਵਾਸਤੇ ਲਾਈਨ ਲੱਗੀ ਹੋਵੇ ਉੱਥੇ ਇੱਕ ਬੰਦਾ ਹੱਥ ਖੜਾ ਕਰੇ ਤਾਂ ਕੁਦਰਤੀ ਉਹਦੀ ਮੰਗ ਤਾਂ ਜ਼ਿੰਦਗੀ ਹੋਵੇਗੀ ਨਾ। ਕਹਿੰਦਾ ਦੱਸੋ। ਕਹਿੰਦਾ ਨਹੀਂ, ਪਹਿਲਾਂ ਤੁਹਾਡੇ ਹੱਥ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ, ਤੁਸੀਂ ਕਸਮ ਖਾ ਕੇ ਕਹੋ ਕਿ ਮੇਰੀ ਮੰਗ ਨੂੰ ਤੁਸੀਂ ਤਸਲੀਮ ਕਰੋਗੇ, ਮੰਨੋਗੇ? ਕਹਿੰਦਾ ਹਾਂ, ਮੇਰੇ ਹੱਥ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ, ਮੈਂ ਤੇਰੀ ਮੰਗ ਨੂੰ ਪ੍ਰਵਾਨ ਕਰਦਾ, ਇਕਰਾਰ ਕਰਦਾ, ਮੈਂ ਪ੍ਰਵਾਨ ਕਰਾਂਗਾ। ਕਹਿੰਦਾ ਕਾਜ਼ੀ ਸਾਹਿਬ ਫਿਰ ਮੇਰੀ ਇੱਕ ਹੀ ਮੰਗ ਹੈ ਕਿ ਹਰ ਸਿੱਖ ਨੂੰ ਪੁੱਛ ਕੇ ਨਾ ਕਿ ਤੂੰ ਕੁਰਾਨ ਵਾਲੇ ਪਾਸੇ ਜਾਣਾ ਜਾਂ ਕਿਰਪਾਨ ਵਾਲੇ ਪਾਸੇ ਜਾਣਾ, ਆਪਣਾ ਅਤੇ ਸਾਡਾ ਵਕਤ ਖਰਾਬ ਨਾ ਕਰੋ। ਮੈਂ ਤੁਹਾਨੂੰ ਸਾਰੇ ਸਿੱਖਾਂ ਦੇ ਬਾਰੇ ਦੱਸ ਦਿੰਦਾ ਕਿ ਅਸੀਂ ਸਾਰੇ ਹੀ ਕਿਰਪਾਨ ਵਾਲੇ ਰਾਹ ਜਾਣਾ। ਸਾਡੇ ਚੋਂ ਕਿਸੇ ਨੇ ਵੀ ਕੁਰਾਨ ਵਾਲੇ ਰਾਹ 'ਤੇ ਨਹੀਂ ਜਾਣਾ। ਮੈਂ ਤੁਹਾਨੂੰ ਸਾਰੇ ਸਿੱਖਾਂ ਦਾ ਇੱਕ ਹੋਰੀ ਜਵਾਬ ਦਿੰਦਾ ਕਿ ਸਾਰਿਆਂ ਨੇ ਕਿਰਪਾਨ ਵਾਲੇ ਰਾਹ ਜਾਣਾ। ਸਿੱਖ ਸ਼ਹੀਦ ਹੋਏ। ਉਸ ਤੋਂ ਬਾਅਦ ਦਿਨ ਆ ਗਿਆ 9 ਜੂਨ 1716, ਜੂਲੀਅਨ ਕੈਲੰਡਰ ਦੇ ਮੁਤਾਬਕ। ਗ੍ਰੈਗੋਰੀਅਨ ਦੇ ਵਿੱਚ ਸਿੱਧਾ ਕਨਵਰਟ ਕਰੀਏ ਅਤੇ 19 ਜੂਨ, ਇਹ ਸੋਹਣ ਸਿੰਘ ਸੀਤਲ ਨੇ ਲਿਖਿਆ, ਅਤੇ ਅੱਜ ਦੇ ਹਿਸਾਬ ਦੇ ਨਾਲ ਜਿਹੜੇ ਬਿਕਰਮੀ ਸੰਮਤ ਦੇ 71 ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪੈਂਦਾ, ਉਹਦੇ ਹਿਸਾਬ ਦੇ ਨਾਲ 25 ਜੂਨ 1716 ਸਵੇਰੇ ਕਮਰੂਦੀਨ ਮੀਰਾਤਸ਼ ਸਰਬਰਾ ਖਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸਲੀਮਗੜ੍ਹ ਦੇ ਕਿਲ੍ਹੇ ਦੇ ਵਿੱਚ ਆਏ। ਆ ਕੇ ਕਹਿੰਦੇ ਨੇ, ਬੰਦਾ ਸਿੰਘ ਅੱਜ ਤੇਰਾ ਆਖਰੀ ਦਿਨ ਹੈ, ਦੀਨੇ ਇਸਲਾਮ ਕਬੂਲ ਕਰ। ਅਤੇ ਬੰਦਾ ਸਿੰਘ ਬਹਾਦਰ ਨੇ ਕਮਰੂਦੀਨ ਮੀਰਾਤਸ਼ ਨੂੰ ਇੱਕ ਸਵਾਲ ਕੀਤਾ, ਕਹਿੰਦਾ ਕਿ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਉਹਨਾਂ 'ਚੋਂ ਕਿੰਨਿਆਂ ਨੇ ਦੀਨੇ ਇਸਲਾਮ ਕਬੂਲ ਕੀਤਾ? ਕਮਰੂਦੀਨ ਮੀਰਾਤਸ਼ ਨੇ ਅੱਖਾਂ ਝੁਕਾ ਲਈਆਂ। ਬੰਦਾ ਸਿੰਘ ਕਹਿੰਦਾ ਹੈ ਕਿ ਮੇਰਾ ਜਵਾਬ ਬਾਅਦ 'ਚ ਸੁਣੀ, ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਕਿ ਜਿਹੜੇ ਮੇਰੇ ਨਾਲ ਦੇ 700 ਸਿੱਖ ਸੀ ਉਹਨਾਂ 'ਚੋਂ ਕਿੰਨਿਆਂ ਨੇ ਦੀਨੇ ਇਸਲਾਮ ਕਬੂਲ ਕੀਤਾ? ਬੋਲਣਾ ਹੀ ਪਿਆ। ਕਮਰੂਦੀਨ ਮੀਰਾਤਸ਼ ਕਹਿੰਦਾ ਕਿਸੇ ਇੱਕ ਨੇ ਵੀ ਨਹੀਂ। ਕਹਿੰਦਾ ਫਿਰ ਜਿਹੜੇ ਸਿਪਾਹੀ ਸੀ ਜੇਕਰ ਉਹਨਾਂ ਨੇ ਦੀਨੇ ਇਸਲਾਮ ਕਬੂਲ ਨਾ ਕੀਤਾ ਅਤੇ ਜਿਸ ਜਰਨੈਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦੇ ਕੇ ਭੇਜਿਆ ਹੋਵੇਗਾ, ਤੂੰ ਇਹ ਸੋਚਣ ਤੋਂ ਪਹਿਲਾਂ, ਪੁੱਛਣ ਤੋਂ ਪਹਿਲਾਂ ਸੋਚ ਕੇ ਉਹਨਾਂ ਲਿਆ ਕਿ ਉਹ ਦੀਨੇ ਇਸਲਾਮ ਕਿਵੇਂ ਕਬੂਲ ਕਰ ਸਕਦਾ? ਮੌਤ ਦੇ ਵਾਸਤੇ ਤਿਆਰ, ਲੈ ਜਾਓ ਇਹਨਾਂ ਨੂੰ। ਸਰਬਰਾ ਖਾਨ ਦੀ ਕਤਵਾਲੀ ਨਹੀਂ ਲਿਜਾਇਆ ਗਿਆ, ਬੰਦਾ ਸਿੰਘ ਬਹਾਦਰ ਨੂੰ ਅਤੇ ਉਸਦੇ 25 ਸਾਥੀਆਂ ਨੂੰ ਸ਼ਹੀਦ ਕਰਨ ਦੇ ਵਾਸਤੇ ਲਿਜਾਇਆ ਗਿਆ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ। ਹੁਣ ਇਹ ਵੀ ਇੱਕ ਸਵਾਲ ਹੈ ਕਿ ਜਿੰਨੇ ਵੀ ਸਿੱਖ ਬਾਕੀ ਕਤਲ ਕੀਤੇ ਗਏ ਉਹ ਸਾਰੇ ਕੁਤਵਾਲੀ ਕਤਲ ਕੀਤੇ ਗਏ, ਅਤੇ ਬੰਦਾ ਸਿੰਘ ਬਹਾਦਰ ਨੂੰ ਮਹਿਰੌਲੀ ਦੇ ਵਿੱਚ ਜਿੱਥੇ ਕੁਤਬ ਮੀਨਾਰ ਹੈ ਉਹਦੇ ਕੋਲ ਖਵਾਜਾ ਬਖਤਿਆਰ ਕਾਕੀ ਦੀ ਜਗ੍ਹਾ ਹੈ, ਬਿਲਕੁਲ ਨਾਲ ਮੋਤੀ ਮਸਜਿਦ ਹੈ, ਉੱਥੇ ਕਿਉਂ ਲਿਜਾਇਆ ਗਿਆ? ਇੱਕ ਬੜਾ ਅਹਿਮ ਸਵਾਲ ਹੈ। ਬੰਦਾ ਸਿੰਘ ਬਹਾਦਰ ਨੂੰ ਕਤਵਾਲੀ ਕਤਲ ਕੀਤਾ ਜਾ ਸਕਦਾ, ਜੀ 6 ਕੋਹ ਦਾ ਰਸਤਾ ਪੈਂਦਾ, ਕਰੋਫਲਾਈ 6 ਕੋਹ ਦੂਰ ਲਿਜਾਇਆ ਗਿਆ, ਕਿਉਂ ਲਿਜਾਇਆ ਗਿਆ? ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ, ਤੁਸੀਂ ਕਿਤੇ ਅੱਜ ਵੀ ਤੁਹਾਨੂੰ ਮਹਿਰੌਲੀ ਜਾਣ ਦਾ ਮੌਕਾ ਮਿਲੇ, ਇੱਕ ਤਾਂ ਉੱਥੇ ਬਹਾਦਰ ਸ਼ਾਹ ਦੀ ਕਬਰ ਹੈ, ਉਹਨੂੰ ਉੱਥੇ ਦਫ਼ਨ ਕੀਤਾ ਗਿਆ, ਅਤੇ ਬਹਾਦਰ ਸ਼ਾਹ ਜਿਸ ਵੇਲੇ ਲਾਹੌਰ ਦੇ ਵਿੱਚ ਸੀ, ਇਹ ਘਟਨਾ 12 ਫਰਵਰੀ 1710 ਦੀ ਹੈ, ਜਦੋਂ ਬਹਾਦਰ ਸ਼ਾਹ ਦੀ ਮੌਤ ਹੋਈ ਹੈ, ਬਹਾਦਰ ਸ਼ਾਹ ਬੰਦਾ ਸਿੰਘ ਬਹਾਦਰ ਤੋਂ ਡਰਦਾ ਪਾਗਲ ਹੋ ਕੇ ਮਰਿਆ ਸੀ। ਬਹਾਦਰ ਸ਼ਾਹ ਦੇ 3 ਸ਼ਾਹੀ ਫਰਮਾਨ ਸਾਨੂੰ ਮਿਲਦੇ ਨੇ, ਡਾਕਟਰ ਗੰਡਾ ਸਿੰਘ ਦੀ ਕਿਤਾਬ 'ਚ ਪੜ੍ਹੇ ਜਾ ਸਕਦੇ ਨੇ, ਅੰਗਰੇਜ਼ੀ ਦੇ ਵਿੱਚ ਤਾਂ ਬੰਦਾ ਬਹਾਦਰ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਉਹਦੇ 3 ਫਰਮਾਨ ਨੇ, ਕਹਿੰਦਾ ਸਾਰੇ ਸ਼ਹਿਰ ਦੇ ਫਕੀਰ ਸ਼ਹਿਰ 'ਚੋਂ ਕੱਢ ਦਿਓ, ਇਹਨਾਂ ਵੱਲ ਵੇਖ ਕੇ ਮੈਨੂੰ ਸਿੱਖ ਚੇਤੇ ਆ ਜਾਂਦੇ ਨੇ। ਕਹਿੰਦਾ ਸਾਰੇ ਸ਼ਹਿਰ ਦੇ ਗਧੇ ਸ਼ਹਿਰ 'ਚੋਂ ਕੱਢ ਕੇ ਕਤਲ ਕਰ ਦਿਓ, ਜਦੋਂ ਗਧੇ ਰਾਤ ਨੂੰ ਦੌੜਦੇ ਨੇ ਮੈਨੂੰ ਇੰਝ ਲੱਗਦਾ ਕਿਤੇ ਸਿੱਖਾਂ ਦੇ ਘੋੜੇ ਨਾ ਆ ਗਏ ਹੋਣ, ਅਤੇ ਕਹਿੰਦਾ ਸਾਰੇ ਸ਼ਹਿਰ ਦੇ ਕੁੱਤੇ ਮਾਰ ਦਿਓ, ਜਦੋਂ ਇਹ ਭੌਂਕਦੇ ਨੇ ਮੈਨੂੰ ਡਰ ਆਉਂਦਾ ਵੀ ਕਿਤੇ ਬੰਦਾ ਸਿੰਘ ਬਹਾਦਰ ਹਮਲਾ ਨਾ ਕਰ ਦੇਵੇ। ਸੋ ਜਿਹੜਾ ਬਹਾਦਰ ਸ਼ਾਹ ਹੈ ਇਹ ਪਾਗਲ ਹੋ ਕੇ ਮਰ ਗਿਆ ਸੀ, ਅਤੇ ਇਸਲਾਮ ਦੇ ਲੋਕ ਯਕੀਨ ਕਰਦੇ ਸੀ ਕਿ ਜਿੱਥੇ ਉਹਨੂੰ ਦਫ਼ਨ ਕੀਤਾ ਗਿਆ ਜਿਸ ਤੋਂ ਡਰਦਾ ਹੋਇਆ ਉਹ ਮਰਿਆ, ਜੇਕਰ ਉਹਦੀ ਕਬਰ ਦੇ ਸਾਹਮਣੇ ਹੀ ਉਹਨੂੰ ਕਤਲ ਕੀਤਾ ਜਾਵੇ ਤਾਂ ਉਹਦੀ ਮਰੇ ਹੋਏ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਇਹਦੇ ਕਰਕੇ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਸ਼ਾਹ ਦੀ ਕਬਰ ਦੇ ਸਾਹਮਣੇ ਲਿਜਾਇਆ ਗਿਆ। ਬੰਦਾ ਸਿੰਘ ਬਹਾਦਰ ਔਰ ਉਸਦੇ ਸਾਥੀ ਸਾਰਿਆਂ ਦੇ ਪੈਰਾਂ ਦੇ ਵਿੱਚ ਬੇੜੀਆਂ, ਹੱਥਾਂ ਦੇ ਵਿੱਚ ਹਥਕੜੀਆਂ, ਤਖ਼ਤ ਦੇ ਉੱਪਰ ਸਰਬਰਾ ਖਾਨ ਬੈਠਾ ਹੈ, ਦਿੱਲੀ ਦਾ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਫਰਖਸ਼ਿਆਰ, ਕਮਰੂਦੀਨ ਮੀਰਾਤਸ਼, ਮੁਹੰਮਦ ਅਮੀਨ ਖਾਨ, ਇਹ ਸਾਰੇ ਬੈਠੇ ਨੇ। ਬਾਜ ਸਿੰਘ ਦੀ ਘਟਨਾ ਇੱਕ ਬੜੀ ਅਹਿਮ ਹੈ, ਉਹ ਮੈਂ ਸਾਂਝੀ ਨਹੀਂ ਕਰੂੰਗਾ, ਵਕਤ ਬਹੁਤ ਜ਼ਿਆਦਾ ਹੋ ਜਾਣਾ। ਕੇਵਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਅੰਤਿਮ ਸ਼ਬਦ ਨੇ, ਉਹਨਾਂ ਸ਼ਬਦਾਂ ਦਾ ਵਾਸਤੇ ਸਾਡੇ ਕੋਲ ਕੋਈ ਪੰਜਾਬੀ ਸਰੋਤ ਨਹੀਂ ਹੈ। ਇੱਕ 100 ਪੇਜ ਦੀ ਛੋਟੀ ਜਿਹੀ ਫਾਰਸੀ ਦੀ ਕਿਤਾਬ ਹੈ, ਮੁਹੰਮਦ ਕਾਸਿਮ ਔਰੰਗਾਬਾਦੀ ਦੀ ਲਿਖੀ ਹੋਈ, ਅਹਿਵਾਲ ਉਲ ਖਵਾਕੀਨ, ਜ਼ਰੂਰ ਪੜ੍ਹਿਓ ਉਸਨੂੰ। ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬੈਠਾ ਹੈ ਦਿੱਲੀ ਦਾ ਬਾਦਸ਼ਾਹ,
ਕਹਿੰਦਾ ਬੰਦਾ ਸਿੰਘ ਤੇਰੇ ਸਾਥੀ ਮਾਰੇ ਜਾ ਚੁੱਕੇ ਨੇ, ਇਹਨਾਂ ਦੇ ਸਿਰਨੇਜਿਆਂ ਦੇ ਉੱਪਰ ਟੰਗੇ ਹੋਏ ਨੇ, ਉਹਦੇ 25 ਜਰਨੈਲਾਂ ਦੇ ਸਿਰਨੇਜਿਆਂ ਦੇ ਉੱਪਰ ਟੰਗ ਦਿੱਤੇ ਗਏ, ਧੜ ਜ਼ਮੀਨ ਦੇ ਉੱਪਰ ਪਏ ਤੜਫ ਰਹੇ ਸੀ, ਜ਼ਮੀਨ ਦੇ ਉੱਪਰ ਲਾਲ ਖੂਨ ਦਾ ਗਲੀਚਾ ਵਿਛਿਆ ਹੋਇਆ ਸੀ ਅਤੇ ਕੌਮ ਦਾ ਜਰਨੈਲ ਨੇਤਰ ਬੰਦ ਕਰਕੇ ਬੈਠਾ ਸੀ। ਫਰਕ ਸਿਰ ਪੁੱਛਦਾ ਕਹਿੰਦਾ ਬੰਦਾ ਸਿੰਘ ਕੀ ਗੱਲ, ਅੱਖਾਂ ਕਿਉਂ ਬੰਦ ਕਰ ਲਈਆਂ ਨੇ? ਆਪਣੇ ਜਰਨੈਲਾਂ ਦੇ ਨੇਜਿਆਂ ਦੇ ਉੱਪਰ ਟੰਗੇ ਹੋਏ ਸਿਰ ਨਹੀਂ ਵੇਖੇ ਗਏ? ਆ ਤੜਫਦੇ ਹੋਏ ਧੜ ਨਹੀਂ ਵੇਖੇ ਗਏ? ਲਾਲ ਜ਼ਮੀਨ ਨਹੀਂ ਵੇਖੀ ਗਈ? ਅੱਖਾਂ ਕਿਉਂ ਬੰਦ ਕਰ ਲਈਆਂ ਨੇ? ਕਹਿੰਦਾ ਫਰਕ ਸਿਰ ਨਹੀਂ, ਮੈਂ ਅੱਖਾਂ ਇਸ ਕਰਕੇ ਬੰਦ ਨਹੀਂ ਕੀਤੀਆਂ ਕਿ ਮੈਂ ਆਪਣੇ ਸਾਥੀਆਂ ਦੇ ਨੇਜਿਆਂ ਦੇ ਉੱਪਰ ਟੰਗੇ ਹੋਏ ਸਿਰ ਨਹੀਂ ਵੇਖ ਸਕਦਾ, ਮੈਂ ਆਪਣੇ ਸਾਥੀਆਂ ਦੇ ਤੜਫਦੇ ਧੜ ਨਹੀਂ ਵੇਖ ਸਕਦਾ, ਮੈਂ ਜ਼ਮੀਨ ਦੇ ਉੱਪਰ ਵਿਛਿਆ ਹੋਇਆ ਖੂਨ ਦਾ ਲਾਲ ਗਲੀਚਾ ਨਹੀਂ ਵੇਖ ਸਕਦਾ, ਮੈਂ ਤਾਂ ਅੱਖਾਂ ਬੰਦ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ 'ਚ ਅਰਦਾਸ ਕਰ ਰਿਹਾ ਸੀ, ਪਾਤਸ਼ਾਹ ਜਿਹੜੇ ਬਾਅਦ ਦੇ ਵਿੱਚ ਧਰਮ ਯੁੱਧ 'ਚ ਆਏ ਉਹ ਪਹਿਲਾਂ ਤੇਰੀ ਗੋਦ 'ਚ ਚਲੇ ਗਏ, ਮੈਨੂੰ ਦੇਰੀ ਕਿਉਂ ਕੀਤੀ ਜਾ ਰਹੀ ਹੈ? ਫਰਕ ਕਹਿੰਦਾ ਨਹੀਂ, ਬੰਦਾ ਸਿੰਘ ਬਹਾਦਰ ਨਹੀਂ, ਮਕਾਉਣਾ ਨਹੀਂ, ਤੈਨੂੰ ਝੁਕਾਉਣਾ ਹੈ, ਤੈਨੂੰ ਮਕਾਉਣਾ, ਤੇਰੀ ਜਿੱਤ ਹੈ, ਤੈਨੂੰ ਝੁਕਾਉਣਾ, ਮੇਰੀ ਜਿੱਤ ਹੈ। ਮੈਂ ਤਾਂ ਦੁਨੀਆ ਦੀ ਤਵਾਰੀਖ ਨੂੰ ਦੱਸਣਾ ਕਿ ਗੁਰੂ ਗੋਬਿੰਦ ਸਿੰਘ ਦੇ ਭੇਜੇ ਜਿਸ ਜਰਨੈਲ ਨੇ ਪੰਜਾਬ ਦੀ ਧਰਤੀ ਦੇ ਉੱਪਰ ਲਗਾਤਾਰ 6 ਸਾਲ ਆਪਣੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਛੱਡੇ ਸੀ, ਮੈਂ ਉਸਨੂੰ ਦੀਨੇ ਇਸਲਾਮ 'ਚ ਲਿਆਂਦਾ। ਅਤੇ ਮੁਸਕਰਾ ਕੇ ਬੰਦਾ ਸਿੰਘ ਬਹਾਦਰ ਕਹਿੰਦਾ, ਫਿਰ ਤੂੰ ਆਪਣਾ ਜ਼ਬਰ ਪਰਖ ਲੈ ਅਤੇ ਮੈਨੂੰ ਆਪਣਾ ਸਬਰ ਪਰਖਣ ਦੇ। ਉਸੇ ਵੇਲੇ ਦਰਬਾਰ ਖਾਨੇ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਦਾ 4.25 ਸਾਲ ਦਾ ਪੁੱਤਰ, ਮੈਂ ਫਰਵਰੀ ਦੇ ਵਿੱਚ ਉਸਦੀ ਉਮਰ 3.25 ਸਾਲ ਦੱਸੀ ਸੀ, 7 ਮਹੀਨੇ ਹੋਰ ਬੀਤ ਚੁੱਕੇ ਨੇ, ਬੱਚੇ ਦੀ ਉਮਰ 4.25 ਸਾਲ ਹੋ ਚੁੱਕੀ ਹੈ। 4.25 ਸਾਲ ਦਾ ਪੁੱਤਰ ਮਾਤਾ ਸੁਸ਼ੀਲ ਕੌਰ ਦੀ ਗੋਦ ਦੇ ਵਿੱਚੋਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਉਹਦੀ ਗੋਦ ਦੇ ਵਿੱਚ ਬਿਠਾ ਦਿੱਤਾ। 8.25 ਮਹੀਨੇ ਦੇ ਬਾਅਦ ਪਿਤਾ ਔਰ ਪੁੱਤਰ ਦਾ ਮਿਲਾਪ ਹੋਇਆ। 4.25 ਸਾਲ ਦਾ ਬੱਚਾ, ਉਹਨੂੰ ਨਹੀਂ ਪਤਾ ਕਿ ਕੀ ਘਟਨਾ ਵਾਪਰ ਲੱਗੀ ਹੈ, ਪਰ ਉਸੇ ਵੇਲੇ ਮੁਹੰਮਦ ਅਮੀਨ ਖਾਨ ਨੇ ਬੰਦਾ ਸਿੰਘ ਬਹਾਦਰ ਦੀ ਇੱਕ ਹੱਥਕੜੀ ਖੋਲ੍ਹੀ ਔਰ ਉਹਦੇ ਹੱਥ ਦੇ ਵਿੱਚ ਖੰਜਰ ਫੜਾ ਕੇ ਕਹਿੰਦਾ, ਬੰਦਾ ਸਿੰਘ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ। 3 ਤਰੀਕੇ ਹੁੰਦੇ ਨੇ ਇਸਲਾਮ 'ਚ ਕਤਲ ਕਰਨ ਦੇ। 44 ਤਸੀਹਾਂ ਦੇ ਵਿੱਚ ਸਿੱਧਾ ਛਾਤੀ 'ਚ ਖੰਜਰ ਮਾਰਿਆ ਜਾਵੇ, ਉਸਨੂੰ ਜ਼ਰਹਰਾ ਕਰਨਾ ਕਹਿੰਦੇ ਨੇ, ਹਲਕੂਮ ਨੂੰ ਕੱਟਿਆ ਜਾਵੇ ਹਲਾਲ ਕਰਨਾ ਕਹਿੰਦੇ ਨੇ, ਅਤੇ ਛਾਤੀ ਨੂੰ ਸਿੱਧਾ ਚੀਰਾ ਦਿੱਤਾ ਜਾਵੇ ਉਸਨੂੰ ਜ਼ਿਬਾ ਕਰਨਾ ਕਹਿੰਦੇ ਨੇ। ਬੰਦਾ ਸਿੰਘ ਬਹਾਦਰ ਨੂੰ ਕਿਹਾ ਗਿਆ ਕਿ ਆਪਣੇ ਪੁੱਤਰ ਨੂੰ ਜ਼ਿਬਾ ਕਰ, ਇਹਦੀ ਛਾਤੀ ਚੀਰ ਦੇ। ਕੌਮ ਦੇ ਜਰਨੈਲ ਦਾ ਜਵਾਬ ਇਸਲਾਮੀ ਸਰੋਤਾਂ ਦੇ ਮੁਤਾਬਕ, ਬੰਦਾ ਸਿੰਘ ਬਹਾਦਰ ਨੇ ਕਿਹਾ, ਫਰਕ ਸਿਰ ਤੂੰ ਮੇਰਾ ਦੁਸ਼ਮਣ ਹੈ, ਮੇਰੀ ਗੋਦੀ 'ਚ ਮੇਰਾ ਪੁੱਤ ਪਿਆ ਹੈ, ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਸੀ ਉਸਨੇ ਕਿਹਾ ਸੀ ਮਜ਼ਲੂਮ ਔਰ ਮਾਸੂਮ ਦੇ ਉੱਪਰ ਵਾਰ ਨਹੀਂ ਕਰਨਾ, ਤੂੰ ਮੇਰਾ ਦੁਸ਼ਮਣ ਹੈ, ਜੇ ਕਿਤੇ ਮੇਰੇ ਪੁੱਤ ਦੀ ਜਗ੍ਹਾ ਮੇਰੀ ਗੋਦੀ 'ਚ ਤੇਰਾ ਪੁੱਤ ਵੀ ਪਿਆ ਹੁੰਦਾ ਮੈਂ ਤਾਂ ਵੀ ਜ਼ਿਬਾ ਨਾ ਕਰਦਾ, ਮੈਂ ਤਾਂ ਵੀ ਜ਼ਿਬਾ ਨਾ ਕਰਦਾ। ਅਖੀਰ ਜਲਾਦ ਨੇ ਬੱਚੇ ਨੂੰ ਪੈਰਾਂ ਤੋਂ ਫੜ ਕੇ ਖਿੱਚਿਆ, ਸਿਰ ਬਾਪ ਦੀ ਗੋਦ ਦੇ ਵਿੱਚ, ਧੜ ਜ਼ਮੀਨ ਦੇ ਉੱਪਰ, ਬੱਚੇ ਦੀ ਛਾਤੀ ਨੂੰ ਜ਼ਿਬਾ ਕੀਤਾ ਗਿਆ। 4.25 ਸਾਲ ਦੇ ਬੱਚੇ ਦੀਆਂ ਚੀਕਾਂ ਦੇ ਨਾਲ ਅਸਮਾਨ ਗੂੰਜ ਉੱਠਿਆ, ਖੂਨ ਦੇ ਫੁਹਾਰੇ, ਬੱਚਾ ਤੜਫਿਆ, ਉਹਦਾ ਖੂਨ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਚਿਹਰੇ ਦੇ ਉੱਪਰ ਮਲ ਦਿੱਤਾ, ਉਹਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਧੱਕ ਦਿੱਤਾ ਗਿਆ। ਇਬਰਤਨਾਮੇ ਦਾ ਲਿਖਾਰੀ ਲਿਖਦਾ ਕਿ ਉਹਦੇ ਜਿਸਮ ਦੇ ਛੋਟੇ ਛੋਟੇ ਟੁਕੜੇ ਕਰਕੇ ਇੱਕ ਹਾਰ ਪਰੋ ਕੇ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਪਾ ਦਿੱਤਾ, ਉਹਦਾ ਕੱਟਿਆ ਹੋਇਆ ਸਿਰ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਰੱਖ ਕੇ ਫਰਕ ਸਿਰ ਕਹਿੰਦਾ, ਬੰਦਾ ਸਿੰਘ ਤੇਰੀ ਕੁੱਲ ਦਾ ਆਖਰੀ ਚਿਰਾਗ ਬੁੱਝ ਚੁੱਕਾ ਹੈ, ਹੁਣ ਤੇ ਦੀਨੇ ਇਸਲਾਮ ਕਬੂਲ ਕਰ ਲਾ। ਬੰਦਾ ਸਿੰਘ ਬਹਾਦਰ ਮੁਸਕਰਾ ਪਿਆ, ਕਹਿੰਦਾ ਕੀ ਗੱਲ ਪਾਗਲ ਹੋ ਗਿਆ, ਆਪਣੇ ਪੁੱਤ ਦੀ ਮੌਤ ਨਹੀਂ ਵੇਖੀ ਗਈ, ਤੇਰੀ ਗੋਦ ਦੇ ਵਿੱਚ ਤੇਰੇ ਪੁੱਤਰ ਦਾ ਕੱਟਿਆ ਹੋਇਆ ਸਿਰ ਪਿਆ ਹੈ ਅਤੇ ਤੂੰ ਹੱਸ ਰਿਹਾ ਹੈ? ਕਹਿੰਦਾ ਹਾਂ, ਇਸ ਕਰਕੇ ਹੱਸ ਰਿਹਾ ਕਿ ਇੱਕ ਕਰਜ਼ਾ ਰਹਿੰਦਾ ਸੀ ਤੂੰ ਉਹ ਵੀ ਲਾਹ ਦਿੱਤਾ, ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕੀਤੀ ਸੀ ਉਸਨੇ ਮੇਰੀ ਝੋਲੀ 'ਚ ਆਪਣੇ 4 ਪੁੱਤਰਾਂ ਦੇ ਸਿਰ ਪਾਏ ਸੀ, ਅੱਜ ਮੈਂ ਸੁਰਖਰੂ ਹੋ ਗਿਆ ਕਿ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਗੁਰੂ ਦੀ ਗੋਦ 'ਚ ਜਾ ਰਿਹਾ। ਅਖੀਰ ਕੌਮ ਦੇ ਇਸ ਜਰਨੈਲ ਨੂੰ ਇੱਕ ਸਵਾਲ ਕੀਤਾ ਗਿਆ, ਅਕਸਰ ਤੁਸੀਂ ਜਦੋਂ ਸਿਕੰਦਰ ਔਰ ਪੋਰਸ ਦੀ ਜੰਗ ਦੇ ਬਾਰੇ, ਉਹਨਾਂ ਦੇ ਵਾਰਤਾਲਾਪ ਦੇ ਬਾਰੇ, ਜੋ ਕੁਛ ਸਾਨੂੰ ਸਕੂਲਾਂ 'ਚ ਪੜ੍ਹਾਇਆ ਜਾਂਦਾ ਤੁਸੀਂ ਪੜ੍ਹਿਆ ਹੋਵੇਗਾ, ਕਿ ਬੰਦੀ ਬਣਾਉਣ ਤੋਂ ਬਾਅਦ ਸਿਕੰਦਰ ਨੇ ਪੋਰਸ ਨੂੰ ਇੱਕ ਸਵਾਲ ਕੀਤਾ ਸੀ, ਤੇਰੇ ਨਾਲ ਕਿਵੇਂ ਦਾ ਵਰਤਾਅ ਕੀਤਾ ਜਾਵੇ, ਅਤੇ ਪੋਰਸ ਦੇ ਜਵਾਬ ਨੂੰ ਬੜਾ ਸਕੂਲਾਂ 'ਚ ਪੜ੍ਹਾਇਆ ਜਾਂਦਾ, ਉਸਨੇ ਕਿਹਾ ਸੀ ਜਿਵੇਂ ਦਾ ਇੱਕ ਰਾਜਾ ਦੂਜੇ ਰਾਜੇ ਦੇ ਨਾਲ ਕਰਦਾ ਹੈ। ਤਾਂ ਵਾਰੀ ਗੁਰੂ ਖਾਲਸਾ ਦੇ 'ਚ ਗਿਆਨੀ ਗਿਆਨ ਸਿੰਘ ਨੂੰ ਪੜ੍ਹ ਕੇ ਵੇਖਿਓ, ਫਰਕ ਸਿਰ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ, ਕਹਿੰਦਾ ਤੈਨੂੰ ਮੌਤ ਕਿਵੇਂ ਦੀ ਦਿੱਤੀ ਜਾਵੇ, ਤੈਨੂੰ ਮੌਤ ਕਿਵੇਂ ਦੀ ਦਿੱਤੀ ਜਾਵੇ, ਕਿਵੇਂ ਦੀ ਮੌਤ ਤਜਵੀਜ਼ ਕਰਦਾ ਤੂੰ ਆਪਣੇ ਵਾਸਤੇ? ਅਤੇ ਬੰਦਾ ਸਿੰਘ ਬਹਾਦਰ ਕਹਿੰਦਾ, ਕਹਿੰਦਾ ਮੇਰੇ ਵਾਸਤੇ ਇੰਨੀ ਔਖੀ ਮੌਤ ਤਜਵੀਜ਼ ਕਰੀ ਕਿ ਮੈਨੂੰ ਪਤਾ ਲੱਗ ਸਕੇ ਮੈਂ ਗੁਰੂ ਦੇ ਹੁਕਮ 'ਚ ਰਹਿੰਦਿਆਂ ਤੇਰੇ ਕਿੰਨੇ ਜ਼ਬਰ ਨੂੰ ਬਰਦਾਸ਼ਤ ਕਰ ਸਕਦਾ, ਮੈਂ ਤੇਰੇ ਤੋਂ ਕਿ ਸੌਖੀ ਮੌਤ ਦੀ ਮੰਗ ਨਹੀਂ ਕਰਦਾ। ਬਾਬਾ ਬੰਦਾ ਸਿੰਘ ਬਹਾਦਰ ਦੀ ਖੱਬੀ ਅੱਖ ਕੱਢੀ ਗਈ, ਜ਼ਬਾਨ ਕੱਟੀ ਗਈ, ਸੱਜੀ ਅੱਖ, ਪੈਰ ਵੱਢੇ ਗਏ, ਜ਼ੰਬੂਰਾਂ ਦੇ ਨਾਲ ਮਾਸ ਨੋਚਿਆ ਗਿਆ, ਉਹਦੇ ਸਿਰ ਦੇ ਵਿੱਚ ਹਥੌੜੇ ਮਾਰ ਮਾਰ ਕੇ ਸਿਰ ਨੂੰ ਫਿਆ ਗਿਆ, ਅਤੇ ਅਖੀਰ
ਜੂਨ 1716 ਦੇ ਵਿੱਚ ਕੌਮ ਦਾ ਇਹ ਜਰਨੈਲ ਸ਼ਹਾਦਤ ਪ੍ਰਾਪਤ ਕਰ ਗਿਆ ਜਿਸ ਨੇ ਸਿੱਖ ਰਾਜ ਦਾ ਮੁੱਢ ਬੰਨਿਆ ਸੀ ਔਰ ਜਿਸ ਸਰਹੰਦ ਫਤਿਹ ਦਿਵਸ ਦੀ ਯਾਦ ਦੇ ਵਿੱਚ ਅਸੀਂ ਜੁੜੇ ਬੈਠੇ ਹਾਂ। ਵਕਤ ਮੈਂ ਤੁਹਾਡਾ ਤਕਰੀਬਨ 30-35 ਮਿੰਟ ਜ਼ਿਆਦਾ ਲੈ ਗਿਆ ਕਿ ਮੈਂ ਤਾਂ ਜਾ ਚੁੱਕਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਕੱਚ ਕੇ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।